ਅੱਜ ਅਸਲਾਮ ਅਲੈਕੁਮ ਸਭ ਨੂੰ ਤੇ ਹੁਣ ਮੈਂ ਤੁਹਾਨੂੰ ਸ਼ੇਅਰ ਕਰਾਂਗਾ 14 ਨੰਬਰ ਚੈਪਟਰ ਦਾ ਤੀਸਰਾ ਪਾਰਟ ਔਰ ਤੀਸਰਾ ਔਰ ਆਖਰੀ ਪਾਰਟ ਹੋਵੇਗਾ 14ਵਾਂ ਚੈਪਟਰ ਦਾ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲੇ ਪੋਰਟੋ ਅਫਰਾਂਕੋ ਔਰ ਪੋਰਟੋ ਐਸੇਨੀਆਟੋ ਫਿਰ ਇਹਦੇ ਇਲਾਵਾ ਕੁਫੀ ਜਿਹੜਾ ਨਿਸ਼ਕਰ ਕਰਨ ਵਾਲੀਆਂ ਜਿਹੜੀਆਂ ਬਾਕੀ ਰਹਿ ਗਈਆਂ ਨੇ 14 ਚੈਪਟਰ ਦੇ ਵਿੱਚ ਦਾ ਨੇ ਦਲ ਟ੍ਰਾਂਸਪੋਰਟ ਦੀ ਮੈਚ ਰਿਸਪੌਂਸਿਬਿਲਿਟੀ ਤੇ ਇਸ ਤੇ ਨਾਲ रिलेटेड ਜਿਹੜੀਆਂ ਅਗਲੀਆਂ ਚੀਜ਼ਾਂ ਨੇ ਸਾਰੀਆਂ ਤੁਹਾਨੂੰ ਮਿਲਣਗੀਆਂ ਇਸ ਵੀਡੀਓ ਵਿੱਚ ਅਗੋਂ ਵੇਖਣ ਤੋਂ ਪਹਿਰੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਵੀ ਨੀਵਾਂ ਬਟਨ ਸ਼ੇਅਰ ਕਰੋ ਤੇ ਬਾਕੀ ਨੇ ਹੈਲਪ ਹੋ ਸਕੇ ਕਮ ਸਕਮ ਨੂੰ ਬੰਦੇ ਨੇ ਜ਼ਰੂਰ ਸ਼ੇਅਰ ਕਰਨੀ ਜੇ ਕਿੰਨੀ ਕਿੰਨੀ ਮੁਸ਼ਕਲ ਹੈ ਸ਼ੁਰੂ ਕਰਦੇ ਹਾਂ ਜੀ ਪੋਰਟੋ ਫਰਾਂਕਾਟੋ ਪੋਰਟੋ ਫਰਾਂਕਾਟੋ ਸੇਨੀਆ ਫਰਾਂਕਾਟੋ ਪੋਰਟੋ ਅਸੇਨੀਆਟੋ ਪੋਰਟੋ ਫਰਾਂਕਾਟੋ ਇਹਨਾਂ ਦੋਵਾਂ ਵਿੱਚ ਕੀ ਫਰਕ ਹੈ ਜੀ ਪੋਰਟੋ ਫਰਾਂਕਾਟੋ ਤੁਮਰਾਦ ਕਿ ਜਿਹੜੀ ਕੌਨਸੀ ਨਹੀਂ ਹੈ ਜਿਹੜੀ ਹੋ ਰਹੀ ਹੈ ਕੰਟਰੈਕਟੋ ਦੇ ਟ੍ਰਾਂਸਪੋਰਟੋ ਜਿਹੜੇ ਇਹਦੇ ਪੈਸੇ ਪੇ ਕਰਨੇ ਨੇ ਪੋਰਤੋ ਅਫਰੰਕਾ ਤੋਂ ਜ਼ੈਨੂ ਹੀ ਬਿਠਾ ਲਓ ਜਨੀਜ਼ ਐਨੀ ਬਟਨ ਲਿਖ ਲਵੋ ਪੋਰਤੋ ਅਫਰੰਕਾ ਤੋਂ ਅਕੋਰਡਿੰਗ ਜਿਹੜੇ ਪੈਸੇ ਨੇ ਉਹ ਦਿਨ ਨੇ ਟ੍ਰਾਂਸਪੋਰਟ ਕਰਨ ਦੇ ਟ੍ਰਾਂਸਪੋਰਟ ਦੀ ਮਰਜੀ ਟ੍ਰਾਂਸਪੋਰਟ ਕਰਨ ਦੇ ਮੀਤਨ ਤੇ ਨੇ ਇਸ ਤਰ੍ਹਾਂ ਜੇ ਪੋਰਤੋ ਸਨੀਆਤ ਹੋਵੇਗਾ ਇਹਦੇ ਵਿੱਚ ਪੋਰਟੋ ਸੇਨੀਆਤੋ ਵਿੱਚ ਸਿਰਫ ਫਰਕ ਇਤਨਾ ਹੈ ਕਿ ਜਿਹੜੇ ਪੈਸੇ ਜਿਹੜੇ ਨੇ originee ਨੂੰ receive ਕਰਨਾ ਸਮਾਨ ਦੇਸਟੀਨੇਟਰੀਓ ਉਹਨੇ ਦੇਣੇ ਨੇ ਠੀਕ ਹੈ ਜੀ ਕਿਸ ਟਾਈਪ ਦੀ ਟ੍ਰਾਂਸਪੋਰਟ ਤੁਸੀਂ ਕਰਨੀ ਕੰਟਰੈਕਟ ਕਰਨਾ ਠੀਕ ਹੈ ਜੇ ਪੋਰਟੋ ਆਫ ਫਰਾਂਕਾ ਤੋਂ ਹੋਇਆ ਤਾਂ ਮੀਟੈਂਟ ਤੇ ਪੈਸੇ ਦੇਗਾ ਪੋਰਟੋ ਸੇਨੀਆਤੋ ਹੋਇਆ ਤੇ ਦੇਸਟੀਨੇਟਰੀਓ ਪੈਸੇ ਦੇਗਾ ਸ਼ੁਰੂ ਕਰਨ ਤੋਂ ਪਹਿਲੇ ਕੁਐਸਚਨ ਦੂੰ ਜਿਹਦੇ ਵਿੱਚ ਅਸੀਂ ਦੋ ਚੀਜ਼ਾਂ ਪੋਰਟੋ ਫਰਾਂਕਾ ਤੋਂ ਦੀ ਗੱਲ ਕਰ ਰਹੇ ਨੇ ਪੋਰਟੋ ਸੇਨੀਆਤੋ ਦੀ ਗੱਲ ਕਰ ਰਹੇ ਨੇ ਇੱਕ ਹੀ ਚੀਜ਼ ਹੈ ਇਸ ਤੇ ਫੋਕਸ ਕਰਨਾ ਕੁਐਸਚਨ ਦੇ ਵਿੱਚ ਇੱਕ ਚੀਜ਼ ਫੋਕਸ ਕਰਨਾ ਹੈ ਐਂਡ ਤੇ ਦਸਤੀ ਨਤਾਰੀ ਉਮੇਤਨ ਤੇ ਬਤੌਰੇ ਕੀ ਲਿਖਿਆ ਹੋਇਆ ਠੀਕ ਹੈ ਤੇ ਕਹਿੰਦੇ ਕੋਨਟ੍ਰਾਟੋ ਦੀ ਟ੍ਰਾਂਸਪੋਰਟ ਹੋ ਜੇ라 ਕੰਟ੍ਰੈਕਟ ਹੈਗਾ ਟ੍ਰਾਂਸਪੋਰਟ ਕਰਨ ਦਾ ਪੋਰਟੋ ਐਸੇਗਨਾਟੋ ਪੋਰਟੋ ਸੇਗਨਾਟੋ ਦੋ ਜਨਜ਼ੇਰ ਸਾਡ ਜਨ ਵਿਚ ਜਾਣਾ ਚਾਹੀਦਾ ਦਸਤੀ ਨਤਾਰੀਓ ਠੀਕ ਹੈ ਜੀ ਪੋਰਟੋ ਸੇਗਨਾਟੋ ਇਲ ਪ੍ਰੈਜ਼ੋ पागा तो दिल दस्तना तारीो कहने पे कीमत पे, पे करे कौन पे करेगा पेमेंट दस्तना बिल्कुल दुरुस्कम पे फिर हो तो दस्तना तारीो पोर तो फरंका तो मीत इस करके पोर तो सनिया तो देशन ने पहले तो इस करके दस्तना तारीो ही देगा फिर होयात्रा तो द्रांसफर दो जरा कॉन्ट्रैक्ट है ट्रांसफर कर पोर तो ऐसी न्या तो दू प्रेस पागा मैं तो जी कीमत पेमेंट हैगी है दिल मीत मीत नहीं नहीं गलत नहीं फॉल्स हो गया क्योंकि Mi tente Porto a Francato, pecarde, gira contractor, un te, gira contro il trasporto gira, un te Porto a Francato, u de pecarega mi tente Porto a e destinatario, vi on de falso. Tizera question again in the contratto di trasporto, e segnato Porto segnato e Tiggi il prezzo pagato dalle mi vettore, Galtini falso e vettore, chi se surdini pecane na, na segnato na francato. Is carche? ਇਹ ਤਾਂ ਸਵਾਲ ਹੀ ਨਿਹਾਇਤ ਹੀ ਫਜ਼ੂਲ ਤਰੀਨ ਹੈ ਫਾਲਸੋ ਜਿਸ ਤੇ ਨਤਾਰੀ ਨੇ ਹੀ ਪੇ ਕਰਨੇ ਨੇ ਦੇ ਲਕਾਂਤਰੋ ਦੇ ਟ੍ਰਾਂਸਪੋਰਟ ਤੋਂ ਐ ਪੋਰਟੋ ਸਿਨੀਆਤੋ ਜਿਹੜਾ ਕੰਟਰੈਕਟ ਹੈ ਟ੍ਰਾਂਸਪੋਰਟ ਕਰਦਾ ਪੋਰਟੋ ਸਿਨੀਆਤੋ ਜਿਹੜਾ ਹੈ ਇਲ ਪ੍ਰੈਜ਼ੋ ਪਗਾਤੋ ਇਨ ਡਿਫਰੈਂਦਾ ਮੈਂ ਦੇ ਕਹਿੰਨੇ ਕੋਈ ਫਰਕ ਨਹੀਂ ਪੈਂਦਾ ਪੀਮਰ ਪੇ ਕਰਨਗੇ ਦਲ ਮੀਤਨ ਤੇ ਮੀਤਨ ਤੇ ਵੀ ਉਹ ਦਲ ਜਾਂ ਫਿਰ ਜਿਸ ਤੇ ਨਤਾਰੀ ਹੋ ਕਹਿੰਨੇ ਕੋਈ ਫਰਕ ਨਹੀਂ ਪੈਂਦਾ ਭਾਵੇਂ ਦੇ ਜਿਸ ਤੇ ਨਤਾਰੀ ਪੇ ਕਰ ਰਿਹਾ ਭਾਵੇਂ ਮੀਤਨ ਤੇ ਗਲਤ ਕਿ ਨਿਫਾਲਸੋ ਹੈ ਕਿਉਂਕਿ ਪੋਰਟੋ ਸਿਨੀਆਤੋ ਵਿੱਚ ਮੀਤਨ ਤੇ ਨੇ ਪੇ ਨਹੀਂ ਕਰਨਾ ਹੁੰਦਾ ਦੇਸਿਨਟਾਰੀਓ ਹੀ ਪੇ ਕਰੇਗਾ ਜੀ ਨੇ ਰੀਸੀਵ ਕਰਨੇ ਸਮਾਨ ਅਸ਼ਰ ਕੇ ਫਾਲਸੋ ਹੁਣ ਆ ਗਿਆ ਜੀ ਕੁਐਸਚਨ ਪੋਰਟੋ ਅਫਰਾਂਕਾਟੋ ਦੇ ਪੋਰਟੋ ਅਫਰਾਂਕਾਟੋ ਯਾਦ ਕਿਦਨੇ ਕਿਨੇ ਪੇ ਕਰਨੇ ਨੇ ਜੇ ਤੁਹਾਨੂੰ ਯਾਦ ਹੋਵੇ ਮੈਂ ਪਹਿਲੇ ਤੁਹਾਨੂੰ ਦੱਸਿਆ ਮੀ ਤੈਂਤ ਨੇ ਇਹਦੇ ਵਿੱਚ ਕੋਈ ਹੋਰ ਗੱਲ ਕਰਨਗੇ ਵੇ ਤੋਰੇ ਦੀ ਗੱਲ ਕਰਨ ਜਾਂ ਦੋਵਾਂ ਦੀ ਗੱਲ ਕਰਨ ਜਾਂ ਦੇਸਿਨਟਾਰੀ ਦੀ ਗੱਲ ਕਰਨ ਤਾਂ ਕੋਈ ਸਵਾਲ ਗੱਲ ਤੋਂ ਨਹੀਂ ਹੈ ਕਿਨੇ ਕੋੰਤਰਾ ਤੇ ਟ੍ਰਾਂਸਪੋਰਟ ਹੋ ਜਿਹੜਾ ਕੰਟਰੈਕਟ ਹੈਗਾ ਟ੍ਰਾਂਸਪੋਰਟ ਕਰਦਾ ਪੋਰਟੋ ਅਫਰਾਂਕਾਟੋ ਦਾ ਪਗਾਤੋ ਇਲ ਪਗਮੈਂਟੋ ਅਫੀਤਵਾਤੋ del mitente che mittente il mitente del primo ruolo di mitente hi porto è mitente il porto, de de porto è affrancato. Nel contratto di trasporto porto affrancato, il contratto di trasporto del porto affrancato è il pagamento effettuato dal destinatario, che non è il destinatario, Nain. porto ha avete destinatario payment. primo affrancato ਨੈਲਾ ਕੋਂਟਰੈਕਟੋ ਡੀ ਟ੍ਰਾਂਸਪੋਰਟ ਜੇ ਕੋਂਟਰੈਕਟੋ ਡੀ ਟ੍ਰਾਂਸਪੋਰਟ ਕੰਦਾ ਪੋਰਟੋ ਫਰੰਕਾ ਤੋ ਇਪਾਗਾਮੈਂਟੋ ਐਫੀਟੋਆਤੋ ਡੇਲੇ ਵੇਟੋਰੇ ਜੇ ਡੀ ਪੇਮੈਂਟ ਕਰਨੀ ਹੈ ਐ ਵੇਟੋਰੇ ਨੇ ਨਹੀਂ ਨਹੀਂ ਵੇਟੋਰੇ ਨੇ ਕਿਸੇ ਸੁਰੂਤ ਵੀ ਨਹੀਂ ਕਰਨੀ ਨਾ ਫਰੰਕਾ ਤੋਂ ਨਾ ਸਨੀਆ ਤੋਂ ਇਸ ਕਰਕੇ ਫਾਲਸੋ ਨੈਲਾ ਕੋਂਟਰੈਕਟੋ ਡੀ ਟ੍ਰਾਂਸਪੋਰਟ ਜੇ ਕੋਂਟਰੈਕਟੋ ਡੀ ਟ੍ਰਾਂਸਪੋਰਟ ਕੰਦਾ ਪੋਰਟੋ ਸਨੀਆ ਤੋਂ ਇਪਾਗਾਮੈਂਟ ਜੇ ਡੀ ਪੋਰਟੋ ਸਨੀਆ ਤੋਂ ਐ ਪਾਗਾਮੈਂਟੋ ਐਫੀਟੋਆਤੋ ਇਨਡਿਫਰੈਂਟAMENTE ਪੇਮੈਂਟ ਕਰਨਗੇ ਨਹੀਂ ਡਿਫਰੈਂਟ ਹੈ ਦੋ ਇਹਦੇ ਵਿੱਚ ਦਿਲ ਮੀ ਤਾਂ ਤੇ ਇਹ ਗੱਲ ਦ ਕੈਨੇਡਾ ਮਿਟੈਂਟ ਤੇ ਦਸਤਨਾਤਰੀ ਦੋਵਾਂ ਕਨੇਡਾ ਗਲਤੀ ਨੇ ਨਿਫਾਜ਼ ਹੋਇਆ ਇਹਨਾਂ ਨੇ ਦੋਵਾਂ ਨੇ ਵਿੱਚ ਨਹੀਂ ਕਰਨਾ ਹੈ ਕਿਉਂਕਿ ਪੋਰਤਵਾ ਫਰਾਂਕਾਟੋ ਐ ਪੋਟਾ ਫਰਾਂਕਾਟੋ ਦੀ ਸੁਰਤ ਵਿਜੇ ਮਿਟੈਂਟੇ ਪੇ ਕਰਦਾ ਹੈ ਫਾਲਸੋ ਦਾਨੀ ਤਰਸਮਰਤਾ ਤੇ ਦਲਮਾਰਚੀ ਜੇਰਾ ਦਾਨੀ ਨੁਕਸਾਨ ਹੁੰਦਾ ਹੈ ਜੇਰਾ ਟ੍ਰਾਂਸਪੋਰਟ ਕਰਦਾ ਹੈ ਸਮਾਨ ਲੋ ਜੀ ਰਿਸਪਾਂਸਿਬਿਲਟੀ ਤੇ ਦਲਮਾਰਚੀ ਹੁੰਦਾ ਠੀਕ ਹੈ ਜੀ ਇਹਦੇ ਵਿੱਚ ਰਿਸਪਾਂਸਿਬਿਲਟੀ ਜੀ ਰਿਸਪਾਂਸਿਬਿਲਟੀ ਹੁੰਦੀ ਹੈ ਨਮਾਰ ਸਮਾਨ ਦੀ ਇਦੇ ਵੀ ਨੈਲ ਟ੍ਰਾਂਸਪੋਰਟੋ ਦੀ ਮਰਚੀ ਜਦ ਉਸ ਟ੍ਰਾਂਸਪੋਰਟ ਦੇ ਸਮਾਨ ਇਲਵੇ ਤੋਰੇ ਇਸ ਸੈਂਪਰੇ ਰਿਸਪੋਨਸਾਬਿਲੀ ਰਿਸਪੋਨਸਾਬਿਲੇ ਕਿਉਂਕਿ ਟ੍ਰਾਂਸਪੋਰਟ ਕਰਨ ਦੀ ਗੱਲ ਹੋ ਰਹੀ ਹੈ ਨਜ਼ਰੀ ਗੱਲੇ ਫਿਰ ਰਵਿਤੋਰੇ ਸੈਂਪਰੇ ਰਿਸਪੋਨਸਾਬਿਲੇ ਹਮੇਸ਼ਾ ਰਿਸਪੋਨਸਿਬਲ ਹੁੰਦਾ ਹੈ ਲੇਕਿਨ ਅਗੇ ਅਗੇ ਸੁਣੋ ਤਰਾ ਨੇ ਕਵਾਂਦੋ ਲੇਕਿਨ ਇਹਨਾਂ ਸੂਰਤਾਂ ਨੂੰ ਛੱਡ ਗਿਆ ਇਹਨਾਂ ਨੂੰ ਛੱਡ ਗਏ ਅਦਰਵਾਈਜ਼ ਬਾਕੀ ਹਮੇਸ਼ਾ ਹੀ ਵੇਤੋਰੇ ਰਿਸਪੋਨਸਿਬਲ ਹੈ ਇਹਨਾਂ ਸੂਰਤਾਂ ਨੂੰ ਛੱਡ ਗਏ ਇਹ ਸੂਰਤ ਹੈਗੀ ਹੈ ਪਹਿਲੀ ਜੀ ਕਿਨੇ ਕਾਜ਼ ਦੀ ਫੋਰਥੋ ਜੇ ਚੋਰੀ ਹੋ ਫੋਰ ਫੋਰਤੀ ਤੋ ਚੋਰੀ ਹੋ ਜੇ ਸਮਾਨ ਕਾਜ਼ੀ ਦੀ ਫੌਜਤ ਹੋਈ ਤੋ ਯਾਨੀ ਚੋਰੀ ਹੋ ਗਏ ਫੋਰਸ ਆ ਮੈਜੋਰ ਹੈ ਫੋਰਸ ਆ ਮੈਜੋਰ ਯਾਨੀ ਕਿ ਡਕੇਤੀ ਹੋ ਗਈ ਹੈ ਰਪੀਨਾ ਜੇ ਸਖਤ ਕਾਰਵਾਈ ਪੈ ਗਈ ਯਾਨੀ ਕਿ ਡਕੇਤੀ ਹੋ ਗਈ ਹੈ ਉਸ ਹਰਤ ਵਿੱਚ ਵੀ ਰਿਸਪੌਂਸੀਬਲ ਵਿਤੋਰੇ ਨਹੀਂ ਹੈ ਇਹ ਨਿਤੂਰ ਕੁਦਰਤੀ ਆ ਜਿਹੜੀ ਆਫਤ ਹੁੰਦੀ ਹੈ ਉਹ ਵੀਜੀ ਜਿਹੜੀ ਕਿ ਦੋਸ਼ ਜਾਂ ਗੁਨਾਹ ਹੁੰਦਾ ਹੈ ਦਲ ਮੈਚੀ ਸਮਾਨ ਦਾ ਦਲ ਉਹ ਦਲ ਇੰਬਾਲਾਜਿਓ ਕਿਉਂਕਿ ਸਹੀ ਤਰੀਕੇ ਨਾਲ ਪੈਕਿੰਗ ਵੈਰਾ ਨਹੀਂ ਹੋਈ ਉਸ ਸੁਰਤ ਵਿੱਚ ਵੀ ਅਸੀਂ ਪਿੱਛੇ ਪੜ ਗਿਆ ਚੁਪਿਆ ਹੋਇਆ ਕਿਉਂਕਿ ਉਹ ਰਿਸਪੌਂਸਿਬਿਲਟੀ ਮਿਤਾਂਤ ਤੇ ਦੀ ਹਿੰਦੀ ਕਰਕੇ ਤੋਰੇ ਦੀ ਮਿਤਾਂਤ ਨਹੀਂ ਹੁੰਦੀ ਇਹ ਇਸੁਰਤ ਵਿੱਚ ਵੀ ਕੁਦਰਤੀ ਅਫਾਜ਼ ਹੋਵੇ ਜਾਂ ਫਿਰ ਇਹ ਦੋ ਗੁਨਾਜ ਜਿਹੜਾ ਸਮਾਨ ਗਲਤ ਤਰੀਕੇ ਨਾਲ ਲਦਨੇ ਜਾਂ ਇੰਬਲਜੀ ਜਿਹੜਾ ਪਕਿੰਗ ਪ੍ਰੋਪਰ ਨਾ ਹੋਵੇ ਉਹਦੀ ਵਿਜਨਲ ਹੋਵੇ ਤੇ ਉਹਦੇ ਵਿੱਚ ਉਸੁਰਤ ਵਿੱਚ ਵੀ ਵਿਤੋਰੇ ਤੇ ਨਹੀਂ ਪਾਉਣਗਾ ਠੀਕ ਹੈ ਕਿਉਂਕਿ ਵਿਤੋਰੇ ਅੰਤਾਰੇ ਕਰ ਸਕਦੇ ਨਾ ਲੇਟਰਾ ਦੀ ਵਿਦੁਰਾ ਦੇਤੇ ਕੋਲਪਤਲ ਮੇ ਤਾਂ ਗਲਤੀ ਮੈਂ ਤਾਂ ਤੇ ਦੀ ਹੋਵੇ ਉਹ ਦਿਲਦਸਤ ਨਾ ਤਾਰੀ ਜਾਂ ਫਿਰ ਦਿਸਤ ਨਾ ਤਾਰੀ ਉਹ ਦੀ ਜਿਹਨੇ ਭੇਜਣਾ ਸਮਾਨ ਹੈ ਜਿਹਨੂੰ ਰਿਸਿਵ ਕਰਨਾ ਉਹਨਾਂ ਦੀ ਗਲਤੀ ਹੋਵੇ ਤੇ ਫਿਰ ਵੀ ਵਿਤੋਰ ਤੇ ਨਹੀਂ ਪੈਣ ਲੱਗੀ ਠੀਕ ਹੈ ਜੀ ਤੇ ਕੁਐਸਚਨ ਬੜੇ ਨੇ ਕੁਐਸਚਨ ਬੜੇ ਦੇਖ ਕੇ ਤਾਂ ਟੈਨਸ਼ਨ ਨਹੀਂ ਲੈਣੀ ਹੈ ਵੀ ਕੁਐਸਚਨ 10 ਹੱਲ ਕਰਨ ਦਾ ਈਜ਼ੀ ਅਲੱਗ ਈਜ਼ੀ ਤਰੀਕਾ ਕਰ ਹੀ ਕਰਾਂਗੇ ਠੀਕ ਹੈ ਜੀ ਐ ਕੁਐਸਚਨ ਜਿਹੜੇ ਬੜੇ ਦੇਖ ਕੇ ਕਦੀ ਵੀ ਟੈਨਸ਼ਨ ਨਹੀਂ ਲੈ ਵੀ ਦੀ ਅਗੇ ਜੀ ਸਮਝਣ ਦੀ ਚੀਜ਼ ਹੈ ਜੀ ਰਿਜ਼ਰਵ ਚੇਮੈਂਟ ਉਹ ਜਿਹੜਾ ਮੁਆਵਜ਼ਾ ਪੇ ਕਰਨਾ ਹੈ ਦਲਦਾ ਨੂੰ ਨੁਕਸਾਨ ਹੋਇਦਾ responsabilità dell'avettore di responsibility degli vettori di ਕੀ ਜਾਂਦੇ ਜੀ ਇਹਦੇ ਵਿੱਚ ਇਹ ਰਿਡਾਰਡੋ ਜੇ ਲੇਟ ਹੋਇਆ ਮੰਕਾ ਤੋਂ ਇਸ ਕਸ ਜੋ ਨਹੀਂ ਤਰਾਂਸਪੋਰਟ ਜਾਂ ਫਿਰ ਤੁਸੀਂ ਤਰਾਂਸਪੋਰਟ ਕੀਤੀ ਨਹੀਂ ਹੈ ਲੇਟ ਹੋ ਗਏ ਹੈ ਤਰਾਂਸਪੋਰਟ ਨਹੀਂ ਕੀਤੀ ਕੀ ਹੋਊਗਾ ਇਹਦੇ ਵਿੱਚ ਕੀ ਜਾ ਨੁਕਸਾਨ ਹੋਵੇਗਾ ਪੈਸਾ ਦਿਲ ਕਰਾਇ ਜੀ ਕਰੇਡਿਟੋਰੇ ਕਰੈਡਿਟ ਖਤਮ ਹੋ ਜਾਏਗਾ ਮੰਕਾ ਤੋਂ ਗੋਦਾਨੀ ਹੋ ਯਾਨੀ ਕਿ ਗੋਦ ਪਲਾਸ ਗੋਦਾਨੀ ਹੋ ਯਾਨੀ ਕਿ ਫਾਇਦਾ ਖਤਮ ਹੋ ਜਾਏਗਾ ਠੀਕ ਹੈ ਜੀ ਯਾਨੀ ਪੈਸੇ ਨਹੀਂ ਮਿਲਣਗੇ ਔਰ ਇਹਦੇ علاوہ ਪੈਰਦੀਤਾ ਉਹ ਆਬਾਰੀ ਦਲਮਾਰਚੀ ਜੇ ਤੁਹਾਡਾ ਪੈਰਦੀਤਾ ਪੈਰਦੀਤਾ ਪਰਜ਼ਿਆਲੇ ਤੋਂ ਤਾਲੇ ਇਧ ਤੇ ਡਿਪੈਂਡ ਕਰਦਾ ਠੀਕ ਹੈ ਟੋਟਲੀ ਖਤਮ ਹੋ ਜਾਣਾ ਖਰਾਬ ਹੋ ਜਾਣਾ ਜਾਂ ਥੋੜਾ ਅਜੇ ਇਸਤੇਮਾਲ ਦੇ ਕਾਬਲ ਹੈ ਵੇ ਤੇ ਇਹਦੇ ਤੋਂ ਇਲਾਵਾ ਇਹ ਆਬਾਰੀ ਜੇ ਖਰਾਬ ਹੋ ਜਾਏ ਠੀਕ ਹੈ ਜੀ ਪ੍ਰੈਜ਼ੋ ਕੋਰੈਂਤੇ ਦਲਾ ਕੋਜ਼ੇ ਟ੍ਰਾਂਸਪੋਰਟਾਤੇ ਹਾਲ ਦੀ ਗੜੀ ਕਰੰਟ ਕੀਮਤ ਕੀ ਹੈ ਸਮਾਨ ਦੀ ਉਹਦੇ ਰਿਪਾਇਰ ਕਰਦਾ ਠੀਕ ਹੈ ਜੀ ਅਲਕੀਲੋ ਐਵਰਵਾਲ ਕਿਲੋ ਵੀ ਕੀਮਤ ਯੂਰੋ ਦੇ ਹਿਸਾਬ ਨਾਲ ਕਿੰਨੀ ਕੀਮਤ ਬਣਦੀ ਹੈ ਠੀਕ ਹੈ ਜੀ ਇਹ ਤੇ ਡਿਪੈਂਡ ਕਰਦਾ ਹੈ ਤੇ ਲੋ ਜੀ ਸ਼ੁਰੂ ਕਰਦੇ ਆ ਕੈਨ ਲਾਕਾਜ਼ੋ ਇਨਕਵੀ ਇਹ ਕਿੰਨਾ ਕੁ ਕੁਐਸਚਨ ਇਨ ਕੀ ਚਾਹਤਾ ਹੈ ਪਹਿਲੀ ਜਿਹੜੀ ਨਾ ਲੈਣਾ ਤਿੰਨ ਸਾਰੇ ਕੁਐਸਚਨਾਂ ਦੀ ਹੋਣਗੀਆਂ ਸੇਮ ਇਹਨਾਂ ਕੁਐਸਚਨਾਂ ਨੂੰ ਕਦੀ ਵੀ ਪੜਨਾ ਹੋਵੇ ਇਹਨਾਂ ਤੇ ਚੌਥੀ ਲੈਣ ਤੋਂ ਪੜਨਾ ਸ਼ੁਰੂ ਕਰੋ ਲਾਰ ਰਿਸਪੌਂਸਬਿਲਿਟੀ ਤਾਂ ਤੂੰ ਪੜਨਾ ਸ਼ੁਰੂ ਕਰੋ ਚੀਜ਼ ਨੂੰ ਸਮਝਣ ਲਈ ਠੀਕ ਹੈ ਜੀ ਪਿਛੇ ਜਿਹੜੀ ਵੀ ਬਲਾਬਲਾ ਹੈ ਸਾਰੀ ਸਾਰਿਆਂ ਕਵਿਸ਼ਨਾਂ ਦੀ ਸੇਮ ਹੋਵੇਗੀ ਇਸ ਕਰਕੇ ਐਡਾ ਵੱਡਾ ਕੁਐਸਚਨ ਪੜ ਗਏ ਨਾ ਉਹ ਗੱਲ ਪੜਾਏ ਬੰਦਾ ਪਹਿਲਾਂ ਬੋਲ ਜੇ ਇਧਰ ਤੱਕ ਟੈਨਸ਼ਨ ਨਹੀਂ ਲੈਣੀ ਐ ਵੀ ਕਿਉਂਕਿ ਆਖਰੀ ਲੈਂਡ ਡੇਡ ਬੜੋ ਤੇ ਤੁਹਾਨੂੰ ਸਵਾਲ ਦਾ ਆਨਸਰ ਉਹਦੇ ਵਿੱਚ ਮਿਲੇਗਾ ਸ਼ੁਰੂ ਤੋਂ ਸਾਰਿਆਂ ਦੇ ਵਿੱਚ ਸੇਮ ਹੀ ਗੱਲ ਹੋ ਰਹੀ ਹੈ ਨਾ ਲੱਕਾ ਜੋ ਇਨਕੀ ਵੈਰੀਫਾਈ ਕਰ ਨੂੰ ਵੈਰੀਫੀਕ ਕਰੋ ਇਨਕੇ ਜੇ ਵੈਰੀਫਾਈ ਹੁੰਦੇ ਦਾਨੀਲ ਪਰਸੋਂ ਨੇ ਨੁਕਸਾਨ ਹੈ ਬੰਦੇ ਨੇ ਮਟੀਰੀਅਲ ਮਟੀਰੀਅਲ ਨੂੰ ਉਹ ਅਲਟਰ ਮੈਚ ਜਾਂ ਫਿਰ ਦੂਜੇ ਸਮਾਨ ਨੂੰ ਨੁਕਸਾਨ ਹੋਇਆ ਬੰਦਿਆਂ ਨੂੰ ਚੀਜ਼ਾਂ ਨੂੰ ਦੂਜੇ ਮਟੀਰੀਅਲ ਨੂੰ ਸਮਾਨ ਹੋਇ ਸਿੱਧਾ ਬੋਨੋ ਸਸਟੇਨਰੇ ਐਸ ਪੀ ਡੇ ਜਿਹੜੇ ਕਿ ਲਾਜ਼ਮੀ ਜਿਹੜੇ ਸਪੇਸ ਹੁੰਦੇ ਨੇ ਕੋਜ਼ਾਤੋ ਦੀ ਇਮਪਰੋਫੈਸ਼ਨੇ ਜਿਹੜੇ ਵਜ੍ਹਾ ਬਣਦੇ ਇਮਪਰੋਫੈਸ਼ਨਲੀ ਕੰਮ ਕਰਨ ਦੀ ਵਜ੍ਹਾ ਨਾਲ ਇੰਬਾਲਾਜਿਓ ਸੇ ਪੈਕਿੰਗ ਨਹੀਂ ਸੀ ਹੋਇਆ ਓ ਦਲਾ ਡਿਫੈਟੋਸੋ ਦਲਾ ਇਨੈਗੋਟਾਮੈਂਟੋ ਫਿਸਾਜੀ ਦੇਲੇ ਮਾਰਜੀ ਜਾਂ ਸ਼ਿਫ ਡਿਫੈਕਟਸ ਸੀ ਮਸਲਾ ਜਿਹੜਾ ਇਨੈਗਵਾਟ ਇਨ ਐਡਗਵਾਟਾ ਮੈਂਟੋ ਜਿਹੜਾ ਮناسب ਤਰੀਕੇ ਨਾਲ ਨਹੀਂ ਸੀ ਫਿਸਾਜੀ ਹੋ ਫਿਕਸ ਹੋਇਆ ਮਰਚੀ ਸਮਾਨ ਸੋਲਵੀ ਕੋਲੀ ਐਸ ਸਬੰਧ ਦੇ ਵਿੱਚ ਵੀ ਸੀ ਮੇ ਆਵੇਗਾ ਇਹਨੇ ਕਿ ਸਹੀ ਤਰੀਕੇ ਨਾਲ ਬੱਜਿਆ ਨਹੀਂ ਰੁਝਿਆ ਨਹੀਂ ਫਿਕਸ ਨਹੀਂ ਹੈ ਸੈੱਟ ਨਹੀਂ ਹੈ ਫਿਟ ਨਹੀਂ ਹੈ ਇਨਪਰੋਫੈਸ਼ਨਲੀ ਬੱਧਿਆ ਹੈ ਵੀ ਠੀਕ ਹੈ ਇਸ ਇਸ وجہ ਦੇ ਨਾਲ ਨੁਕਸਾਨ ਹੋਇਆ ਹੈ ਸਮਾਨ ਦਾ ਚੀਜ਼ਾਂ ਦਾ ਬੰਦਿਆਂ ਦਾ ਠੀਕ ਹੈ ਜੀ ਲਾਰ ਰਿਸਪੌਂਸਿਬਿਲਿਟੀ ਦਾ ਇਹ ਹੋ ਰਿਸਪੌਂਸਿਬਿਲਿਟੀ ਤੀਸਰੇ ਕੁਐਸਚਨ ਤੀਸਰੀ ਲੈਂਡ ਦੇ ਅੰਤ ਤੋਂ ਸ਼ੁਰੂ ਹੁੰਦੀ ਹੈ ਇਹ ਕੁਐਸਚਨ ਹੈ ਤੁਹਾਨੂੰ ਉਸੇ ਪੜਨਾ ਸ਼ੁਰੂ ਕਰਨਾ ਹੈ ਇਹ ਤੁਹਾਨੂੰ ਫੋਕਸ ਦੇਣਾ ਹੈ ਇੰਨਾ ਸਭਾ ਗਲਤੀਆਂ ਦੀ ਸੂਰਤ ਦੇ ਵਿੱਚ ਰਿਸਪੌਂਸਿਬਿਲਟੀ ਹੋਵੇਗੀ ਲਾਰ ਰਿਸਪੌਂਸਿਬਿਲਿਟੀ ਐਥੂ ਫੋਕਸ ਹੈ ਨਾ ਜੀ

mitente di drusken pe bilkul vero ya verissimo dusra questioni same shuruaat hai sab bande theek hai ji nel caso di verificano danni persone inke je nuksan da bande ne material material wale altre merci dusre samano ke o si deve bonus ottenere cosa te yahan free je wajah bani hai in professione in professionally inke professionally proper tareeke nal nahi aaya da embara ਇੰਬਲੱਗਿਓ ਪੈਕਿੰਗ ਸੇ ਹੀ ਨਹੀਂ ਜਿਹੜੀ ਫੈਤੋ ਜ਼ੋ ਐਂਗਤ ਜਾਂ ਫਿਰ ਡਾਇਰੈਕਟ ਸੀਗਾ ਇਨ ਅਦ ਇਨ ਗੈਡੂਗਾਟAMENTE ਅਫਿਸਾਜੋ ਸੇ ਇਤਰੀਕਾ ਨਾ ਖਿੱਚ ਕੇ ਬੱਜੇ ਨਹੀਂ ਸੀ ਦਲਾ ਮਾਰਚੀ ਦਲ ਵਿਸੋਲ ਵੀ ਗੋਲੀ ਸਮਾਨ ਗੱਡੀ ਦੇ ਉੱਤੇ ਐਤੋਂ ਸਾਰੇ ਕੁਐਸਚਨ ਸੇਮ ਨੇ ਯਾਨੀ ਕਿ ਪ੍ਰੋਬਲਮ ਸੀ ਸਮਾਨ ਸੇ ਇਤਰੀਕਾ ਪਰ ਉਪਰ ਸੈਟ ਨਹੀਂ ਹੋਇਆ ਦੱਜਿਆ ਰੁੱਜਿਆ ਜੋ ਵੀ ਨਹੀਂ ਸੀ ਐਤੋਂ ਕੁਐਸਚਨ ਸੇਮ ਨੇ ਜੀ ਦ ਲਾ ਰਿਸਪੌਂਸਾਬਿਲਿਤਾ ਦੇ ਐਲ ਮਿਟੈਂਤੇ ਰਿਸਪੌਂਸਿਬਿਲਿਟੀ ਮਿਟੈਂਤੇ ਦੀ ਹੋਵੇਗੀ ਕਦੋਂ ਹਾਈਫੀਤੂਆਤੋ ਕਾਰੀ ਕੋ ਦਲਮਾਰਚੀ ਜਿਸ ਟਾਈਮ ਉਹਨੇ ਕਾਰੀ ਕੋ ਕੀਤਾ ਸਮਾਨ ਨੂੰ ਜਦ ਸਮਾਨ ਕਾਰੀ ਕੋ ਕੀਤਾ ਕਿਨੇ ਕੀਤਾ ਮਿਤੰਤਨ ਨੇ ਠੀਕ ਹੈ ਜੀ ਤੇ ਜ਼ੈਰੀ ਗੱਲ ਫਿਰ ਉਸ ਦੀ ਰਿਸਪਾਂਸਿਬਿਲਟੀ ਤਾਂ ਹੋਵੇਗੀ ਨਾ ਠੀਕ ਹੈ ਜੇ ਬਾਅਦ ਵਿੱਚ ਦੀ ਗੱਲ ਹੈ ਉੱਤੇ ਜੇ ਕੁਐਸਚਨ ਵੀ ਸੀ ਕਿ ਜੇ ਮਿਤੰਤਨ ਤੋਂ ਅਨੁਤਾਰੇ ਕਰਨਾ ਹੈ ਜਦ ਮਿਤੰਤਨ ਤੇ ਸਾਥ ਚੱਲਣਾ ਸਮਾਨ ਉਹ ਅਨੁਤਾਰੇ ਕਰੇਗਾ ਉਹ ਲਿਖੇਗਾ ਕਿ ਪਾਈ ਇਹ ਚੀਜ਼ ਘਟਵਾ ਦੇ ਠੀਕ ਹੈ ਫਿਰਾਲ ਕਾਰੀ ਕੋ ਕਿਨੇ ਕੀਤਾ ਮਿਤੰਤਨ ਨੇ ਇਸ ਕਰਕੇ ਇਸ ਦੀ ਰਿਸਪਾਂਸਿਬਿਲਟੀ ਹੈ ਵੇਅਰ ਹੋਇਆ ਸੇਮ ਪਹਿਲੀ ਇਹ ਤਿੰਨ ਲੈਣਾ ਫਿਰ ਜੀ ਕੁਐਸਚਨ ਨਹੀਂ ਆ ਕਰਨੇ ਬੇ ਨਲਾਕਾ ਜੋ ਕਿ ਕੁਈ ਸੀ ਵੈਰੀਫਿਕਾਣੋ ਦਾਨੀਲ ਪਰਸੋਨੇ ਮੈਟਰੀਅਲ ਅਲਤਰੇ ਮਰਚੀ ਜੇ ਨੁਕਸਾਨ ਵੈਰੀਫਿਕ ਵੈਰੀਫਿਕਾਣੋ ਦਾਨੀ ਨੁਕਸਾਨਾਂ ਦਾ ਵੈਰੀਫਾਈ ਬੰਦਿਆਂ ਨੂੰ ਚੀਜ਼ਾਂ ਨੂੰ ਦੂਜੇ ਮਟੀਰੀਅਲ ਨੂੰ ਦੇਬੋਨ ਸਸਤੇਨੇਰ ਐਸ ਪੀ ਐਜ ਜਿਹੜੇ ਪੇਮੈਂਟ ਕਰਨੀ ਸਪੇਜਾਂ ਦੀ ਇਮਪਰੋਫੈਸ਼ਨਲ ਹੈ ਜਿਹੜੀ ਐਮਬਾਲਾਜਿਓ ਵਜਾ ਬਣੀਏ ਕੌਜ਼ਾ ਤੋਂ ਵਜਾ ਬਣੀਏ ਇਮਪਰੋਫੈਸ਼ਨਲੀ ਕੰਮ ਕਰਨ ਦੀ ਵਜਨ ਨਾਲ ਪੈਕਿੰਗ ਸਹੀ ਨਹੀਂ ਸੀ ਐਦੀ ਫੈਤੋਜ਼ ਔਰ ਡਿਫੈਕਟ ਸੀ ਇਨ ਐਦ ਗੋਟਾਮੈਂਟੋ ਫਿਸਾ ਜੂ ਸੇ ਇਤਰਾ ਬੱਜਿਆ ਨਹੀਂ ਸੀ ਤੇ ਲਾ ਮਾਰਚੀ ਸਮਾਨ ਸਲ ਵੀ ਕੋਲੀ ਗੱਡੀ ਦੇ ਉੱਤੇ ਸਮਾਨ ਸੇ ਤਰੀਕੇ ਨਾਲ ਪ੍ਰੋਪਰ ਬੱਜਿਆ ਰੁਜਿਆ ਨਹੀਂ ਸੀ ਹੈ ਲਾ ਰਿਸਪੌਂਸਿਬਿਲਿਤਾ ਦਿਲ ਮਿਟੈਂਤੇ ਰਿਸਪੌਂਸਿਬਿਲਿਟੀ ਹੋਵੇਗੀ ਕਿ ਦੀ ਮਿਟੈਂਤੇ ਦੀ ਕਵਾਂਦੋ ਲੇ ਸਪੇਜ਼ੇ ਓਦਾਨੀ ਜਦ ਜਿਹੜੇ ਸਪੇਜ਼ੇ ਜਿਹੜੇ ਆਏ ਨੇ ਉਹਦੇ ਠੀਕ ਹੈ ਜੀ ਪਰ ਪਾਈ ਜਿਹੜੀ ਆਈਓ ਦੀ ਉਹ ਦਾਨੀ ਜਿਹੜਾ ਨੁਕਸਾਨ ਹੋਇਆ ਉਹਦੀ ਸੀ ਸੋਨੋ ਵੇਰੀਫਿਕਾਟੋ ਅ ਕੋਜ਼ਾ ਇਨ ਐਜ਼ ਐ ਤੇਜ਼ਾ ਦਲਾ ਇਨ ਕੰਪਲੀਟ ਇਜ਼ਾ ਕਨਨ ਪੇ ਜਿਸ ਟਾਈਮ ਵੈਰੀਫਾਈ ਹੋ ਨੁਕਸਾਨ ਕਨੇ ਉਹ ਕਿਦ ਤੋ ਪੋਵੇਗਾ ਰਿਸਪੋਨਸਿਬਿਲਟੀ ਮਿਤਨ ਤੇ ਜਿਸ ਟਾਈਮ ਵੈਰੀਫਾਈ ਵੈਰੀਫਾਈ ਹੋਇਆ ਕਿ ਸਮਾਨ ਇਨ ਇਜ਼ਾ ਤੇ ਸਹੀ ਤਰੀਕੇ ਨਾਲ ਨਹੀਂ ਸੀ ਹੈ ਇਨ ਕੋ ਅਨਕੰਪਲੀਟ ਸੀ ਦਲਾ ਇਨ ਡਿਕਸ਼ਨ ਦਾ ਲੁਈ ਰਿਪੋਰਟਾਟੋ ਸੋਲਾ ਤਰਾ ਦੀ ਵਿਟੂਰਾ ਕਿਉਂਕਿ ਜਿਹੜੀ ਇੰਡੀਕੇਸ਼ਨ ਲੁਈ ਕੀ ਨੇ ਮਿਤਨ ਤੇ ਨੇ ਰਿਪੋਰਟਾਟੋ ਲਿਖਿਆ ਨੇ ਲਾ ਤਰਾ ਦੀ ਵਿਟੂਰਾ ਤੇ ਠੀਕ ਹੈ ਜੀ ਜੇ ਉਹਦੇ ਅਕੋਰਡਿੰਗ ਸਮਾਨ ਨਾ ਹੋਵੇਗਾ ਤੇ ਇੰਡੀਕੇਸ਼ਨ ਯਾਨੀ ਕਿ ਉਹਦੇ ਅਕੋਰਡਿੰਗ ਉਹਦੀ ਇੰਡੀਕੇਸ਼ਨ ਦੇ ਮਤਾਬਕ ਉਹਦੇ ਇਸ ਤਰੀਕੇ ਤਰੀਕਾ ਨਾਲ ਸਹੀ ਅਨਕੰਪਲੀਟ ਸਮਾਨ ਆਇਆ ਜਿਹੜਾ ਲਤਰ ਦਿਬੂਰਾ ਤੇ ਉਹ ਸਮਾਨ ਨਹੀਂ ਹੈ ਤੇ ਫਿਰ ਰਿਸਪੋਨਸੀਬਿਲਟੀ ਜ਼ਰੀ ਗਲਤ ਤੌਰ ਦੇ ਹੀ ਹੈ ਨਹੀਂ ਮੀਟਰ ਤੇ ਦੇਹੀ ਬਣੇਗੀ ਕਿਉਂਕਿ ਉਹਨੂੰ ਸਮਝ ਰਾਇਆ ਹੈ ਉਹਦੇ ਅਕੋਰਡਿੰਗ ਹੀ ਲਤਰ ਦਿਬੂਰਾ ਬਣਾਉਣਾ ਚਾਹੀਦਾ ਹੈ ਅਗਰ ਇਹ ਲਤਰ ਇਹ ਇਨ ਲਕਾ ਜੋ ਇਨਕ ਵੀ ਵੈਰੀਫਾਈ ਕਰਨਾ ਦਾਨੀ ਪਰ ਸੋਨੇ ਸੇਮ ਪਹਿਲੀ ਦਿਨ ਕੁਐਸਚਨ ਲੈਣਾ ਹੋਈ ਨੇ mitriale code mitriale altre marche o duttaglia saman hai ed evor sostenere spese code cosa te karne lazmi payment karni se je spese ne je de vaja bani unprofessional della imballaggio o sei tricana jera ke packing wagera nahi kiti ode fettozo inat godamento di sagio sei tricana mazbutna baje nahi del marchi sulve ko saman gaddi de utte sawal age shuru hove ji la responsabilità del vettore gli responsibility hovegi e vettore di hovegi ਕਾਂਡੋ ਨੋਨ ਹਾਨੋ ਅਦੋ ਤਾਤੋ ਪ੍ਰੈਕਾਊਸ਼ਨੇ ਜਿਸ ਟਾਈਮ ਕੈਨ ਬੀ ਰਿਸਪੌਂਸਿਬਿਲਟੀ ਹੋਵੇਗੀ ਵਿਤੋਰੇ ਜਿਸ ਟਾਈਮ ਉਹਨੇ ਕੋਈ ਇहतਿਆਤੀ ਦਦਾਬੀਰ ਨਹੀਂ ਕੀਤੀ ਤੇਿਆਤ ਨਹੀਂ ਕੀਤੀ ਸਾਵਧਾਨੀ ਵਰਤੀ ਹੈ niche sari noshtaan de jiddhi di ge zarurat si de layi la segnalazione si segnala indicato sul la traduttura o segnalare ye koi etyaadi ya problem si kuch ਕੋਈ ਮਸਲਾ ਮਸਾਇਲ ਸੀ ਸਮਾਨ ਦੇ ਵਿੱਚ ਔਰ ਉਹਨੇ ਇੰਡੀਕੇਟ ਨਹੀਂ ਕੀਤਾ ਇੰਡੀਕੇਟ ਜਦ ਕੇ ਨਿਚਾਰੇ ਲੋਡ ਸੀ ਇੰਡੀਕੇਟ ਕਰਦੀ ਠੀਕ ਹੈ ਜੀ ਤੇ ਉਹਨੇ ਮੁਨਾਸਬ ਤਦਬੀਰ ਨਹੀਂ ਕੀਤੀ ਐ ਵੀ ਔਰ ਇੰਡੀਕੇਟ ਨਹੀਂ ਕੀਤਾ ਲੈਟਰ ਦੀ ਵਿਧੂਰਾ ਤੇ ਫਿਰ ਜੇ ਇੰਡੀਕੇਟ ਕਰ ਦਿੰਦਾ ਫਿਰ ਮੀਤਨ ਤੇ ਦੀ ਗਲਤੀ ਹੋਣੀ ਸੀ ਕਿਉਂਕਿ ਇੰਡੀਕੇਟ ਨਹੀਂ ਕੀਤਾ ਇਹਨੇ ਨੋਨ ਅਦੋਤਾ ਤੋਂ ਬਿਲਕੁਲ ਉਸੀ ਉਹਨੇ ਕੋਈ ਇਤਿਆਤੀ ਤਦਬੀਰ ਵਰਨੀ ਨਹੀਂ ਅਪਣਾਈਆਂ ਇਹਨੇ ਠੀਕ ਹੈ ਨਾ ਹੀ ਲੈਟਰ ਦੀ ਵਿਧੂਰਾ ਤੇ ਇੰਡੀਕੇਟ ਕੀਤਾ ਫਿਰ ਕਿਤੇ ਦਾ ਹੈ ਫਿਰ ਜ਼ਿਆਦਾ ਗੱਲ ਹੈ ਵਿਤ ਤੋਰ ਤੇ ਹੀ ਰਿਸਪਾਂਸਿਬਿਲਟੀ ਪੈਂਦੀ ਹੈ ਦਰਸ ਕੈਨ ਬੇਅਰ ਹੋਇਆ ਸ਼ੁਰੂ ਦੋ ਜੀ ਪਹਿਲੀਆਂ ਤਿੰਨ ਲਣਾ ਲਕਸੇ सेम ही ਨੇ ਲਕਸਾ ਜੋ ਇਨਕੀ ਵੈਰੀਫਾਈ ਕਰਨ ਉਹ ਦਾਨੀ ਪਰਸੋਨ ਇਨ ਮਟੀਰੀਅਲ ਅਲਟਰ ਮਰਚੀ ਵੱਡੇ ਸਵਾਲ ਦੇ ਕੇ ਯਾਨੀ ਕਿ ਮਕਸਦ ਇਹ ਹੈ ਕਿ ਵੱਡੇ ਸਵਾਲ ਦੇ ਕੇ ਕਦੇ ਵੀ ਟੈਨਸ਼ਨ ਨਹੀਂ ਲਈਦੀ ਹੈ ਕਿਉਂਕਿ ਪਹਿਲੀਆਂ ਤਿੰਨ ਲਣਾ ਚਾਰ ਲਣਾ ਸਭਾਂ ਦੀਆਂ ਸੇਮ ਹੁੰਦੀਆਂ ਨੇ ਤੇ ਕਹਿੰਦੇ ਨੇ ਕਿ ਸਿਦੇ ਬੋਨੋ ਸਸਟੇਨਰ ਸਪੇਸ ਦੇ ਕੋਜ਼ਾ ਦੇ ਕਹਿੰਦੇ ਲਾਜ਼ਮੀ ਹੈ ਜੇ ਮਟੀਰੀਅਲ ਦਾ ਚੀਜ਼ਾਂ ਦਾ ਵੈਰੀਫਾਈ ਹੁੰਦਾ ਨੁਕਸਾਨ

ਕਿਉਂਕਿ ਉਹਨੇ ਰਿਜ਼ਰਵ ਉਹਦੇ ਜਿਹੜੀ ਜਗ੍ਹਾ ਸੀ ਤਾਂ ਸੀ ਪੁਆਇੰਟ ਸੀ ਉਹਨਾਂ ਦੇ ਉੱਤੇ ਉਹਨੇ ਸੂਅਰ ਰਿਜ਼ਰਵ ਸੀ ਜਿਹੜੇ ਉਹਦੇ ਉਹਦੇ ਉੱਤੇ ਉਹਨੇ ਇੰਡੀਕੇਟ ਨਹੀਂ ਕੀਤਾ ਹੈ ਵੀ ਸਮਾਨ ਵਿੱਚ ਇਹ ਮਸਲਾ ਸੀ ਤੇ ਫਿਰ ਕਿਤੇ ਪੋਏਗਾ ਬੇ ਤੋਰੇ ਤੇ ਇਨਕਵਾਂਡੋ ਪ੍ਰੇਜ਼ੂਮੋ ਕੇ ਲਾ ਮੋਮੈਂਟੋ ਰਿਸੀਵ ਰਿਸੀਵਮੈਂਟ ਦਲੇ ਵਾਰ ਜਿਸਟਮ ਕਿ ਉਹਨੇ ਰਿਸੀਵ ਕੀਤਾ ਸੀ ਅ ਸਮੋਦਿਤ ਇਹ ਦਾ ਸਮਾਨ ਐਦ ਇਲੂਸੋ ਐਮਬਾਲਾਜੀ ਐਮਬਾਲਾਜੀਓ ਔਰ ਉਦੀ ਜਿਹੜੀ ਪੈਕਿੰਗ ਵੈਰਾ ਦੇਖੀ ਸੀ ਸੀ traverse zero in bonus stato the upper parent we oh di zaria alad jehdi si oh vadiya hai si ke isse tarike di hai si ke nahi jad vetture ne non cantianing su reserve motivate jisdam unne apne reserve vich yani ke apne letter di vetture vich indicate nahi kita hai vi te zari gal hai fer kidi kol po ban di hai fer kol po banegi vettore de hi fer vettore di hi responsibility ban di duske empe vair aya ਜੇ ਉਹ ਡਿਲੀਗੇਟ ਕਰ ਦਿੰਦਾ ਅਨੁਤਾਰੀ ਕਰ ਦਿੰਦਾ ਤੇ ਫਿਰ ਸਾਰੀ ਰਿਸਪੌਂਸਿਬਿਲਟੀ ਮਿਤਨ ਦੇ ਦਿਤ ਰਣੀ ਸੀ ਨਾਲ ਕਾਸ ਵਰਿਫਾਈ ਕਰਨ ਉਹ ਆਦਾਨੀ ਪਰ ਸੋਨੇ ਪਹਿਲੀ ਲੜਦਾ ਤਿੰਨ ਸੇਮ ਨੇ ਇਹ ਆਲਤਰੇ ਮੀਰਜੀ ਆ ਦੇ ਬੋਨਸ ਸਟੇਨੈਰ ਸਪੇਜ਼ੇ ਕੋ ਜ਼ਾਤੇ ਲਾਜ਼ਮੀ ਦੋ ਸਪੇਜ਼ੇ ਜਿਹੜੇ ਪੇਮੈਂਟ ਕਰਨੀ ਜਿਹੜੇ ਜਿਹੜੇ ਸਪੇਜ਼ੇ ਜਿਹੜੇ ਖਰਚੇ ਦੀ ਵਜ੍ਹਾ ਬਣਿਆ ਇਮਪਰੋਫੈਸ਼ਨਲ ਐਮਬੈਲਾਜੀਓ ਜੇ ਸਹੀ ਤਰੀਕੇ ਨਾਲ ਪੈਕਿੰਗ ਨਹੀਂ ਸੀ ਹੋਈ ਦਾ ਉਹਨਾਂ ਦੇ ਫਰੰਟੇ ਇਹ ਦਿਫੇਟੋ ਇਨ ਅਦਗੁਟAMENTE ਫਿਸਾਜੀ ਦਲੇ ਮਾਰਚੀ ਸੋਲਵਿਕੋਲੀ ਸੇਈ ਤ੍ਰਿਕਨਲ ਫਿਕਸ ਫਿਸਾਜੀ ਯੋਨੀ ਸੀ ਸਮਾਨ ਦੀ ਹੈ ਵੀ ਸੇਈ ਤ੍ਰਿਕਨ ਬੱਜੇ ਰੁਜੇ ਨਹੀਂ ਸੀ ਹੈ ਲਾ ਰਿਸਪੋਨਸabilità ਸੈਂਪਰੇ ਦੇਲ ਵੇਟੋਰੇ ਕਿਨ ਸੈਂਪਰੇ ਹਮੇਸ਼ਾ ਵੀ ਤੁਰਦੀ ਹੋਵੇਗੀ ਦੇਖੋ ਜੀ ਸੈਂਪਰੇ ਵੇਟੋਰੀ ਦੀ ਰਿਸਪੋਨਸਿਬਿਲਟੀ ਨਹੀਂ ਹੁੰਦੀ ਹੈ ਵੀ ਮੈਂ ਤੁਹਾਨੂੰ ਉੱਤੇ ਪੜ ਕੇ ਆ ਕੇ ਦੱਸ ਕੇ ਆਇਆ ਹਾਂ ਹਮੇਸ਼ਾ ਹੁੰਦੀ ਹੈ ਤਰ੍ਹਾਂ ਨੇ ਨਿਕੋਂਦੋ ਇਹਨਾਂ ਚੀਜ਼ਾਂ ਤੋਂ ਚੜ ਕੇ ਤਿੰਨ ਚੀਜ਼ਾਂ ਮੈਂ ਦੱਸਿਆ ਸੀ ਜਿਦੇ ਵਿੱਚ ਚੋਰੀ ਜਗਾਰੀ ਹੋ ਜਾਏ ਸਮਾਨ ਜੇ ਇਸ ਤਰ੍ਹਾਂ ਬੱਜੇ ਰੁਜੇ ਨਾ ਹੋਵੇ

ale materiale materiale cizanu ad altre alte altre alt, merci o tu jesa o si debbono sostenere spese causate in profession del imballaggio che è l'asmio un pem carni di che spese Heine, in professionally packing di ad una difettoso in il trattamento e fissaggio del della de sul vicoli

ਫਿਰ ਮਿਟੈਂਟ ਤੇ ਜਾਣੀ ਚਾਹੀਦੀ ਹੈ। ਜੇ ਲਗਾ ਕਾਜ਼ੋ ਇਨਕੀ ਵੈਰੀਫਿਕੇ ਆਨ ਦਾਨੀ ਯਰ ਪਰਸੋਨੇ ਮੈਟਰੀਆਲੇ ਚੀ ਇੱਕ ਕੋਜ਼ ਦੇ ਆਲtre ਐ ਮੈਟਰੀਆਲੇ ਯਲtre ਮਰਚੀ ਯੂ ਦੂਜੀ ਚੀਜ਼ਾਂ ਦੀ ਬੰਦਿਆਂ ਦੀ ਚੀਜ਼ਾਂ ਦੀ ਨੁਕਸਾਨ ਜੇ ਵੈਰੀਫਾਈ ਹੁੰਦਾ ਹੈ। ਦੇਵਨ ਸੁਸਤੇਨੇ ਰੇ ਕੋਜ਼ਾਤੇ ਇਮਪਰੋਫੈਸ਼ਨੇ ਡੇਲਾ ਮਬਾਲਾਜੀ ਜਿਸ ਪਤਾ ਲੱਗਦਾ ਕਿ ਇਮਪਰੋਫੈਸ਼ਨਲੀ ਯਾਨੀ ਕਿ ਇਮਬਾਲਾਜੀ ਪੈਕਿੰਗ ਬਰਾ ਪ੍ਰੋਪਰ ਨਹੀਂ ਹੈ। ਅਦੋਨਾ ਦਿਫੈਤੋ ਇਨ ਐਡਗਵਾਤੋ ਇਨ ਐਡਗਵਾਤੋ ਮੈਂਟੋਨ ਐਡਗਵਾਤੋਂ ਦੇ ਜਿਵੇਂ ਮناسب ਹੋਣਾ ਇਨ ਐਡਗਵਾਤੋ ਮناسب ਨਹੀਂ ਹੈ ਠੀਕ ਹੈ। ਫਿਸਾ ਜਿਓ ਫਿਕਸ ਹੋਣਾ ਦੇਲੇ ਮਾਰਚੀਸ ਵਿਗੋਲੀ ਗੱਡੀ ਦਾ ਸਮਾਨ ਦੇ ਉਤੇ ਲਰ ਰਿਸਪੌਂਸਿਬਿਲਿਟੀ ਐਥ ਸਵਾਲ ਸ਼ੁਰੂ ਹੁੰਦਾ ਹੈ ਰਿਸਪੌਂਸਿਬਿਲਟੀ ਤੇ ਦਲ ਦਸਤਨਾਤਾਰੀ ਉਹ ਕਹਿੰਦੇ ਦਸਤਨਾਤਾਰੀ ਦੀ ਰਿਸਪੌਂਸਿਬਿਲਿਟੀ ਹੋਵੇਗੀ ਦੇਖੋ ਜੀ ਸਮਾਨ ਹੋਂ ਦੇ ਪਿਛੇ ਦੱਸ ਰਹੇ ਨੇ ਇਹ ਪੈਕਿੰਗ ਨਹੀਂ ਠੀਕ ਹੈ ਫਿਸਾ ਜਿਓ ਨਹੀਂ ਠੀਕ ਹੈ ਉਹ ਦਸਤਨਾਤਾਰੀ ਉਹਨੇ ਆ ਕੇ ਥੋੜੀ ਤਵਨ ਸਮਾਨ ਬੰਨ ਕੇ ਦੇਣਾ ਹੈ ਕਹਿੰਦੇ ਸੇ ਨੋਨ ਫਰਮਾ ਟੋ ਲੈਟਰ ਵਿਦੁਰਾ ਜਲ ਤੇਰੇ ਵਿਦੁਰਨ ਫਰਮਾਰੇ ਨੀਂ ਕੀਦਰ ਜੀ ਮੈਂਟਾ ਲ ਮਾਰਚੀ ਜਾ ਦੋਨੇ ਰਸੀਵ ਕੀਤਾ ਸਮਾਨ ਵੈਲ ਗ੍ਰੇਨ ਫਾਲਸ ਹੈ ਜਦੋਂ ਨੇ ਫਰਮਾ ਤੋਂ ਨਹੀਂ ਕੀਤਾ ਉਹਨੇ ਸਵੀਕਾਰ ਨਹੀਂ ਕੀਤਾ ਸਮਾਨ ਫੇਰੇ ਦਾ ਮਤਲਬ ਇਹ ਹੈ ਉਹਨੇ ਫਰਮਾ ਕਰਨ ਦਾ ਤਾਂ ਦੀ ਕੰਟਰੈਕਟ ਖਤਮ ਹੋਣਾ ਹੈ ਇਸ ਕਰਕੇ ਔਰ ਬੈਸੇ ਵੀ ਇਹ ਜਿਹੜਾ ਪੈਕਿੰਗ ਵਗੈਰਾ ਨਾਲ ਉਹ ਭੇਜਨੇ ਨਾਲ ਸਮਾਨ ਤਾਲਕ ਇਸ ਦਿਸ਼ਨਾਤਾਰੀ ਨਾਉਂਦੇ ਨਹੀਂ ਹੈ ਫਾਲਸੋ ਨੈਲ ਕਾਜ਼ੋ ਦੀ ਵੈਰੀਫਿਕੇਸ਼ਨ ਦਾਨੀ ਪਰਸੋਂ ਨੇ ਸ਼ੁਰੂ ਤੋਂ ਹੀ ਮੀਤੀ ਤੀਸਰੀ ਲੈਣ ਤੋਂ ਕੁਐਸਚਨ ਸ਼ੁਰੂ ਹੋਣਾ ਹੈ ਕਿਨੇ ਪਰਸੋਂ ਨੇ ਮਿਤੀ ਵਾਲੇ 3 ਪਰ ਬੇਚੀ ਜੇ ਤੇ ਵੈਰੀਫਾਈ ਹੁੰਦਾ ਨਾ ਨੁਕਸਾਨ ਬੰਦਿਆਂ ਨੂੰ ਚੀਜ਼ਾਂ ਨੂੰ ਦੂਜੇ ਮਟੀਰੀਅਲ ਨੂੰ eh devono sostenere spese di cosa di in professione della imballaggio las mie pe de den ponne gi jere galat tarike nal yani ki packing wagara proper nahi si hoyi di fatto in adeguatamente fissaggio or sei tarike na bajje nahi asi da marchi saman su bhi koli gaddi de utte la responsabilità della futura responsibility ho jegi vi tore di quando le spese ho da ni jad jehra spese ya nuksaan hai non verificano cosa in as a teza we cana be ਵਿਤੋਰੇ ਦਸਮਾ ਪੋਵੇਗੀ ਜਦ ਵੈਰੀਫਾਈ ਨਹੀਂ ਹੁੰਦਾ ਨੁਕਸਾਨ ਹੋਇਦਾ ਇਨ ਜ਼ੇ ਦੇਜ਼ਾ ਇਨਕੰਪਲੀਟ ਤੇਜ਼ਾ ਦੇਲਾ ਇੰਡੀਕੇਸ਼ਨ ਦੇਲਾ ਰਿਪੋਰਟਾਟੋ ਜੇ ਸਹੀ ਨਹੀਂ ਹੈ ਵੀ ਇਨਕੰਪਲੀਟ ਹੈ ਔਰ ਇੰਡੀਕੇਸ਼ਨ ਅਕੋਰਡਿੰਗ ਨਹੀਂ ਹੈ ਰਿਪੋਰਟਾਟ ਜੇ ਲਿਖਿਆ ਸੋ ਲਾਤਰਾ ਦੀ ਵਿਤੂਰਾ ਦਲ ਮਿਤੇਂਤੇ ਵਿ ਲਾਤਰੇ ਵਿਤੂਰਾ ਦੋਤੇ ਮਿਤੇਂਤੇ ਪ੍ਰੋਪਰ ਲਿਖਿਆ ਪਰਤੇ ਜੇ ਨਹੀਂ ਕੀਤੀ ਹੈ ਤੇ ਕਹਿੰਦੇ ਕਿ ਪੋਵੇਦਾ ਕਿਦੇ ਕਿਦੇ ਉਤੇ ਰਿਸਪੋਨਸੀਬਿਲਤਾ ਵਿਤੋਰੇ ਤੇ ਵਿਤੋਰੇ ਦਾ ਕਾਦ ਪੋਵੇਗੀ ਜਦ ਅਰ ਇਸ ਜਦ ਮਿੱਤੈਂ ਤੇਨੇ ਲਿਖਤ ਪੜ੍ਹਦੇ ਨੀਗੀਤੀ ਜਿਹੜਾ ਸਮਾਨ ਸੀ ਉਹ ਨਹੀਂ ਲਿਖਿਆ ਜਾਂ ਉਹ ਨਹੀਂ ਲਿਖਿਆ ਵੀ ਲੇਤਰ ਵਿਧੁਰਾ ਤੇ ਫਿਰ ਮਿੱਤੈਂ ਦੀ ਗਲਤੀ ਹੈ ਇਹਦੇ ਵਿੱਚ ਬੇਤੋਰੇ ਦੇ ਕੋਈ ਗਲਤੀ ਨਹੀਂ ਹੈ ਫਾਲਸੋ ਕਹਿੰਦੇ ਨਾਲ ਕਾਤੋਂ ਇਨਕ ਵੀ ਵੀ ਇਹ ਇਨਕੇ ਜੇਥ ਹੈ ਵੈਰੀਫੀ ਕਰਨ ਦੇ ਦਾਨੀ ਪਰਸੋਨ ਜਦ ਵੈਰੀਫਾਈ ਹੁੰਦੇ ਨੁਕਸਾਨ ਆ ਬੰਦਿਆਂ ਨੂੰ ਇਹ ਮੇ ਦੇ ਮਿਟਰੀ ਮਿਟਰੀਅਲ ਮਟੀਰੀਅਲ ਨੂੰ ਅਲਤਰੀ ਮਾਰਚ ਯੂਰ ਦੂਸਰੇ ਸਮਾਨ ਨੂੰ Se si devono sostenere spese causate dalle spese che si hanno in è in un'improfessione, in un'improfessione, in un'improfessione, l'improfessione è in è in è in un'improfessione, l'improfessione è in un'improfessione è è in un'improfessione è è in un'improfessione, è in un'improfessione, l'improfessione è in un'improfessione, la responsabilità è in ਕਿੰਨੇ ਜਦ ਤੱਕ ਵੇਤੋਰੇ ਵਾਪਸ ਨਹੀਂ ਆਉਂਦਾ ਤੱਕ ਤਾਂ ਤੱਕ ਉਹਦੀ ਰਿਸਪਾਂਸਿਬਿਲਟੀ ਹੋਵੇਗੀ ਅਨਕ ਕੌਨ ਵੀ ਗੋਲੀ ਵੋਤ ਤਾਂ ਭਾਵੇਂ ਗੱਡੀ ਖਾਲੀ ਵੀ ਹੋਵੇ ਗਲਤੀ ਨਫਾ ਸੋਇਆ ਜਦ ਗੱਡੀ ਖਾਲੀ ਹੈ ਗੱਡੀ ਦੇ ਉੱਤੇ ਸਮਾਨ ਹੀ ਨਹੀਂ ਆਇਆ ਤਾਂ ਉਹਨਾਂ ਦੇ ਅਗਲੇ ਦੇ ਕਾਰਪਿਆ ਸਮਾਨ ਦਾ ਉਹ ਰਿਸਪਾਂਸਿਬਿਲਟੀ ਵੇਤੋਰੇ ਥੋੜੀ ਹੋ ਜਾਏਗੀ ਕਿੰਨੇ ਪਲਾਸ ਕਹਿੰਦੇ ਨੇ ਰਿਸਪਾਂਸਿਬਿਲਟੀ ਸੈਂਪਰੇ ਵੇਤੋਰੇ ਸੈਂਪਰੇ ਵੇਤੋਰੇ ਦੀ ਕਦੀ ਵੀ ਨਹੀਂ ਹੈ ਗਲਤ ਕਿੰਨੇ ਨਿਹਾਈਤ ਫਜ਼ੂਲ ਤਰੀਨ ਗੱਲ ਕਿਤੇ ਨਹੀਂ ਸਰਕੇ ਵੀ ਫਾਲਸੋ ਹਾਇ ਤੇ ਹੁਣ ਮੈਂ ਸ਼ੇਅਰ ਕਰਾਂ ਤੁਹਾਡੇ ਨਾਲ ਪ੍ਰੋਬਲਮ ਇ ਗਨੇਸੀਅਲ ਟ੍ਰਾਂਸਪੋਰਟੋ ਡੈਲਾ ਕੋਂਸੀਗਨਿਆ ਡੇਲੇ ਮਾਰਜੀ ਜੇ ਪ੍ਰੋਬਲਮ ਕੋਈ ਹੋਵੇ ਟ੍ਰਾਂਸਪੋਰਟ ਕਰਦੇ ਜਦ ਕੋਂਸੀ ਨਹੀਂ ਕਰ ਰਹੇ ਤੁਸੀਂ ਤੇ ਪ੍ਰੋਬਲਮ ਇ ਦੀ ਟ੍ਰਾਂਸਪੋਰਟੋ ਐ ਵੈਟਟੋਰੇ ਡੀਲਾ ਪ੍ਰੋਬਲਮ ਹੋਇਆ ਟ੍ਰਾਂਸਪੋਰਟ ਕਰਨ ਦੀ ਵਤੋ ਜਿਹੜਾ ਵਤੋ ਰੇ ਦੇਵੇ ਲਾਜ਼ਮੀ ਹੋ ਕੀ ਕਰੇ ਪ੍ਰਵੇਦੇ ਅਲਾ ਕੋਸਟਿਡਿਓ ਡੈਲਾ ਮਾਰਜੀ ਯਾਨੀ ਕਿ ਉਹ ਹਿਫਾਜ਼ ਕਰੇ ਸਮਾਨ ਦੇ ਆਪਣੇ ਕਸਟੋਡੀ ਵਿੱਚ ਰੱਖੇ ਠੀਕ ਹੈ ਜੀ ਕੇਦਰ ਇੰਡਿਕਾਸੀਓਨੇ ਡੈਲ ਮੀਤੇਂਤੇ ਔਰ ਇਨਫੋਰਮੇਸ਼ਨ ਲਵਾ ਮੀਤੇਂਤੇ ਕਿਸੇ ਵੀ ਕਿਸਮ ਦੀ ਪ੍ਰੋਬਲਮ ਹੋਵੇ ਪ੍ਰੋਬਲਮ ਕੋਈ ਵੀ ਹੋ ਸਕਦੀ ਹੈ ਠੀਕ ਹੈ ਜੇ ਕੋਈ ਵੀ ਪ੍ਰੋਬਲਮ ਅਗਰ ਮਾਰਗ ਨਹੀਂ ਮਿਲੇ ਪਹੁੰਚ ਨਹੀਂ ਸਕੇ ਵਿਚਾਰ ਨਹੀਂ ਸਕੇ ਜੋ ਵੀ ਹੈ ਤੁਸੀਂ ਕੀ ਕਰਨਾ ਆਪਣੀ ਕਸਟਰੀ ਵੀ ਸਮਾਨ ਰੱਖਣਾ ਔਰ ਕਿਹਦੇ ਰਿੰਡ ਇੰਡੀਕੇਸ਼ਨ ਹੈ ਕਿ ਦੇ ਕੋਲ ਮਿਤੇੰਤੇ ਕੋਲ ਫਿਰ ਪ੍ਰੋਬਲਮ ਦੀ ਕੌਨਸੀ ਨਹੀਂ ਆ ਇਵਿਟੋਰੇ ਦੀ 라ਵਿਟੋਰੇ ਐ ਪੋ ਦੀਪੋਸਿਟਾਰੇ ਲਾ ਮਰਜੀ ਕਨੇ ਡਿਪੋਜ਼ਿਟੋ ਵੀ ਯਾਨੀ ਕਿ ਹਿਫਾਜ਼ੀ ਰੱਖਾ ਸਕਦਾ ਸਮਾਨ ਲੋਕਾਲਿਓ ਪਬਲਿਕੋ ਡਿਪੋਜ਼ਿਟੋ ਦ ਪਬਲਿਕੋ ਡਿਪੋਜ਼ਿਟੋ ਯਾਨੀ ਕੋਈ ਨਜ਼ਦੀਕ ਪਬਲਿਕੋ ਡਿਪੋਜ਼ਿਟੋ ਹੈ ਵੇ ਰੱਖਣ ਵਾਲਾ ਸਮਾਨ ਸਾਮਰਥਾ ਜਗਾ ਤੇ ਉਥੇ ਸਮਾਨ ਜਿਹੜਾ ਹੈ ਉਹ ਹਿਫਾਜ਼ਤ ਵਿੱਚ ਰੱਖਾ ਸਕਦਾ ਹੈ ਪੋ ਫਾਰੇ ਪੋ ਫਾਰੇ ਵੇਂਦਰੇ ਲੇ ਮਰਜੀ ਕਨੇ ਸਮਰ ਵੇਚ ਸਕਦਾ ਪਰ ਲਾ ਕੋਨ ਤੋ ਦਿਲ ਬੈਂਤੋ ਦ੍ਰੀਤੋ ਕਨੇ ਜੇ ਇਹਨੂੰ ਹੱਕ ਹੈ ਕਿਸ ਰਤ ਵਿੱਚ ਹੁੰਦਾ ਹੈ ਕੋਨ ਦ੍ਰੀਤੋ ਦੀ ਰੀਮਬੋਰਸੋ ਦਲਾ ਸਪੇਸੇ ਸੁਸਤੈਨੂ ਤੋ ਕਨੇ ਜੀ ਦੇ ਵਿੱਚ ਜਿਹੜੇ ਸਪੇਸੇ ਨੇ ਜਿਹੜਾ ਖਰਚਾ ਵਗੈਰਾ ਕਮਸ ਕਮ ਵਾਪਸ ਆ ਜੇ ਇਨਕੇ ਜੇ ਪ੍ਰੋਬਲਮ ਹੋ ਰਹੀ ਹੈ ਕੌਨਸੀ ਨੀਆਂ ਦੇ ਵਿੱਚ ਠੀਕ ਹੈ ਕੋਨ ਪ੍ਰੋਬਲਮ ਜੀ ਟ੍ਰਾਂਸਪੋਰਟ ਕਰਨ ਦੇ ਵਿੱਚ ਹੈ ਫਿਰ ਇੰਡੀਕੇਸ਼ਨ ਲੈਣੀ ਮੈਂ ਤੈਨ ਤੇ ਦੂੰ ਠੀਕ ਹੈ ਸਮਾਨ ਆਪਣੇ ਕਸਟੋਮ ਵਿੱਚ ਰੱਖਣਾ ਹੈ ਕੌਨਸੇ ਨਹੀਂ ਹੈ ਪ੍ਰੋਬਲਮ ਹੋ ਰਹੀ ਹੈ ਤੇ ਫਿਰ ਸਮਾਨ ਕਈ ਕਿਸਮ ਦਾ ਹੁੰਦਾ ਹੈ ਕਈ ਕਿਸੇ ਇਸ ਤਰ੍ਹਾਂ ਦੇ ਫਿਰ ਸਮਾਨ ਹੁੰਦੇ ਨੇ ਜਿਹੜੇ ਕਿ ਵਾਪਸ ਲਿਆਉਣ ਤੋਂ ਨਹੀਂ ਉਹਨਾਂ ਦੀ ਵੈਲਿਊ ਖਤਮ ਹੋਣੀ ਹੈ ਜ਼ੀਰੋ ਹੋਣੀ ਹੈ ਬਹੁਤ ਘੱਟ ਜਾਣੀ ਹੈ ਠੀਕ ਹੈ ਤੇ ਇਸ ਤਰ੍ਹਾਂ ਸਮਾਨ ਜੇ ਅੱਗੇ ਪਿੱਛੇ ਕੌਨਸੇ ਨਹੀਂ ਕਰਨੀ ਵੀ ਪ੍ਰੋਬਲਮ ਆ ਜਿਵੇਂ ਨਤਾਰੀ ਉਹਨਾਂ ਮੈਂ ਤਾਂ ਨਾਲ ਰੌਪਤੇ ਨਾ ਹੋ ਰਹੇ ਉਹਨਾਂ ਤੇ ਫਿਰ ਉਹਦੇ ਵਿੱਚ ਆਪਸ਼ਨ ਹੁੰਦਾ ਹੈ ਕਿ ਖਰਾਬ ਹੋਣ ਤੋਂ ਵਧੀਆ ਕਿ ਉਹ ਕਿਸੇ ਕਮਸ ਕਮ ਕੀਮਤ ਜਿਹੜੇ ਖਰਚਿਆਂ ਦੀ ਕੀਮਤ ਉਹਨਾਂ ਵਿੱਚ ਵਿਕ ਜਾਏ ਦਪੋਜ਼ਿਟਾਰੇ ਲਾ ਮਾਰਚੀ ਦਪੋਜ਼ਿਟੋ ਕਰਸੇ ਤੇ ਤੁਸੀਂ ਸਮਾਨ ਠੀਕ ਹੈ ਜੀ ਇੱਕ ਲੋਕਾਲੇ ਦੀ ਪਬਲਿਕੋ ਦੀਪੋਜ਼ਿਟੋ ਦੇ ਤੇ ਸ਼ੁਰੂ ਕਰਦੇ ਨੇ ਤੇ ਕੁਐਸਚਨ ਕਹਿੰਦੇ ਵੀ ਤੋਰੇ ਜਿਹੜਾ ਜਿਹੜਾ ਵੀ ਤੋਰੇ ਪ੍ਰੋਬਲਮ ਦੀ ਕੋਂਸੀਨੀਆ ਦੇ ਮਾਰਚੀ ਯੂ ਨੂੰ ਪ੍ਰੋਬਲਮ ਹੈ ਸਮਾਨ ਕੋਂਸੀਨੀਆ ਕਰਨ ਦੇ ਵਿੱਚ ਇਨ ਟੈਂਪੋ ਟਾਈਮ ਸੀਰ ਯਾਨੀ ਕਿ ਲੇਟ ਹੋ ਰਿਹਾ ਸਮਾਨ ਠੀਕ ਹੈ ਜੀ ਪਰਕੋਜ਼ਾ ਨੋਨ ਇਨਪੁਟ ਮੁਕਾਬਲੇ ਆਲੂਈ ਕਿਉਂਕਿ وجہ ਜਿਹੜੀ ਹੈ ਵੇ ਲੇਟ ਹੋਣ ਦੀ ਲੇਕਿਨ ਇਹਦੀ ਗਲਤੀ ਨਹੀਂ ਹੈ ਵੀ ਦੇ ਵਿੱਚ ਠੀਕ ਹੈ ਜੀ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਨਾ ਕਿਸੇ ਕਿਦਰਾ ਬੰਦ ਹੋ ਗਏ ਨੇ ਸੜਕ ਬਰਫ਼ ਪੈ ਗਈ ਹੈ بارش ਪੈ ਗਈ ਹੈ ਪੁਲ ਟੁੱਟ ਗਿਆ ਕੋਈ ਵੀ ਪ੍ਰੋਬਲਮ ਹੈ ਇਹਨਾਂ ਦੀ وجہ ਜਿਹੜੀ ਹੈ ਇਹ ਇਹਦੀ ਵਿਤੋਰੇ ਦੀ ਨਹੀਂ ਹੈ ਵੀ ਗਲਤੀ ਦੇਵੇ ਕਮੂਨਕੂਏ ਪ੍ਰਵੇਦੇ ਅਲਾ ਕੁਸਤੀ ਦੀ ਦਰਮਾਰ ਦਰਮਾਰ ਚੇ ਉਹ ਲਾਜ਼ਮੀ ਹੈ ਧਿਆਨ ਰੱਖੇ ਕਸਟਰੀ ਵਿੱਚ ਰੱਖੇ ਪਾਸਤ ਵਿੱਚ ਰੱਖੇ ਸਮਾਨ ਜਿਹੜਾ ਹੈ ਦਰਸਕਨ ਬਿਵੇਰ ਹੋਇਆ ਸੇਲ ਬਤੋਰੇ ਹਾ ਪ੍ਰੋਬਲਮ ਹੀ ਅ ਕੋਨਸੀਨਿਆਰੇ ਲਮਾਰ ਚੀਜ਼ ਜੇ ਪਿੱਤੋਂ ਨੂੰ ਪ੍ਰੋਬਲਮ ਹੋਵੇ ਕੌਨਸੇ ਨਹੀਂ ਆਪੇ ਜਿੰਦ ਵੀ ਸਮਾਨ ਦੇ ਵੀ ਇਹਦੇ ਵਿੱਚ ਦੇ ਵੀ ਕਹਿਦ ਰਹੇ ਇੰਡੀਕੇਸ਼ਨ ਹੈ ਅਲ ਮਿਤੇਨ ਤੇ ਉਹਨੇ ਇੰਡੀਕੇਸ਼ਨ ਲੈਣੀ ਹੈ ਮਿਤੇਨ ਤੇ ਤੋਂ ਨਿਹਾਇਤ ਹੀ ਦਰੁਸਤ ਕਨ ਬਿਵੇਰ ਹੋਇਆ ਇੰਡੀਕੇਸ਼ਨ ਜ਼ਰੀ ਕਰ ਮਿਤੇਨ ਤੇ ਹੀ ਭੇਜਣ ਵਾਲਾ ਹੈ ਤੇ ਜ਼ਰੀ ਕਰ ਉਹਦੇ ਤੋਂ ਨਹੀਂ ਉਹਦੇ ਕੋਲੋਂ ਹੀ ਲੈਣੀ ਹੈ ਇੰਡੀਕੇਸ਼ਨ ਵੇਰ ਹੋਇਆ ਇਲ ਵਿਤੋਰੇ ਹਾ ਪ੍ਰੋਬਲਮ ਦੀ ਕੌਨਸੇਨੀਆ ਲਮਾਚੀ ਵਿਤੋਰੇ ਨੂੰ ਪ੍ਰੋਬਲਮ ਹੈਗੀ ਇਸ ਕੌਨਸੇਨੀਆ ਕਰਨ ਦੇ ਵੀ ਸਮਾਨ ਕਿਉਂ ਪ੍ਰੋਬਲਮ ਅਪਿਰਕੇ ਦਸਿਨਾਤਾਰ ਯੋ ਨੋਨ ਦਸਿਨਾਤਾਰੀ ਸਿ ਰਿਫਿਊਤਾ ਦੀ ਰਿਚੀਵਰਲਾ ਦਸਿਨਾਤਾਰੀ ਗਿਰਾ ਮਾਲਿਕ ਰਿਸੀਵ ਕਰਨਾ ਸੀ ਜਿਹਨੇ ਸਮਾਨ ਜਾਣਾ ਸੀ ਉਹਨੇ ਰਿਫਿਊਜ਼ ਕਰ ਦਿੱਤਾ ਰਿਸੀਵ ਕਰਨ ਦੇ ਵਿੱਚ ਪੋਜੀਟਿਵ ਵਿਦੇਸਦਾਰ ਲਾ ਮਾਰਚੀ ਮਰਚੇ ਕਨੇਓ ਫਾਸ ਤਵੀ ਰਖਦਾ ਸਮਾਨ ਉਹਨਾਂ ਲੋਕਾਂ ਲੇ ਕੋ ਪਬਲਿਕੋ ਦਪਾਜੀ ਤੋ ਕਨੇ ਪਬਲਿਕੋ ਦਪਾਜੀ ਤੋ ਲੁਕਾ ਲੇ ਜਿਹੜਾ ਉਹਦੇ ਵਿੱਚ ਅਕੋਰ ਦੇ ਦਲਾ ਮਿਤੇਂਤੇ ਮਿਤੇਂਤੇ ਦੇ ਗੋਰਦ ਨਾਲ ਯਾਨੀ ਕਿ ਉਹਨੂੰ ਜੇ ਮਿਤੇਂਤੇ ਜਿਹੜਾ ਉਹ ਰਾਜ਼ੀ ਹੈ ਤਾਂ ਫਿਰ ਡਿਪੋਜ਼ਿਟ ਪਬਲਿਕ ਉਹ ਜਿਹੜਾ ਉਸਮਾਨ ਇਹ ਡਿਪੋਜ਼ਿਟ ਕਰਾ ਸਕਦਾ ਹੈ ਅਫਾਸਤ ਵੀ ਰੱਖ ਸਕਦਾ ਹੈ ਦਰਸ਼ਕਾਂ ਨੂੰ ਬੇਵਰਿਆ ਇਹ ਅਕੋਰਡ ਦਲੇ ਕੋਲ ਮੀਤੰਤੇ ਅਕੋਰਡੋ ਹੋਵੇ ਮੀਤੰਤੇ ਵੀ ਤੇ ਯਾਨੀ ਰਾਜ਼ੀ ਹੋਣ ਜਿਹਦੇ ਮੀਤੰਤੇ ਇਹ ਗੱਲ ਦਾ ਕੈਨਲ ਵੀ ਤੋੜਿਆ ਹਾ ਪ੍ਰੋਬਲਮ ਹੀ ਜੇ ਵਿਤੋੜੇ ਹੈਗੇ ਪ੍ਰੋਬਲਮੀ ਕੌਨਸੀ ਨਹੀਂ ਆ ਰਹੀ ਲਮਾਰਚੀ ਸਮਾਨ ਭੇਜਣ ਦੇ ਵਿੱਚ ਪਹੁੰਚਾਣ ਦੇ ਵਿੱਚ ਇਨਕੋ ਆਂਦੋਰ ਦਿਸਤੀ ਨਤਾਰੀ ਰ ਰੈਪੀਰੀਵਿਲੇ ਉਹ ਦੇਸ ਨਾ ਤਰੀ ਜਿਹੜਾ ਨਾ ਅਗਰ ਰਿਫਿਊਜ਼ ਕਾਲੇ ਹੋਣ ਲੇਕਿਨ ਇਰ ਰੈਪੀਡੀਬਲ ਯਾਨੀ ਕਿ ਮਿਲੇ ਹੀ ਨਹੀਂ ਦੇਸ ਨਾ ਤਰੀ ਉਹ ਯਾਨੀ ਕਿ ਉਹਦੇ ਤੋਂ ਨਹੀਂ ਐਕਸੈਸ ਹੀ ਨਹੀਂ ਹੋ ਸਕਿਆ ਮਿਲੇ ਨਹੀਂ ਆਇਆ ਵੀ ਸੇਲੇ ਮਾਰਜੀ ਅਸਜੇ ਤੋ ਰਪੀ ਦਾ ਦਤਰੀਆ ਮੈਂ ਤੋ ਜੇ ਸਮਾਨ ਇਸ ਤਰ੍ਹਾਂ ਦਾ ਹੈ ਕਿ ਜਲਦੀ ਜਲਦੀ ਇਹਨੇ ਖਰਾਬ ਹੋ ਜਾਣਾ ਹੈ ਠੀਕੇ ਦੀ ਵੈਲੀਅੂ ਖਤਮ ਹੋ ਜਾਣੀ ਹੈ ਪੋ ਫਾਰੇ ਵੈਂਡਰ ਲਾ ਪਰ ਕੋਂਟੋ ਦੇ ਪ੍ਰੋਪੀਓ ਕੈਨ ਅਕਾਊਂਟ ਦੇ ਮਾਲਕ ਦੇ ਅਕਾਊਂਟ ਦੇ ਨਾਲ ਕਹਿੰਦੇ ਨੇ ਬਈ ਉਹਦੇ ਅਕੋਰਡੋ ਹੋਣ ਦੇ ਨਾਲ ਕਹਿੰਦੇ ਬੇ ਇਹ ਜੇ ਖਰਾਬ ਹੋਣ ਦਾ ਹਾਦਸਾ ਹੋਵੇ ਸਮਾਨ ਦਾ ਤਾਂ ਇਹ ਵੇਚ ਸਕਦੇ ਕਮ ਸਕਮ ਸਪੇਸ ਤੇ ਨਿਕਲ ਸਕਣਾ ਜਿਹੜਾ ਖਰਚੇ ਤੇ ਨੇ ਉਹ ਤੇ ਨਿਕਲ ਸਕਣਾ ਦਰਸ ਕਿੰ ਬੇ ਵੇਰ ਹੋਇਆ ਜੇ ਜਲਦੀ ਖਰਾਬ ਹੁੰਦਾ ਹੋਵੇ ਤਾਂ ਯਾਨੀ ਕਿ ਕੋਈ ਵੀ ਸਮਾਨ ਮਾਲਕ ਖਾਲਕ ਜੇ ਵੋਗੇ ਬਿਸ਼ੈ ਨਹੀਂ ਲਿਬਾ ਤੇ ਤੁਸੀਂ ਡਾਇਰੈਕਟ ਵੇਚੀ ਦਿਓ ਮੈਂ ਤੇਨ ਤੇਰਾ ਰਾਬਤਾ ਕਰਨਾ ਮੈਂ ਤੇਨ ਰਾਬਤਾ ਕਰਨਾ ਕਰਕੇ ਤੇ ਪੁੱਛਣਾ ਕਿchna ਇੰਡੀਕੇਸ਼ਨ ਆਦਰਵਾਇਜ਼ ਜੇ ਜਲਦੀ ਖਰਾਬ ਹੋਣ ਵਾਲਾ ਜੇ ਔਰ ਉਹਨਾਂ ਦੇ ਉਹ ਕੋਰਦੋਨੇ ਤੇ ਫੇਰ ਤੁਸੀਂ ਚਾਹੋ ਤੇ ਆਖਰੀ ਹਾਲ ਹੁੰਦਾ ਹੈ ਕਹਿੰਦੇ ਇਸ ਲਈ ਵੀ ਤੋਰੇ ਹਾ ਪ੍ਰੋਬਲਮ ਵੀ ਦੀ ਕੰਸੀਨਿਟੀ ਹੈ ਲੇ ਮਾਰਚ ਲੇ ਮਾਰਚ ਕੰਨੇ ਪ੍ਰੋਬਲਮ ਹੈਗੀ ਇੱਕ ਸਮਾਨ ਕੌਨਸੀ ਨਹੀਂ ਕਰਨੇ ਵਿੱਚ ਦੇਸਨਾਤਾਰੀ ਨੂੰ ਰਿਜ਼ਲਟ ਇਰ ਰਿਪੇਰੀਬਿਲੇ ਯਾਨੀ ਕਿ ਮਿਲਿਆ ਹੀ ਨਹੀਂ ਹੈ ਵੀ ਲੱਭਾਈ ਨਹੀਂ ਹੈ ਇਹ ਜਿਹੜਾ ਇਰ ਰਿਪੇਰੀਬਿਲੇ ਹੈ ਦੇਸਨਾਤਾਰੀ ਨੂੰ ਜਿਹਨੂੰ ਸਮਾਨ ਜਾਣਾ ਸੀ ਉਹ ਇਰ ਰਿਪੇਰੀਬਿਲੇ ਇਨ ਅਕੋਰਡੋ ਕੋਲਮੀ ਤੇ ਅੰਦੇ ਪਹਿਲੇ ਇੱਕ ਹੋਰ ਤੋਂ ਕਰਨਾ ਮੀਤੇਂ ਤੇ ਦਨੋ ਪੋਦੀ ਪਿਟ ਡਿਪੋਜ਼ਿਟਾਰੀ ਲਾ ਮਾਰਚੀ ਕੰਨੇ ਡਿਪੋਜ਼ਿਟਾਰੀ ਕਰ ਸਕਦਾ ਸਮਾਨ ਇਨ ਉਨਾ ਲੋਕਾਲੇ ਪਬਲਿਕੋ ਡਿਪੋਜ਼ਿਟੋ ਕੰਨੇ ਪੇ ਇਹ ਸਮਾਨ ਹਫਾਜ਼ਤੀ ਰੱਖਾ ਸਕਦਾ ਇੱਕ ਪਬਲਿਕੋ ਡਿਪੋਜ਼ਿਟੋ ਪਬਲਿਕ ਪਬਲਿਕੋ ਡਿਪੋਜ਼ਿਟੋ ਜਿਹੜਾ ਤਸਦੀਕ ਹੈ ਵੈ ਇੱਕ ਗੋਦਾਮ ਇਹ ਜਗਾ ਥਾ ਹੈ ਵੇ ਜੇ ਇਨ ਅਕੋਰਡੋ ਕੋਲ ਮੀ ਤੈਂ ਤੇ ਜਿ ਮੀ ਤੈਂ ਤੇ ਅਕੋਰਡੋ ਹੈਗੇ ਤੇ ਉਹ ਰਾਜੀ ਹੈਗੇ ਤੇ ਦਰਸ਼ਕਾਂ ਬੇਵਰੇ ਆ ਐਗਨਵੇ ਸੇਲ ਵਤੋ ਰਹਾ ਪ੍ਰੋਬਲਮ ਇਹ ਬਤੋ ਰਹੀ ਪ੍ਰੋਬਲਮ ਹੈਗੀ ਇਹ ਅ ਕੌਂਸੇ ਨਿਆਰ ਇ ਲਾ ਮਾਰਚੀ ਸਮਾਨ ਭੇਜਣ ਦੇ ਵੀ ਕੌਂਸੇ ਰਿਆ ਕਰਨ ਦੇ ਵਿੱਚ ਦੇ ਬਿਕੇ ਡਰੇ ਇੰਡੀਕਾਸੀਓਨ ਇਸ ਡੈਸਟੀਨਤਾਰੀ ਕਨੇ ਡੈਸਟੀਨਾਸ਼ਾਰੀ ਤੁ इंडिकेशन लो इन नॉमितेनते लेकिन मितेनते तो नहीं देखो जी इंडिकेशन जड़ी होनी है ना वो लेनी होती है मितेनते तो डेसिनाटरी है तो नहीं है पहले इंडिकेशन क्योंकि सामान पे जनाला मालिक तो पिछला है ना भेजने वाला जड़ा ओदे को इंडिकेशन लेनी है और प्रॉब्लम हो रही कौन सी नहीं करने से तो इस करके मितेनते को लेनी है गलत कि निफास होया ठीक है अगर मितेनते को लेनी नहीं डेसिनाटरी को लेनी है ਜੇ ਕੋ ਪਤਾ ਤਾਂ ਅੱਗੇ ਪਿੱਛੇ ਹੋਵੇ ਤੁਹਾਨੂੰ ਵੀ ਰਾਬਤਾ ਕਰਨਾ ਠੀਕ ਹੈ ਲੇਕਿਨ ਇਹ ਇੰਡੀਕੇਸ਼ਨ ਜੀ ਲੈਣੀ ਹੈ ਉਹ ਜਿਹਦਾ ਸਮਾਨ ਹੈ ਭੇਜਣਾ ਜਿਹੜਾ ਮੀਟਮ ਤੁਹਾਨੂੰ ਦੁਰ ਲੈਣੀ ਵੀਤੋਰੇ ਹੈ ਪ੍ਰੋਬਲਮ ਦੀ ਕਨਸੀਨੇਰੇ ਲੇ ਮੇਰਜੀ ਇਨ ਟੈਂਪੋ ਜੇ ਵੀਤੋਰ ਨੂੰ ਪ੍ਰੋਬਲਮ ਹੈ ਕਨਸੀਨੇਹਾਰੇ ਭੇਜਣ ਤੋਂ ਉਸ ਸਮਾਨ ਭਜਾਣ ਤੋਂ ਟਾਈਮ ਸਿਰ ਪਰ ਕੋਜ਼ਾ ਨੋਨ ਇੰਪੋਟਾਬਿਲੇ ਅਲੂਕਿਓ ਕਿ ਵਜਾ ਉਹ ਇਹਦੀ ਨਾ ਪਹੁੰਚਣ ਦੀ ਹੈ ਲੇਟ ਪਹੁੰਚਣ ਦੀ ਇਹ ਵੀਤੋਰੇ ਨਹੀਂ ਹੈ ਵੀ ਇਹਨਾਂ ਦੀ ਗਲਤੀ ਨਹੀਂ ਹੈ ਨੋਨ ਤੈਨੂੰ ਤਾਂ ਅਰਾਕਸਟੋਡੀਆ ਦੇ ਲਮਾਰਚੀ ਕੰਨ ਨਹੀਂ ਇਹਨਾਂ ਨੂੰ ਲਾਜ਼ਮੀ ਹੈ ਕਿ ਆਪਣੀ ਹਿਫਾਜ਼ਤ ਦੇ ਵਿੱਚ ਸਮਾਨ ਦੇਖੋ ਜੀ ਸਮਾਨ ਜਦੋਂ ਬਿਤੋਰੇ ਦੀ ਕਸਟੋਡੀ ਵਿੱਚ ਹੈ ਤਾਂ ਉਹਨੇ ਹੀ ਇਹਦਾ ਧਿਆਨ ਰੱਖਣਾ ਹੈ ਹਿਫਾਜ਼ਤ ਕਰਨੀ ਹੁੰਦੀ ਹੈ ਇਸ ਕਰਕੇ ਭਾਵੇਂ ਲੇਟ ਵੀ ਹੁੰਦਾ ਪਿਆ ਭਾਵੇਂ ਉਹਦੀ ਗਲਤੀ ਨਹੀਂ ਹੈ ਸਮਾਨ ਦੀ ਹਿਫਾਜ਼ਤ ਬਿਤੋਰੇ ਦੇ ਸਿਰ ਤੇ ਹੈ ਇਸ ਕਰਕੇ ਫਾਲਸ ਹੋ ਬਿਤੋਰੇ ਹੈ ਪ੍ਰੋਬਲਮ ਨਹੀਂ ਕੰਸੀਨੀਆਰ ਹੈ ਲਮਾਰਜੀ ਬਤੌਰਨ ਪ੍ਰੋਬਲਮ ਹੈ ਕਿ ਕੰਸੀਨੀ ਕਰਨ ਦੇ ਵੀ ਸਮਾਨ ਹੈ ਮੇਰੀ ਚੀਜ਼ ਦਿੱਸਦੀ ਨਾ ਤਰੀਓ ਦਸਤੀ ਨਦਾਰੀ ਮਾਲਕ ਨੂੰ ਕਹਿੰਦੇ ਇਹ ਸਮਾਨ ਫਿਰਕੇ ਕੰਸੀਨਾਈ ਕਰਨ ਵਿੱਚ ਪ੍ਰੋਬਲਮ ਹੈ ਠੀਕ ਹੈ ਜੀ ਸਮਾਨ ਨੂੰ ਫਿਰ ਕੇ ਦਸ ਨਦਾਰੀ ਉਸੀ ਰਿਫਿਊਤਾ ਦੀ ਰਿਸੀਵਰਲਾ ਕਿਉਂਕਿ ਦਸ ਨਦਾਰ ਜਿਹੜੇ ਮਾਲਕ ਉਹਨੂੰ ਰਿਫਿਊਜ਼ ਕਰ ਦਿੱਤਾ ਹੈ ਰਿਸੀਵ ਕਰ ਦੋ ਸਮਾਨ ਪੋ 디 ਚੇdere ਵੈਂਡਰਲਾ ਕਨੇ ਉਹ ਵੇਚ ਸਕਦਾ ਇਨਕੁਐਸਟੋ ਕਾਜ਼ੋ ਸੀ ਰਿਕਾਵੋ ਸਪੇਟਾਈ ਇੰਟਰ ਇੰਟਰਮੈਂਟੇ ਅਲਵੇਟੋਰੇ ਜੇ ਹੈਰੀ ਫੋਕਾਓ ਜਿਹੜਾ ਰੈਵਨਿਊ ਆਵੇਗਾ ਨਾ ਜਿਹੜੀ ਬਚਤ ਆਵੇਗੀ ਇਹ ਇਹਦੇ ਵਿੱਚ ਹੋਵੇਗੀ ਵਿਤੋਰੇ ਦੀ ਗਲਤ ਕਿਨ ਫਾਲਸ ਹੋਇਆ ਜੇ ਤਾਂ ਐਨਜੀ ਸਮਾਨ ਵੇਚਣਾ ਨਹੀਂ ਹੈ ਵੀ ਠੀਕ ਹੈ ਪਹਿਲੇ ਇੰਡੀਕੇਸ਼ਨ ਲੈਣੀ ਆ ਠੀਕ ਹੈ ਜੇ ਕੋਈ ਹੋਰ ਦੋਵਣ ਜੇ ਸਮਾਨ ਇਹ ਹੋਵੇ ਨਾ ਪ੍ਰੋਬਲਮ ਹੋਇਆ ਕਿ ਜਲਦੀ ਖਰਾਬ ਹੋ ਜਾਣ ਵਾਲਾ ਤਾਂ ਫਿਰ ਉਸੁਰਤ ਵੀ ਵਿਜਨੇ ਚ ਆਪਸ਼ਨ ਹੁੰਦਾ ਹੈ ਇਹ ਨਹੀਂ ਹੈ ਕਿ ਤੁਸੀਂ ਅਗਲੇ ਰਿਫਿਊਜ਼ ਕਰਦੇ ਤੁਸੀਂ ਦਸਤੀ ਵੇਚੋ ਪਿੱਛੇ ਇੰਡੀਕੇਸ਼ਨ ਲਓ ਨਾ ਪਿੱਛੋਂ ਰਾਬਤਾ ਕਰੋ ਮੇ ਤਾਂ ਨਾਲ ਗਲਤ ਕਿਨ ਫਾਲਸ ਹੋਇਆ ਤੇ ਨਾ ਨੋ ਨੋ ਕੁਐਸਚਨ ਕਰਨੇ ਮੈਂ ਇਹ ਵਿਤੋ ਰਿਹਾ ਪ੍ਰੋਬਲਮ ਹੈ ਦੀ ਕੰਸੀਨੀਆਰੇ ਲੈ ਮਾਰਚੀ ਕਿਨੇ ਬਤੁਰਨੇ ਹੋਗਾ ਜੇ ਪ੍ਰੋਬਲਮ ਕੰਸੀਨੀਆਰੇ ਕਰਨ ਦੇ ਵੀ ਸਮਾਨ ਵੇ ਲਾ ਵੈਂਦੇ ਪਰ ਕੋਨਟੋ ਦੇ ਪ੍ਰੋਪੀਟਾਰੀਓ ਕਿਨੇ ਵੈਂਦੇ ਵੇਚੇਗਾ ਕੋਨਟੋ ਪ੍ਰੋਪੀਟਾਰੀ ਦੇ ਦੇਖੋ ਜੀ ਵੇਚਣਾ ਤਾਂ ਸਮਾਨ ਦਾ ਆਖਰੀ ਹਾਲ ਹੁੰਦਾ ਜਦ ਸਮਾਨ ਨਜ਼ਰ ਆਉਂਦਾ ਵੇ ਖਰਾਬ ਹੋਣ ਦੇ ਵਾਲਾ ਹੈ ਇਨਕਿ ਥੋੜੀ ਦੇਰ ਵਿੱਚ ਜੇਤੀ ਖਰਾਬ ਹੋ ਜਾਏਗਾ ਠੀਕ ਹੈ ਇਹ ਨਾ ਵਾਪਸ ਲਿਜਾਣ ਜੁਗਾ ਨਾ ਇੱਥੇ ਛੱਡਣ ਜਗ੍ਹਾ ਮਾਲਕ ਨਾਲ ਜਿਹੜਾ ਦੱਸੇ ਨਾ ਤਾਂ ਉਹਦੋਂ ਰابطਾ ਨਹੀਂ ਹੋ ਰਿਹਾ ਤੇ ਠੀਕ ਹੈ ਇਦਾਂ ਇੱਥੇ ਇਦਾਂ ਕੋਈ ਵੀ ਸਿ ਲੇ ਸਪੇਸ ਦੇ ਰਿਜ਼ਲਟਾਂੋਂ ਸੁਪਰੀਓਰੇ ਰਿਕਾਵੀ ਰਿਕਾਵੀ ਜਿਵੇਂ ਕਿ ਜਿਹੜਾ ਰੈਵਨਿਊ ਆਉਂਦਾ ਹੈ ਨਾ ਸਮਾਨ ਵੇਚਣ ਤੋਂ ਬਾਅਦ ਕਹਿੰਦੇ ਸਪੇਸ ਦੇ ਭਾਵੇਂ ਉਹਦੇ ਨਾਲ ਵੱਧ ਵੀ ਆਉਂਦਾ ਹੈ ਜੇ ਸਪੇਸ ਦੇ ਵੱਧ ਉਹ ਸਪੇਸੇ ਵੀ ਨਹੀਂ ਕੱਢੇਗਾ ਤਾਂ ਵਿਤੂਰੇ ਨੇ ਪੈਸੇ ਕਿੱਥੋਂ ਲਗਣਗੇ ਸਪੇਸ ਦੇ ਤਾਂ ਕਰਨੇ ਚਾਹੀਦੇ ਨੇ ਕੰਮ ਤੋਂ ਕੰਮ ਸਮਾਨ ਉਜਾਈ ਦੇਣਾ ਨਾ ਇੱਥੇ ਵੀ ਗਲਤ ਹੋ ਗਏ ਕਹਿੰਦੇ ਵਿਤੂਰੇ ਨਾ ਹਾਜ਼ਰੀ ਤੋਂ ਕਹਿੰਦੇ ਵਿਤੂਰੇ ਨੇ ਦ੍ਰਿਦਤੋ ਨਹੀਂ ਆਕੀ ਨਹੀਂ ਰੱਖਦਾ ਦ੍ਰਿਦਤੋ ਨਹੀਂ ਰੱਖਦਾ ਵਿਤੂਰੇ ਜਿਹੜਾ ਐਦ ਅਲਕੂਨ ਰੀਮਬੋਰਸੋ ਦੇ ਲ ਸਪੇਸ ਉਸ ਤੇ ਨੂੰ ਦੋ ਜੇ ਸਪੇਸੇ ਉਹਨੇ ਖਰਚਾ ਕੀਤਾ ਆ

ਨੋਨ ਸਿਆਨੋ ਇੰਪੋਟਾਬਿਲੇ ਅਲੂਈ ਕੈਨ ਜੇ ਲੇਟ ਹੋਇਆ ਜਾਂ ਫਿਰ ਜਿਹੜਾ ਸਮਾਨ ਅ ਰਿਟਾਡੋ ਲੇਟ ਹੋਇਆ ਜਾਂ ਫਿਰ ਰਿਕਵਰ ਬਣੀ ਹੈ ਜੇ ਉਹਦੀ ਉਹ ਵਜ੍ਹਾ ਨਹੀਂ ਹੈ ਤਾਂ ਕੈਨ ਉਹ ਕੈਨਸਲ ਕਰ ਸਕਦਾ ਹੈ ਟ੍ਰਾਂਸਪੋਰਟ ਕਰਨਾ ਗਲਤ ਕੈਨ ਫਾਲਸ ਹੋਇਆ ਕਿਉਂਕਿ ਉਹਨੇ ਜ਼ਿੰਮੇਵਾਰੀ ਲਈ ਹੈ ਤੇ ਜ਼ਿੰਮੇਵਾਰੀ ਲੈ ਕੇ ਉਹਨੇ ਸਮਾਨ ਪਛਾਣਾ ਹੁੰਦਾ ਹੈ ਆਦਰਵਾਇਜ਼ ਇੰਡੀਕੇਸ਼ਨ ਦੇ ਅਮਲ ਕਰਨਾ ਜਿਹੜੀ ਮਿਤੇਨ ਤੇ ਵਗਾਰ ਦੇ ਹੋਣਗੀਆਂ ਇਸ ਕਰਕੇ ਫਾਲਸੋ ਹੁਣ ਅਗੇ ਜੇ ਕਿ ਕੋਂਟਰਾਟੋ ਦੀ ਸਪੇਡੀਸਿਓਨੇ ਉਹ ਏਜੰਸੀਆ ਮੀਡੀਆਜ਼ਿਓਨੇ ਇੱਕੋ ਹੀ ਕੰਟਰੈਕਟ ਹੁੰਦੇ ਨੇ ਬੇਸਿਕਲੀ ਇਹ ਜੀ ਹੁੰਦੇ ਨੇ ਕੰਟਰੈਕਟ ਹੁੰਦਾ ਜੇ ਜੇ ਤੇ ਹੋਵੇਗਾ ਨਾ سپੇਦੀਜ਼ਿਓਨ سپੇਦੀਜ਼ਿਓਨ سپੇਦੀਜ਼ਿਓਨੇ سپੇਦੀਜ਼ਿਓਨੇ ਹੁੰਦਾ ਇਹ ਮਿਕ ਇੱਕ ਦਾ ਰਾਜਿਮੇ ਕਿ ਪੋਸਟ ਆਫਿਸ ਸੇ ਪੋਸਟ ਆਫਿਸ ਨੂੰ ਮੰਦਾਨ ਤੇ ਭੇਜੇਗਾ ਆਪਣਾ ਕੰਟਰੈਕਟ ਦੇਗਾ ਠੀਕ ਹੈ ਅ ਮੈਂ ਸੌਰੀ ਮੰਦਾਨ ਤੇ ਹੋਵੇਗਾ ਪੋਸਟ ਆਫਿਸ ਪੋਸਟਾ ਜਿਹੜਾ ਇਟਾਲੀਅਨ ਉਹ ਅਗੂ سپੇਦੀਜ਼ਿਓਨੇਰ ਅਗੂ ਨਾਲ ਕਨੈਕਟਡ ਹੋਣਗੇ ਉਹਨਾਂ ਨੂੰ ਕੰਟਰੈਕਟ ਦੇਣਗੇ ਅਗੂ ਉਹ ਕੰਟਰਾ ਤੇ ਟ੍ਰਾਂਸਪੋਰਟ ਉਹ ਅੱਗੇ ਪਾਰਟੀ ਦੇ ਨਾਲ ਕਰਨਗੇ ਇਸ ਪੇਤੀ ਜਿਹੜਾ ਨਾ ਸੈਂਟਰਲਾ ਹੁੰਦੇ ਨੇ ਠੀਕ ਹੈ ਜਿਹੜਾ ਕਿ ਮੁੰਦਾਂ ਤੋਂ ਕੁੱਲ ਸਮਾਨ ਲੈਂਦੇ ਨੇ ਆਪਣੀ ਫੀਸ ਰੱਖਣਗੇ ਪਲੱਸ ਅੱਗੇ ਕੰਟਰੈਕਟ ਦੇਣਗੇ ਕੰਟਰਾ ਦੇ ਟ੍ਰਾਂਸਪੋਰਟ ਤੋਂ ਟ੍ਰਾਂਸਪੋਰਟ ਕਰਨ ਲਈ ਠੀਕ ਹੈ ਜੀ ਇਸੇ ਤਰ੍ਹਾਂ ਕੰਟਰੈਟੋ ਦੀ ਜੈਂਸੀਆ ਦਾ ਵੀ ਇਸੇ ਤਰ੍ਹਾਂ ਹੀ ਹੁੰਦਾ ਉਹਦੇ ਵਿੱਚ ਕومیਟੈਂਟ ਤੇ ਕਹਿੰਦੇ ਕومیਟੈਂਟੇ ਜਿਹੜਾ ਵੇ ਉਹ ਏਜੈਂਟ ਏਜੈਂਟ ਹੋਵੇਗਾ ਏਜੰਸੀ ਦਾ ਜਿਹਨੂੰ ਕਿ ਆਪਣਾ ਸਮਾਨ ਦੇਗਾ ਉਹ ਅੱਗੋਂ ਫਿਰ ਏ ਕੰਪਨੀ ਨੂੰ ਦੇਗਾ ਜਿਵੇਂ ਪੋਸਟ ਆਫਿਸ ਹੋ ਗਿਆ ਉਹਨੇ ਫਿਰ ਅਗਿਆ ਕੰਟਰੈਕਟ ਕਰਨਾ ਹੈ ਮੀਡੀਏਟਰ ਜਿਹੜਾ ਹੁੰਦਾ ਕਿ ਮੀਡੀਆ ਮੀਡੀਏਟਰ ਤੇ ਮੁਰਾਦ ਯਾਨੀ ਕਿ ਜਿਹੜਾ ਕਿ ਕੰਟੈਕਟ ਕਰਾਂਦਾ ਠੀਕ ਹੈ ਜੀ ਯਾਨੀ ਕਿ ਮੀਡੀਏਟੋਰੇ ਹੁੰਦਾ ਥਰਡ ਪਰਸਨ ਜਿਹੜਾ ਕਿ ਦੋਵਾਂ ਦਾ ਆਪਸ ਵਿੱਚ ਰਾਬਤਾ ਕਰਾਂਦਾ ਹੈ ਔਰ ਡੀਲ ਵਗੈਰਾ ਕਰਾਂਦਾ ਹੈ ਠੀਕ ਹੈ ਜੀ ਜਿਵੇਂ ਕਿ ਮੀਡੀਟੋਰੇ ਜਿਹੜਾ ਕਿ ਥਰਡ ਪਰਸਨ ਹੁੰਦਾ ਹੈ ਤੇ ਕਹਿੰਦੇ ਨੇ ਬਈ ਇਹ dal <trall>, le parti de di una contratto che ne delle tra le parti jide part hai gane contract de juna contratto contract de di merci siman transport karn wala contract hai gae contratto di trasporto di merci vi sono spedizioniere or spedizioniere or id dilawa destinatario destinatario thodi spellange galat ho gane ਕੌਣ ਹੁੰਦਾ ਜੀ ਇਹਦੇ ਵਿੱਚ ਹੁੰਦਾ ਸਪੇਦੀਜਿਨਰੇ ਤੇ ਦਸਤਿਨਾਟਾਰਿਓ ਜਿਹੜੀ ਗੱਲੇ ਤਰਾਲੇ ਪਾਰਟੀ ਦੇ ਕੋਨਟਰੈਕਟ ਦੇ ਪਾਰਟ ਵਿਚ ਉਹ ਜਿਹੜੀ ਗੱਲੇ ਸਪੇਦੀਜਿਨਰੇ ਉਹ ਦਸਤਿਨਾਟਾਰੀ ਹੁੰਦਾ ਠੀਕ ਹੈ ਇਸ ਕਰਕੇ ਵੇਰੋ ਤੇ ਲੋ ਜੀ ਹੁਣ ਅਸੀਂ ਗੱਲ ਕਰਾਂਗੇ ਟ੍ਰਾਂਸਪੋਰਟ ਕੰਨ ਪਲੂਰਾ ਲੀਤਾ ਦਿ ਵਟੋਰੀ ਪਲੂਰਾ ਤੇ ਦੀ ਬਿਜਲੀ ਪਲੂਰਾ ਲੀਤਾ ਦਿ ਵਟੋਰੀ ਦੂਮਰਾ ਦੇ ਯਾਨੀ ਕਿ ਕਸੀਤ ਅਧਾਰ ਵਿੱਚ ਵਟੋਰੇ ਹੋਣਗੇ ਯਾਨੀ ਕਿ ਵਧ ਵਟੋਰੇ ਹੋਣਗੇ ਠੀਕ ਹੈ ਜੀ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਸਬ ਟ੍ਰਾਂਸਪੋਰਟ ਉਹਦੀ ਜਿਹਦੇ ਬਾਰੇ ਕੁਐਸਚਨ ਨੇ ਰਿਸਪੈਡਿਜ਼ਿਓਨੇ ਇਹਦੇ ਬਾਰੇ ਕੁਐਸਚਨ ਨਹੀਂ ਹੈ ਵੀ ਠੀਕ ਹੈ ਜੀ ਲੇਕਿਨ ਕਮੂਲਤੀ ਉਹ ਦੇ ਬਾਰੇ ਕੈਫੀ ਕੁਐਸ਼ਨ ਇਹਦੇ ਬਾਰੇ ਵੀ ਗੱਲ ਕਰਾਂਗੇ ਅਸੀਂ ਸੂਬਾ ਟਰਾਂਸਪੋਰਟ ਤੋਂ Murad ਜਦ ਇੱਕ ਕੰਟ੍ਰੈਕਟ ਤੋਂ ਸੂਬਾ ਟਰਾਂਸਪੋਰਟ ਹੁੰਦਾ ਫਿਰ ਜਿਹੜਾ ਵਤੋਰੇ ਆ ਉਹ ਦੱਸਦਾ ਮਿੱਤਨ ਤਨ ਨੂੰ ਕਿ ਇਹਦੇ ਵਿੱਚ ਅ ਜਿਹੜੇ ਵਿਤੋਰੇ ਨੇ ਉਹ ਤਾਂ ਕਾਫੀ ਹੋ ਸਕਦੇ ਨੇ ਠੀਕ ਹੈ ਲੇਕਿਨ ਕੰਟ੍ਰੈਕਟ ਜਿਹੜਾ ਹੈ ਉਹ ਮਿੱਤਨ ਤੇ ਜਿਹੜਾ ਉਹ ਸਿਰਫ ਇਹ ਇੱਕ ਵਿਤੋਰੇ ਨਾਲ ਹੀ ਕਰੇਗਾ ਠੀਕ ਹੈ ਜੀ ਯਾਨੀ ਕਿ ਇਹਦੇ ਵਿੱਚ ਪ੍ਰੋਬਲਮ ਹੁੰਦੀ ਜਿਵੇਂ ਕਿ ਫਿਰ ਸੂਬਾ ਟਰਾਂਸਪੋਰਟ ਤੋਂ Murad ਹੋਏ ਸੀ ਦੇ ਅਸੀਂਗੇ ਫੋਰ ਇਗਜ਼ਾਮਪਲ ਅਸੀਂ ਟਰਾਂਸਪੋਰਟ ਕਰ ਰਹੇ ਹਾਂ ਜੇ ਸਾਡੀ ਗੱਡੀ ਵਗੈਰਾ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਵਿੱਚ ਜਿਵੇਂ ਕਿ ਦੂਸਰੇ ਆਉਣਗੇ ਅ ਅਬੇ ਤੋਰੇ ਉਹਨਾਂ ਦੀਆਂ ਗੱਡੀਆਂ ਅਸੀਂ ਬੁਲਾ ਕੇ ਹੈਲਪ ਤੇ ਲਈ ਅਸੀਂ ਆਪਣੀ ਟਰਾਂਸਪੋਰਟ ਮੁਕੰਮਲ ਕਰ ਸਕਦੇ ਹਾਂ ਠੀਕ ਹੈ ਇਨਕੀ ਕੋਈ ਹੋਰ ਗੱਡੀ ਆਵੇਗੀ ਜਿਹੜੀ ਕਿ ਤੁਹਾਨੂੰ ਅਗੋਂ ਤੁਹਾਡਾ ਸਮਾਨ ਟਰਾਂਸਪੋਰਟ ਕਰੇਗੀ ਸਬ ਟਰਾਂਸਪੋਰਟ ਦੇ ਵਿੱਚ ਤੇ ਕਹਿੰਦੇ ਨੇ ਬੇਨਲਾ ਕੋਂਟਰੈਕਟੋ ਦੀ ਸਬ ਟਰਾਂਸਪੋਰਟੋ ਸਬ ਟਰਾਂਸਪੋਰਟੋ ਜਿਹੜਾ ਹੈ ਇਹ ਬੇ ਤੋਰੇ ਕਮੁਲਾਟਿਵੋ ਦੀ ਕਮੁਲਾਟਿਵੋ ਦੇ ਵਾਰੇ ਕੁਆਟ ਕੁਐਸਚਨ ਹੈ ਜਿਹਦੇ ਬਾਰੇ ਅਸੀਂ ਅੱਗੇ ਡਿਟੇਲ ਦੇ ਨਾਲ ਜਦ ਅਸੀਂ ਕੁਐਸਚਨ ਪੜ੍ਹਨੇ ਨੇ ਫਿਰ ਕਾਲ ਕਰਾਂਗੇ ਇੱਕ ਨੈਲੇ ਕੰਟਰੈਕਟ ਤੋਂ ਸੁਪ ਟ੍ਰਾਂਸਪੋਰਟ ਤੋਂ ਜਿਹੜਾ ਕੰਟਰੈਕਟ ਹੈਗਾ ਸੁਪ ਟ੍ਰਾਂਸਪੋਰਟ ਦਾ ਅਜ਼ੂਮ ਐਨ ਅਲਾ ਕੰਫਰੋਂਟੀ ਦੇ ਮਤਨ ਤੇ ਇਹ ਫਰਜ਼ ਕਰਦਾ ਹੈ ਦਸਤੇ ਵੇਤੋਰ ਇਧਰ ਫੁੱਡ ਮਤਨ ਨੂੰ ਓਬਲੀਗੋ ਲਾਜ਼ਮੀ ਹੈ ਕਿ ਇਸ ਕਾਉਜ਼ਿਓਨੇ ਦਲ ਇੰਟਰਨਾ ਟ੍ਰਾਂਸਪੋਰਟ ਤੋਂ ਜਦ ਉਹ ਟ੍ਰਾਂਸਪੋਰਟ ਕਰਦੇ ਨੇ ਉਹਦੇ ਅੰਦਰ ਉਹਦੇ ਦਰਮਿਆਨ ਯਾਨੀ ਕਿ ਜਦ ਜਿੱਥੋਂ ਸ਼ੁਰੂ ਹੋਣਾ ਜਿੱਥੇ ਜਿੱਥੇ ਪਰਤਨਦਾਰ ਜਿੱਥੇ ਇਹ ਡੈਸਟੀਨੇਸ਼ਨ ਹੈ ਉਦੇ ਦਰਮਿਆਨ ਯਾਨੀ ਕਿ ਦਲ ਨੂੰਗੋ ਦੀ ਪਤੰਜਾ ਜਿਸ ਸੇ ਤੰਤੂ ਸਟਾਰਟ ਕਰਨਾ ਹੈ ਇਫੇਨਾ ਲੂਗੋ ਦੀ ਡੈਸਟੀਨੇਸ਼ਨ ਹੈ ਔਰ ਜੇ ਡੈਸਟੀਨੇਸ਼ਨ ਹੈਗੇ ਮੰਜ਼ਲ ਹੈਗੀ ਹੈ ਅਵਲੰਦੋਸੀ ਉਹ ਫਾਇਦਾ ਉਠਾ ਸਕਦੇ ਨੇ ოਪੇਰਾ ਦੀ ਉਨਾ ਓ ਪਿਉ ਸੋਵੇਟੋਰੀ ਇਕ ਇੱਕ ਤੋਂ ਬਾਅਦ ਸੋਵੇਟੋਰੇ ਤੋਂ ਵੀ ਫਾਇਦਾ ਉਠਾ ਸਕਦੇ ਨੇ ਜੇ ਰੋਡ ਪਤੇ ਦੂਸਰੇ ਕਿੰਭੇ ਹੋ ਰਹਾ ਹੈ ਨਲੇ ਕੋਂਟਰੈਟੋ ਦੀ ਟ੍ਰਾਂਸ ਸਬਟ੍ਰਾਂਸਪੋਰਟੋ ਜਿਹੜਾ ਸਬਟ੍ਰਾਂਸਪੋਰਟੋ ਹੈ ਇਲ ਵਿਟੋਰੇ ਅਜ਼ੂਮ ਐਲੋਬਲੀਗੋ ਵਿਟੋਰੇ ਲਾਜ਼ਮੀ ਹੈ ਓਬਲੀਗੋ ਹੈ ਦੀ ਸਟਿਪੂਲਾਰੇ ਕੋਨ ਅਲਟਰੇ ਇੰਪਰੇਸ ਹੈ ਉਹ ਜੁੜੇ ਹੋਏ ਦੂਜੀ ਕੰਪਨੀਆਂ ਦੇ ਨਾਲ ਠੀਕ ਹੈ ਜੀ ਇੰਪਰੇਸ ਕੰਪਨੀ ਨਾਲ ਆਤ ਟ੍ਰਾਂਸਪੋਰਟ ਉਹ ਆਟੋਨੋਮੀ ਕੰਟਰੈਕਟ ਦੇ ਟ੍ਰਾਂਸਪੋਰਟ ਉਹ ਜਿਹੜੀ ਆਟੋਨੋਮੀ ਆਨਡਪੈਂਡੈਂਟ ਆਪਣਾ ਕੰਮ ਕਰਦੀ ਹੈ ਨਾ ਪ੍ਰਾਈਵੇਟ ਜਿਵੇਂ ਹੁੰਦੀ ਸੀ ਨੇ ਆਟੋਨੋਮੀ ਹੁਣ ਕਿ ਕੰਟਰੈਕਟ ਦੇ ਟ੍ਰਾਂਸਪੋਰਟ ਉਹਨਾਂ ਦੇ ਨਾਲ ਕੰਟ੍ਰੈਕਟ ਹੋਇਆ ਟ੍ਰਾਂਸਪੋਰਟ ਕਰਦਾ ਫੋਰ ਐਗਜ਼ਾਮਪਲ ਇਹਨਾਂ ਦੇ ਆਪਣੇ ਟਰੱਕ ਵਗੈਰਾ ਜਾਂ ਡਰਾਈਵਰ ਵਗੈਰਾ ਬੀਜ਼ੀ ਹੋ ਜਾਂਦੇ ਨੇ ਤੇ ਉਹ ਦੂਜਿਆਂ ਨੂੰ ਹਾਇਰ ਲੈ ਸਕਣ ਕਿ ਟ੍ਰਾਂਸਪੋਰਟ ਮੁਕੰਮਲ ਕਰਨ ਲਈ ਔਰ ਟਾਈਮ ਸੀਰ ਤੇ ਕਰ ਲਈ ਦਰਸ਼ਕਾਂ ਵੀ ਵੇਰ ਰਹਾ ਹੈ ਨੈ ਲੇ ਕੋਂਟਰੈਟੋ ਡੀ ਸੁਬਟ੍ਰਾਂਸਪੋਰਟੋ ਜਿਹੜਾ ਹੈ ਇਵਿਟੋਰੇ ਅਜ਼ੂਮੇ ਨੇ ਕੋਂਫਰੋਂਟੀ ਡੀ ਮਿਤੇਂਤੇ ਕਨ ਇਵਿਟੋਰੇ ਜਿਹੜਾ ਹੈ ਇਹ ਫਰਜ਼ ਕਰੇਗਾ ਮਿਤੇਂਤੇ ਦੇ ਓਬਰੀਗੋ ਡੀ ਅਸਕਿਉਰਾਰਸੀ ਲੇ ਮਾਰਜੀ ਵਿਸਕੋਰ ਕਰੇ ਸਮਾਨ ਦੇਖੋ ਸਮਾਨ ਜਿਹੜਾ ਸਿਕਿਉਰ ਕਰਨਾ ਹੁੰਦਾ ਨਾ ਇਹ ਤੇ ਵਿਟੋਰੇ ਨਹੀਂ ਕਰਨਾ ਹੁੰਦਾ ਇਸ ਕਰਕੇ ਇਹਨੇ ਕਦੀ ਵੀ ਨਹੀਂ ਕਹਿਣਾ ਹੈ ਵੀ ਮਿਤੇਂਤੇ ਨੂੰ ਕੀ ਸਿਕਿਉਰ ਕਰਾਇਆ ਗਲਤੀ ਨੇ ਫਾਲਸ ਹੋਇਆ ਨੈ ਕੋਂਟਰੈਟੋ ਡੀ ਟ੍ਰਾਂਸਪੋਰਟੋ ਜਿਹੜਾ ਹੈ ਇਵਿਟੋਰੇ ਅਜ਼ੂਮੇ ਲੇ ਕੋਂਫਰੋਂਟੀ ਡੀ ਮਿਤੇਂਤੇ ਕਿਨ ਇਹ ਲਾਜ਼ਮੀ ਕਰੇਗਾ ਕਮਿਟੈਂਟ ਤੇ ਕਿ ਉਹ ਬਲੀਗੋ ਵੀ ਇਨਕੇ ਦੱਸੇ ਉਹਨੂੰ ਕਿ ਉਹ ਲਾਜ਼ਮੀ ਹੈ ਦੀ ਰਿਸਿਸ ਰਿਸਟਿਟੂਇਰੇ ਲੇ ਮਰਜੀ ਵਾਪਸ ਕਰੇਗਾ ਸਮਾਨ ਕਾਜ਼ੋ ਦੀ ਮੰਕਾ ਤੋ ਕੁੰਸਿਨਿਆ ਦਰਸਤੇ ਸਾ ਜੇ ਇਨ ਕੇਜ ਸਮਾਨ ਪਛਾਇਆ ਨਹੀਂ ਹੈ ਤਾਂ ਦੇਖੋ ਜੀ ਉਹਨੇ ਉਹਨੂੰ ਇਹ ਨਹੀਂ ਦੱਸਣਾ ਵੀ ਬਾਈ ਮੈਂ ਸਮਾਨ ਨਾ ਪਛਾਇਆ ਤੇ ਮੈਂ ਵਾਪਸ ਕਰਾਂਗਾ ਲਾ ਕੇ ਦੇਖੋ ਜੀ ਸਮਾਨ ਪਛਾਣਾ ਹੁੰਦਾ ਜੇ ਵਾਪਸ ਲਿਆਉਣਾ ਹੁੰਦਾ ਨਾ ਫੋਰ ਇਗਜ਼ਾਮਪਲ ਜੇ ਵਾਪਸ ਲਿਆਉਣਾ ਪਏ ਤਾਂ ਉਹਦੇ ਸਪੇਸੇ ਅਲੱਗ ਤੋਂ ਹੁੰਦੇ ਨੇ ਇਸ ਕਰਕੇ ਇਸ ਤਰ੍ਹਾਂ ਵਾਪਸ ਵੀ ਸਮਾਨ ਨਹੀਂ ਆਉਂਦਾ ਇਹ ਗਲਤ ਕਿਨ ਫਾਲਸ ਹੋਇਆ ਇਹ ਕੰਟਰੈਟ ਦੇ ਸਬਟ੍ਰਾਂਸਪੋਰਟੋ ਵੇਤੂਰੀ ਨੂਨ ਉਜ਼ੂਮੇ ਨਸੋਨੋ ਆਬਲੀਗੋ ਕਹਿੰਦੇ ਵੇਤੂਰੇ ਤੇ ਕੋਈ ਵੀ ਆਬਲੀਗੋ ਲਾਜ਼ਮੀ ਜਾਂ ਫਰਜ਼ ਨਹੀਂ ਹੈ ਵੀ ਗਲਤ ਕਿਨ ਫਾਲਸ ਹੋਇਆ ਅਗਰ ਬੇ ਟ੍ਰਾਂਸਪੋਰਟੋ ਕੋਮੇ ਲਾਟਿਵੋ ਮਰਚੀ ਟ੍ਰਾਂਸਪੋਰਟੋ ਕੋਮੇ ਲਾਟਿਵੋ ਮਰਚੀ ਦੇ ਵਿੱਚ ਦੇਖੋ ਜੀ ਅ ਕਈ ਵੇਤੂਰੇ ਹੋ ਸਕਦੇ ਨੇ ਠੀਕ ਹੈ ਜੀ ਜਿਹਦੇ ਵਿੱਚ 2 3 4 ਜਿੰਨੇ ਵੀ ਵੇਤੂਰੇ ਹੋ ਸਕਦੇ ਨੇ لیکن ਇਹਦੇ ਵਿੱਚ ਕਿਉਂਕਿ ਜੇ ਕੋਈ ਨੁਕਸਾਨ ਕਰਦੇ ਵਿਜੂ ਇੱਕ ਵਿਤੋਰੇ ਤੇ ਯਾਨੀ ਕਿ ਇੱਕ ਟ੍ਰਾਂਸਪੋਰਟ ਦੇ ਦਰਮਿਆਨ ਦਿਨ ਚਾਰ ਪੰਜ ਕਿਸਮ ਦੇ ਵਿਤੋਰੇ ਨੇ ਦੋ ਕਿਸਮ ਦੇ ਵਿਤੋਰੇ ਨੇ ਜੇ ਕਿਸੇ ਨੁਕਸਾਨ ਕਰ ਦਿੱਤਾ ਤੇ ਫਿਰ ਕੀ ਬਣੇਗਾ ਇਸ ਕਰਕੇ ਇਹ ਚੀਜ਼ਾਂ ਸਮਝਣ ਵਾਲੀਆਂ ਨੇ ਟ੍ਰਾਂਸਪੋਰਟ ਕੋਮੂਲਟਿਵ ਮਰਚਿੰਗ ਪਹਿਲੇ ਨੰਬਰ ਤੇ ਵਾਇ ਪੁਆਇੰਟ ਹੈਗਾ ਸਮਝਣਿਆਲਾ ਇਹ ਵਿਤੋਰੀ ਸੁਚਿਸ ਐ ਸੁਚੇਸਿਵੀ ਪੋਸਸੋਨ ਅਕੇਦਰੇ ਕਿਨੇ ਅਗਲੇ ਵਿਤੂਰੇ ਜਿਹੜਾ ਜਿਨੇ ਫੜਨਾ ਸਮਾਨ ਯਾਨੀ ਕਿ ਯਾਨੀ ਕਿ ਟ੍ਰਾਂਸਪੋਰਟ ਕੋਮੂਲਟਿਵ ਹੁੰਦਾ ਯਾਨੀ ਕਿ ਜਿਹਦੇ ਵਿੱਚ ਮੈਂ ਅਗਲੇ ਅਗਲੇ ਬਤੂਰੇ ਨੂੰ ਦੋਣਾ ਸਮਾਨ ਅਗਲੇ ਬਤੂਰੇ ਅਗਲੇ ਨੂੰ ਦੇਣਾ ਸਮਾਨ ਅਗਲੇ ਬਤੂਰੇ ਅਗਲੇ ਬਤੂਰੇ ਨੂੰ ਸੰਭਾਲ ਦੇਣਾ ਮੈਨੂੰ ਫੋਕਸ ਰੱਖਣਾ ਚਾਹੀਦਾ ਹੈ ਮੇਰੇ ਪੀਰੀਅਡ ਦੇ ਦਰਮਿਆਨ ਕੋ ਨੁਕਸਾਨ ਨਾ ਆਵੇ ਠੀਕ ਹੈ ਜੀ ਇਹ ਵੀ ਤੋਰੀ ਸਵਿਚੇ ਸੀ ਵੀ ਪੋਸਟੋਨ ਕੇਦਰੇ ਜਿਹੜੇ ਅਗਲੇ ਬਤੂਰੇ ਨੂੰ ਕੋਈ ਪੁੱਛ ਸਕਦੇ ਨੇ ਦੀ ਦੀ ਕਰਾਸ਼ਿਓਨ ਦਾ ਲਾਸਟੋ ਦੇਲਾ ਮਾਰਜੀ ਦੀ ਦੀ ਕਰਾਸ਼ਿਓਨ ਸਮਾਨ ਦੀ ਉਹ ਅਗਲਾ ਬਤੂਰੇ ਪੁੱਛ ਸਕਦਾ ਹੈ ਦੂਸਰੇ ਕਿੰਨੇ ਬੇਵਰ ਹੋਇਆ ਜਨ ਕਿ ਸਹੀ ਹੋਵੇਗਾ ਕੁਐਸਚਨ ਵਿੱਚ ਆਵੇ ਤੇ ਇਹ ਵੀ ਅਗਲਾ ਬਤੂਰੇ ਜਿਹੜਾ ਉਹ ਸਹੀ ਗੱਲ ਪੁੱਛ ਸਕਦੇ ਹੈ ਦੇਰੂ ਦਾ ਦੂਸਰਾ ਪੁਆਇੰਟ ਹੈਗਾ ਵਿਤੋਰੇ ਸੋਨੋ ਰਿਸਪੌਂਸਾਬਿਲੇ ਵਿਤੋਰੇ ਰਿਸਪੌਂਸਿਬਲ ਹੁੰਦੇ ਪਰ ਦਾਨੀ ਨੁਕਸਾਨ ਹੋਏਦਾ ਸੋਨ ਨਲਾ ਐਂਬੀਐਂਟੇ ਪ੍ਰੋਪੀਓ ਪਰਕੋਰਸੋ ਸਿਰਫ ਆਪਣੇ ਪਰਕੋਰਸੋ ਦੇ ਵਿਚਕਾਰ ਆਪਣਾ ਜਿਹੜਾ ਟਾਈਮ ਪੀਰੀਅਡ ਨੇ ਨਾ ਵਿਤੋਰੇ ਦਾ ਯਾਨੀ ਕਿ ਸਾਡੇ ਵਿਤੋਰੇ ਦੇ ਜਿਹੜਾ ਟਾਈਮ ਪੀਰੀਅਡ ਹੋਵੇਗਾ ਟਰਾਂਸਪੋਰਟ ਕਰਨ ਦਾ ਉਸ ਦੇ ਦੌਰਿਆਂ ਦਰਮਿਆਨ ਜਿਹੜਾ ਨੁਕਸਾਨ ਹੋਵੇਗਾ ਉਹ ਇਹ ਨੁਕਸਾਨ ਹੁੰਦਾ ਤੇ ਉਹਦਾ ਰਿਸਪੌਂਸਿਬਲ ਹੋਏਗਾ ਇਹ ਤੂਤੀ ਵਿਤੋਰੇ ਰਿਸਪੌਂਡਾਨੋ ਇਨਸੀਮੇ ਇਨ ਸੋਲਿਡੋ ਗੈਨਬੇ ਐਚ ਆਰ ਅ ਰਿਸਪੌਂਡ ਜਿਹੜੇ ਵਿਤੋਰੇ ਨੇ ਉਹ ਉਹਨਾਂ ਤੇ ਇਹ ਪਹੇਗੀ ਨੁਕਸਾਨ ਜਿਹੜਾ ਵੈ ਠੀਕ ਹੈ ਯਾਨੀ ਕਿ ਰਿਸਪੌਂਸੀਬਲ ਹੋ ਰਿਸਪੌਂਡ ਦੇਣਗੇ ਯਾਨੀ ਕਿ ਜਵਾਬ ਦੇ ਜਵਾਬ ਦੇਉਣਗੇ ਠੀਕ ਹੈ ਜੀ ਇਹ ਮੈਂ 3 ਪੁਆਇੰਟ ਨੇ ਇਨ ਕੇਸ ਜੇ ਫਾਰ ਇਗਜ਼ਾਮਪਲ ਜੇ ਪਹਿਣਾ ਹੋਵੇ ਨਾ ਜਾਂ ਤੇ ਜਿਹੜਾ ਵਿਤੋਰੇ ਹੈ ਜਿਹੜਾ ਅਗਲਾ ਜਿਹਨੇ ਸਮਾਨ ਰੀਸੀਵ ਕਰਨਾ ਉਹ ਤਾਂ ਪਹਿਲੇ ਦਿਕਰ ਅਸ਼ੋ ਨੇ ਪੁੱਛਿਆ ਠੀਕ ਹੈ ਜੀ ਔਰ ਸਭ ਕੁਝ ਆਪਣੀ ਸਿਕੀਲਾ ਸੂਲਾ ਹਰ ਚੀਜ਼ ਚੈੱਕ ਕਰਾ ਸਮਾਨ ਦੀ ਜੇ ਓਕੇ ਸਮਾਨ ਤਾਂ ਫਿਰ ਅੱਗੇ ਫੜੇ ਜੇ ਕੋਈ ਪ੍ਰੋਬਲਮ ਹੈ ਘਟਵਾਦ ਹੋਵੇ ਤਾਂ ਉਹਨੂੰ ਫਿਰ ਅਨੁਤਾਰੇ ਕਰਨਾ ਹੁੰਦਾ ਹੈ ਵੀ ਇਹ ਚੀਜ਼ ਘਟ ਸੀ ਜਾਂ ਵਧ ਸੀ ਜਾਂ ਟੁੱਟੀ ਸੀ ਭੱਜੀ ਸੀ ਹੈ ਅਨੁਤਾਰੇ ਕਰਨਾ ਹੁੰਦਾ ਉਹਨੇ ਠੀਕ ਹੈ ਜੀ ਤੇ ਫਿਰ ਜਦ ਨੁਕਸਾਨ ਹੋਣ ਦਾ ਜਿਹੜਾ ਵੇ ਜੇ ਇਹ ਕਿਤੇ ਤਾਂ ਐਵੇਂ ਨਹੀਂ ਪੈ ਜਾਂਦਾ ਹੈ ਵੀ ਇਹ ਇਹ ਡਿਪੈਂਡ ਕਰੇਗਾ ਕਿਹੜੇ ਵਤੂਰੇ ਦੇ ਕੋਲ ਦੇ ਪੀਰੀਅਡ ਦੇ ਟਾਈਮ ਪੀਰੀਅਡ ਦੇ ਟਰਾਂਸਪੋਰਟ ਕਰਨ ਦੇ ਟਾਈਮ ਪੀਰੀਅਡ ਦੇ ਦਰਮਿਆਨ ਇਹ ਨੁਕਸਾਨ ਹੋਇਆ ਸੀ ਜਿਸ ਵਤੂਰੇ ਦੇ ਟਾਈਮ ਪੀਰੀਅਡ ਦੇ ਦਰਮਿਆਨ ਇਹ ਨੁਕਸਾਨ ਹੋਇਆ ਸੀ ਉਹਦੇ ਤੱਕ ਪਹੂਵੇਗਾ ਜੇ ਪਤਾ ਲੱਗ ਜੇ ਤੇ ਜੇ ਨਾ ਪਤਾ ਲੱਗੇ ਤੇ ਫਿਰ ਸਭਾਂ ਤੇ ਪੈ ਸਕਦੇ ਜੇ ਪਤਾ ਹੀ ਨਹੀਂ ਲੱਗੇ ਕਿਨੇ ਕੀਤਾ ਨੁਕਸਾਨ ਕਿਦੇ ਪੀਰੀ ਟਾਈਮ ਪੀਰੀ ਦੇ ਦਰਮਿਆਨ ਹੋਇਆ ਫਿਰ ਸਭਾਂ ਤੇ ਪਹੂਵੇਗਾ ਕਿਸ ਸੁਰੂ ਦੀ ਵੀ ਪਹੂਵੇਗਾ ਜਿਸ ਵਤੂਰੇ ਨੇ ਜਿੰਨੇ ਜ਼ਿਆਦਾ ਕਿਲੋਮੀਟਰ ਕੀਤੇ ਹੋਣਗੇ ਉਹਦੇ ਤੋਂ ਉਨਾਂ ਜ਼ਿਆਦਾ ਯਾਨੀ ਕਿ ਕਿਲੋਮੀਟਰਾਂ ਦੇ ਹਿਸਾਬ ਨਾਲ ਇਹਨੂੰ ਨਾਪਿਆ ਹੁੰਦਾ ਨੇ ਜਿਨੇ ਫੋਰ ਇਗਜ਼ਾਮਪਲ 200 ਕਿਲੋਮੀਟਰ ਦਾ ਸੀ ਟੋਟਲ ਸਫ਼ਰ ਜੇ ਇੱਕ ਨੇ 120 ਕੀਤਾ ਉਹਦੇ ਤੇ 120 ਦੇ ਹਿਸਾਬ ਨਾਲ ਤਕਸੀਮ ਕਰਕੇ ਭਾਣਗੇ ਜਿੱਦ ਦੂਜਿਆਂ ਨੇ ਚਾਲੀ ਚਾਲੀ ਕੀਤਾ ਉਹਦੇ ਤੋਂ ਥੋੜਾ ਪਹੂਵੇਗਾ ਦੇ ਕਹਿੰਦੇ ਨੇ ਬਈ ਇਹ ਟ੍ਰਾਂਸਪੋਰਟ ਟ੍ਰਾਂਸਪੋਰਟੋ ਕਮੂਲਟਿਵ ਟ੍ਰਾਂਸਪੋਰਟੋ ਕਮੂਲਟਿਵ ਯਾਨੀ ਕਿ ਇਹ ਦੋ ਤਿੰਨ ਵਾਹਤੂਰੇ ਇਕੱਠੇ ਟ੍ਰਾਂਸਪੋਰਟ ਕਰ ਰਹੇ ਨੇ ਇੰਟੈਂਦੇ ਟ੍ਰਾਂਸਪੋਰਟੋ ਐਫੀਟੂਆਤੋ ਇਹਦਾ ਮਤਲਬ ਹੈ ਕਿ ਜਿਹੜੀ ਤੁਸੀਂ ਟ੍ਰਾਂਸਪੋਰਟ ਕੀਤੀ ਹੈ ਦਾ ਪਿਊ ਵਾਹਤੂਰੇ ਜਾਂ ਦਾ ਵਾਹਤੂਰੇ ਨੇ ਜਿਹਦੇ ਵਿੱਚ ਸੁੱਚੇ ਸੀ ਉਹ ਅਗਲੇ ਕੋਨ 1 ਉਹਨੋ Único ਕੰਟਰੈਕਟ ਜਿਹਦੇ ਵਿੱਚ ਇੱਕੋ ਹੀ ਕੰਟਰੈਕਟ ਹੁੰਦਾ ਹੁਣ ਕੰਟਰੈਕਟ ਹੋਏ ਨਹੀਂ ਕਿ ਹਰ ਵਾਹਤੂਰੇ ਦੇ ਨਾਲ ਵੱਖਰਾ ਵੱਖਰਾ ਹੋ ਜਾਵੇਗਾ ਕੰਟਰੈਕਟੋ ਇੱਕੋ ਹੀ ਰਹੇਗਾ ਠੀਕ ਹੈ ਦੂਸਰ ਕੰਪੀਅਰ ਹੋਇਆ ਇਹ ਕਹਿੰਨੇ ਬੇ ਪਰਫਾਰੇ ਟ੍ਰਾਂਸਪੋਰਟ ਕੋਮੂਲਟਿਵ ਟ੍ਰਾਂਸਪੋਰਟ ਕੋਮੂਲਟਿਵ ਕਰਨ ਲਈ ਇੰਟੈਂਡ ਦੇ ਟ੍ਰਾਂਸਪੋਰਟ ਉਹ ਫੀਟਾਦੋ ਇਹਦਾ ਮਤਲਬ ਹੈ ਟ੍ਰਾਂਸਪੋਰਟ ਜਿਹੜਾ ਤੁਸੀਂ ਕੀਤਾ ਹੈ ਦਾ ਉਨੀ ਕੋ ਵਿਤੂਰੇ ਕੋਨ ਪਿਊ ਲੂਗੀ ਦੀਖਸਕਾਰੀ ਕੋ ਕਹਿੰਨੇ ਇੱਕੋ ਹੀ ਬਿਤੂਰੇ ਹੈ ਦੇਖੋ ਜੀ ਟ੍ਰਾਂਸਪੋਰਟ ਕੋਮੂਲਟਿਵ ਵਹੀ ਕੋ ਬਿਤੂਰੇ ਨਹੀਂ ਹੋ ਲਗਾਵੀ ਟ੍ਰਾਂਸਪੋਰਟ ਕੋਮੂਲਟਿਵ ਤੋਂ ਮਰਾਦ ਇਹ ਹੈ ਕਿ ਇੱਕ ਤੋਂ ਬਾਅਦ ਬਿਤੂਰੇ ਹੈ ਠੀਕ ਹੈ ਕਹਿੰਨੇ ਇੱਕੋ ਹੀ ਬਿਤੂਰੇ ਪਿਊ ਲੂਗੀ ਦੀਖਸਕਾਰੀ ਕੋ ਜਿਹੜੀ ਜ਼ਿਆਦਾ ਥਾਂ ਮਤ ਤੁਸੀਂ ਸਮਾਨ ਸਰਕਾਰੀ ਕੋ ਕੀਤਾ ਹੈ ਗਲਤ ਕਹਿੰਨੇ ਫਾਲਸ ਹੋਇਆ

ਦੀ ਡਿਵਰਸਿਟੀ ਟਾਈਪੋਲੋਜੀ ਦੀ ਮਰਜੀ ਕਿਨੇ ਟਰਾਂਸਫਰ ਕੀਤੇ ਤੁਸੀਂ ਡਿਫਰੈਂਟ ਟਾਈਪ ਦਾ ਸਮਾਨ ਗਲਤ ਕਿਨ ਫਾਲਸ ਹੋਇਆ ਡਿਫਰੈਂਟ ਟਾਈਪ ਦਾ ਔਰ ਔਰ ਟਾਈਪ ਦਾ ਸਮਾਨ ਟਰਾਂਸਪੋਰਟ ਕਰਨ ਦੀ ਗੱਲ ਨਹੀਂ ਹੋ ਰਹੀ ਗਲਤ ਕਿਨ ਫਾਲਸ ਹੋਇਆ ਠੀਕ ਹੈ ਨਲ ਟਰਾਂਸਪੋਰਟ ਕੋ ਮੁਲਤੀ ਹੋ ਜਿਹੜਾ ਟਰਾਂਸਪੋਰਟ ਕੋ ਮੁਲਤੀ ਹੋ ਹੈ ਰਿਸਪੋਨਸਿਬਿਲਿਟੀ ਪਰ ਇਦਾਨੀ ਡਿਵਰਸਾ ਦਾ ਕੁਆਲੀ ਦਬੂਤੀ ਕਿਨੇ ਜਿਹੜਾ ਨੁਕਸਾਨ ਹੋਇਆ ਦਿਵਰਸਦਕ ਵਾਲੀ ਦਿਵਿਤੀ ਦਾ ਰਿਟਾਰਡੋ ਇਦਿਤੁਲਾ ਵਾਕੇ ਜਿਹੜੇ ਰਿਲੇਟ ਹੋਣ ਦੀ ਵਜ੍ਹਾ ਨਾਲ ਨੇ ਉਹ ਇੰਟਰੈਕਸ਼ਨਸ ਦੇ ਵਿਆਜ ਯਾਤਰਾ ਸਫਰ ਦੇ ਵਿੱਚ ਕੋਈ ਰਿਕਵਰ ਹੋਣ ਦੀ ਵਜ੍ਹਾ ਨਾਲ ਜਿਵੇਂ ਕਿ ਬਰਫ ਪੈ ਗਈ ਗੱਡੇ ਲੱਗੇ ਨੇ ਰੋਡਾਂ ਬੰਦ ਹੋ ਗਈਆਂ ਪੁਲ ਟਿਆ ਪਿਆ ਜਿੱਦਾਂ ਕੋਈ ਵੀ ਪ੍ਰੋਬਲਮ ਹੋ ਗਈ ਹੈ ਸੋ ਰੋਡਾਂ ਬੰਦ ਹੋ ਗਈਆਂ ਨੇ ਤੇ ਉਹਦੀ ਵਜ੍ਹਾ ਨਾਲ ਜੇ ਲੇਟ ਹੋਇਆ ਉਹਨਾਂ ਚੀਜ਼ਾਂ ਨੂੰ ਲੇਟ ਹੋਇਆ ਜਾਂ ਇਹ ਇਸ ਤਰ੍ਹਾਂ ਦੀ ਇੰਟਰੈਕਸ਼ਨਸ ਦੇ ਵਿਆਜ ਯਾਤਰਾ ਰਿਕਵਰ ਹੋ ਗਈ ਇਸ ਸਫਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਛੱਡ ਗਏ ਠੀਕ ਹੈ ਇਸਪੇਤਾ ਤੂਤੀ ਵੇਤੋਰੀ ਕਹਿੰਦੇ ਨੇ ਪੋਵੇਗਾ ਸਭਾਂ ਵੇਤੋਰੀ ਦੇ ਹੁੰਦਾ ਕਹਿੰਦੇ ਨੇ ਜੇ ਨੁਕਸਾਨ ਹੋਇਆ ਹੈ ਟਰਾਂਸਪੋਰਟ ਕੁਮਲਤੀ ਰਵੀ ਕੁਮਲਤੀ ਉਹ ਵਿੱਚ ਰਿਸਪੌਂਸਿਬਿਲਟੀ ਦਾਨੀ ਦਿਵਰਸੀ ਦਾ ਜਿਹੜੀ ਨੁਕਸਾਨ ਹੋਇਆ ਡਿਫਰੈਂਟ ਹੈ ਨਾ ਦੋਵਾਂ ਤੋਂ ਰਿਟਾਰ ਦੋ ਇੰਟਰਸ਼ਨ ਦਰਵਾਇਆ ਜਿਓ ਜੇ ਕੋਈ ਰਿਕਵਰੀ ਸਰਕੂਲੇਸ਼ਨ ਵਿੱਚ ਔਰ ਜਾਂ ਫਿਰ ਲੇਟ ਹੋ ਗਿਆ ਇਹਨਾਂ ਦੋਵਾਂ ਨੂੰ ਛੱਡ ਕੇ ਸਪੇਤਾ ਤੂਤੀ ਵੇਤੋਰੀ ਸਭਾਂ ਵੇਤੋਰੀ ਨੂੰ ਪੋਵੇਗਾ ਇਨਸੋਲੀ ਦੋ ਸਾਲਵਾ ਕੇ ਪੋਸੀਬਿਲੇ ਦੀ ਰੇ ਲਿਵਾਰੇ ਕੰਟਰੋ ਕੋਲੂਈ ਕਨੇਪੇ ਸਭਾਂ ਨੂੰ ਪਹੂਵੇਗਾ ਸਾਲ ਵਜ ਇਹਦੇ ਤੋਂ ਇਲਾਵਾ ਜੇ ਇਹ ਪੋਸੀਬਲ ਨਾ ਹੋਵੇ ਜਿਵੇਂ ਕਿ ਪੋਸੀਬਲ ਹੋਵੇ ਤਾਂ ਇਹ ਕੌਨ ਤੋਂ ਕੋ ਲਈ ਉਦੇ ਉਦੇ ਖਿਲਾਫ ਬੰਦਾ ਕਰ ਸਕਿਆ ਰਿਲੀ ਵਾਰ ਯਾਨੀ ਕਿ ਪਤਾ ਲਵਾ ਸਕਿਆ ਇਹ ਕੋਲਰੇ ਕੇ ਹਾਨੋ ਕੋ ਜ਼ਾਤੋ ਇਲਦਾਨੋ ਜਿਨ੍ਹਾਂ ਨੇ ਜਿਹੜੇ ਵਜਾ ਬਣੇ ਨੇ ਜਿਹੜਾ ਵੇ ਤੋਰੇ ਵਜਾ ਬਣਿਆ ਨੁਕਸਾਨ ਦੀ ਜੇ ਤਾਂ ਬੰਦਾ ਰਿਲੀ ਵਾਰੇ ਕਰ ਸਕਿਆ ਨਾ ਜੀ ਪਤਾ ਲਵਾ ਸਕਿਆ ਕਿ ਕਿਹੜੇ ਵੇ ਤੋ ਦੀ ਵਜ੍ਹਾ ਨਾਲ ਨੁਕਸਾਨ ਹੋਇਆ ਫਿਰ ਤਾਂ ਉਹਦੇ ਦੀ ਪਹੂਵੇਗਾ ਜੇ ਨਹੀਂ ਪਤਾ ਲਵਾ ਸਕਦਾ ਤਾਂ ਫਿਰ ਫਿਰ ਕੀਵੇਂ ਸਪੇਟਾ ਟੂਟੀ ਵੇਟੋਰੀ ਇਨਸੋਲਿਟੋ ਸਬੰਦੇ ਪੋਵੇਗਾ ਕਰ ਦੋ ਸੇਮੇਵੇਰੇ ਕਿਵੇਂ ਅਕਾਊਂਟ ਜਿਸ ਬਦ ਬੋਤ ਕਿਵੇਂ ਅਕਾਊਂਟ ਕਰਨਗੇ ਜਿੰਨੇ ਕਿਲੋਮੀਟਰ ਜਿੰਨਾ ਜਿਹੜਾ ਚੱਲੇ ਹੈ ਵੇਤੋਰੇ ਨਾ ਤਰਾਸ ਪੋਤੋ ਕਮੂਲativi ਰਿਸਪੋਨਸਾਬਿਲਿਤਾ ਪਰ ਦਾਨੀ ਕੇਨ ਰਿਸਪੋਨਸਬਿਲਿਟੀ ਜਿਹੜੀ ਹੈ ਕਿ ਨੁਕਸਾਨ ਹੋਈ ਦੀ ਦਿਵਰਸਾ ਦਾ ਕੁਆਲੀ ਦਬੋਤ ਹੋ ਪਰ ਰਿਟਾਰਡੋ ਡਿਫਰੈਂਟ ਹੈ ਜਿਹੜੀ ਕਿ ਰਿਟਾਰਡੋ ਲੇਟ ਹੋਣ ਲਈ ਹੈ ਇੰਟਰਨੈਸ਼ਨਲ ਦਲਵਿਆ ਜਿਓ ਜਾਂ ਫਿਰ ਕਾਊਟ ਹੈ ਸਰਕੂਲੇਸ਼ਨ ਦੇ ਵਿੱਚ ਹੈ ਸਪੇਟਾ ਐਡ ਉਨੀ ਵਤੂਰੇ ਕਹਿੰਦੇ ਹਰ ਇੱਕ ਵਤੂਰੇ ਨਿਭੋਏਗੀ ਇਨ ਰੇਜੀਓਨੇ ਸੋਲੋ ਦਲ ਪ੍ਰੋਪੀ ਪਰਕੋਰਸੋ ਸਿਰਫ ਉਹਨੇ ਜਿੰਨਾ ਕੋਰਸ ਕੀਤਾ ਹੈ ਜਿੰਨਾ ਉਹ ਚੱਲੇ ਆ ਨਾ ਸਾਰੀ ਕਿਨੂੰ ਪੋਵੇਗੀ ਜਿੰਨਾ ਉਹ ਚੱਲੇ ਹੋ ਉਸ ਦੇ ਸਾਹਮਣੇ ਪੋਵੇਗੀ ਠੀਕ ਹੈ ਯਾਨੀ ਕਿ ਜਿਹੜਾ ਥੋੜਾ ਚੱਲਿਆ ਹੋਵੇ ਉਹ ਥੋੜੀ ਪੋਵੇਗੀ ਠੀਕ ਹੈ ਦੂਸਰੇ ਕਿੰਨੇ ਪਰ ਹੋਇਆ ਜੇ ਸਭਾਂ ਨੂੰ ਪੋਵੇ ਤੇ ਜਿਹੜਾ ਥੋੜਾ ਚੱਲੇ ਥੋੜੀ ਜਾਂ ਤੇ ਪੰਨ ਲੱਭਣਾ ਪਾਣਾ ਕਿ ਕਿਦੀ ਕਿਦੇ ਟਾਈਮ ਦੇ ਵਿੱਚ ਵਤੂਰੇ ਦੇ ਟਾਈਮ ਦੇ ਵਿੱਚ ਚੱਲਣ ਦੇ ਟਾਈਮ ਦੇ ਵਿੱਚ ਜੋ ਹੈ ਨੁਕਸਾਨ ਇਹ ਸਿਰਫ ਉਸ ਤੱਕ ਹੋਵੇਗਾ ਜਿਤਨੀ ਪਤਾ ਲੱਗਦਾ ਕਿ ਦਿੱਤੇ ਤੇ ਫਿਰ ਸਭਾਂ ਤੋਂ ਹੋਵੇਗਾ ਥੋੜਾ ਜਿਤਨੇ ਜਿਤਨੇ ਮੀਟਰ ਕਿਲੋਮੀਟਰ ਤੁਸੀਂ ਟਰਾਂਸਪੋਰਟ ਕੀਤੇ ਆ ਚੱਲੇ ਹੋਏ ਨੇ ਟਰਾਂਸਪੋਰਟ ਕੋਮੂਲਟਿਵੋ ਰਿਸਪੌਨਸਾਬਿਲਿਤਾ ਪਰ ਦਾਨੀ ਡਿਵਰਸਾ ਦਾ ਕੁਆਲੀ ਦਬੋਤੀ ਪਰ ਰਿਟਾਰਡੋ ਕਿਨ ਡਾਨੀ ਨੁਕਸਾਨੋ ਜਿਹੜਾ ਡਿਫਰੈਂਟ ਹੈ ਜਿਹੜਾ ਰਿਟਾਰਡੋ ਲੇਟ ਹੋਣ ਦੀ ਵਜ੍ਹਾ ਨਾਲ ਇੰਟਰੈਸਿਓਨ ਦੇ ਰਵੇ ਜਿ ਜ ਰਿਕਾਰਡ ਹੈ ਸਰਕੂਲੇਸ਼ਨ ਦੇ ਵਿੱਚ ਸਪੇਤਾ ਅਲੇ ਸਿੰਗੁਲੋ ਵੇਟੋਰੇ ਹਰਿਕ ਵੇਟੋਰੇ ਨੂੰ ਪੋਵੇਗਾ ਇਨ ਰਿਲੇਸ਼ਨੇ ਆਲਾ ਪ੍ਰੋਪੀਓ ਪਰਕੋਰਸੋ ਇਸ ਰਿਲੇਸ਼ਨੇ ਵਿੱਚ ਜਿਤਨਾ ਉਹਨੇ ਪਰਕੋਰਸੋ ਕੀਤੇ ਜ ਇਕ ਵਾਲੇ ਕਿਲੋ ਪਰਚੇ ਪਰਚੇ ਦੇ ਜਿਹੜਾ ਅਗਲੇ ਨੇ ਚੜਨਾ ਹੁਣ ਅਗਲੇ ਨੇ ਵਾਲੇ ਵਾਲੇ ਦੀ ਵਾਲੇ ਕੇ ਲੋ ਪਰਚੇ ਦੇ ਜਿਹੜਾ ਕੇ ਅਗਲੇ ਨੇ ਚੜਨਾ ਉਹ ਤੇ ਪਤਾ ਨਹੀਂ ਕਿੱ데 ਚੜਨੇ ਨੇ ਠੀਕ ਹੈ ਤੇ ਉਸ ਤੇ ਥੋੜੀ ਪੋਵੇਗਾ ਜਿਹੜਾ ਅਗਲੇ ਨੇ ਚੜਨਾ ਅਜੇ ਉਹ ਅਜੇ ਚਲਿਆ ਨਹੀਂ ਤੇ ਉਸ ਤੇ ਥੋੜੀ ਪੈਣਾ ਇਸ ਕਰਕੇ ਗਲਤੀ ਕਿਨ ਵਿੱਚ ਫਾਲਸ ਹੋਇਆ ਠੀਕ ਹੈ ਜੇ ਰਿਵਾਰੇ ਕਰ ਸਕਦੇ ਹੋ ਤੇ ਫਿਰ ਰਿਵਾਰੇ ਕਰਨਾ ਵੀ ਕਿੱਦੇ ਤੇ ਪੈਣਾ ਠੀਕ ਹੈ ਉਹਦੇ ਤੇ ਹੀ ਪੈਵੇਗਾ ਜੇ ਪਤਾ ਲੱਗ ਸਕੇ ਨਾ ਕਿਨੇ ਕਿਨੇ ਕੀਤਾ ਹੈ ਉਹ ਨੁਕਸਾਨ ਉਹਦੇ ਤੇ ਤੇ ਅਦਰਵਾਈਜ਼ ਜੇ ਸਾਰਾ ਜੇ ਸਾਰੇ ਤਾਂ ਪੈਜੋ ਹੈ ਠੀਕ ਹੈ ਤੇ ਸਭਾਂ ਤਾਂ ਫਿਰ ਉਹਨਾਂ ਦੇ ਪਰ ਕੋਰਸ ਦੇ ਉਹਨਾਂ ਜੀਨੇ ਕਿਲੋਮੀਟਰ ਕੀਤੇ ਉਹਨਾਂ ਦੇ ਸਾਹਮਣੇ ਹੋਵੇਗਾ ਠੀਕ ਹੈ ਇਕਵਲ ਇਕਵਲ ਪਰਚੇ ਜਿਹੜਾ ਕਿ ਅਗਲਾ ਜਾਏਗਾ ਅਗਲੇ ਤੇ ਪੋਵੇਗਾ ਅਗਲੇ ਤੇ ਥੋੜੀ ਪੋਵੇਗਾ ਜਿਹੜਾ ਅਜੇ ਕੀਤਾ ਹੀ ਨਹੀਂ ਹੈ ਵੀ ਠੀਕ ਹੈ ਇਸ ਤਰ੍ਹਾਂ ਖਾਲਸੋ ਨਾਲਾ ਟ੍ਰਾਂਸਪੋਰਟੋ ਕੋਮੁਲਟਿਵ ਰਿਸਪੌਨਸਿਬਿਲਿਟੀ ਪਰ ਦਾਨੀ ਡਿਵਰਸਾ ਦਾ ਕੁਆਲੀ ਡਿਵੋਟੀ ਅ ਰਿਪਰਿਟਾਰਡੋ ਕਨੈ ਡਿਫਰੈਂਟ ਹੈਗਾ ਨੁਕਸਾਨ ਜੇ ਰਿਟਾਰਡੋ ਲੇਟ ਹੋਣ ਵੇਂ ਇੰਟਰੈਸ਼ਨ ਦੇ ਦਲਵਿਆ ਜੀ ਰਿਆਮ ਰਿਕਾਵਰਡ ਸਰਕੂਲੇਸ਼ਨ ਦੇ ਵਿੱਚ Spetta speta ed uni vettore kenne pe har ik vettore mbovega in regione della interno percorso kenna region de vich is interno percorso is course par is ki region de saab naal uni vettore in vettore mbovega regione della interno percorso jehra regione de vich us regione vich utthe ਜਿਹੜਾ ਉਹਨਾਂ ਨੇ ਪਰਕੋਰਸੋ ਕੀਤਾ ਵੇ ਗਲਤ ਕਨ ਬਫਾਲਸ ਹੋਇਆ ਰਿਜਿਓਨੇ ਦਾ ਇੰਟਰਨਲ ਲਾ ਪਰਕੋਰਸੋ ਰਿਜਿਓਨੇ ਇਹਦੇ ਨਾਲ ਦਾ ਕੋਈ ਤਲਕ ਨਹੀਂ ਹੈ ਵੀ ਠੀਕ ਹੈ ਇਸ ਕਰਕੇ ਵੀ ਗਲਤ ਕਨ ਬਫਾਲਸ ਹੋਇਆ ਆ ਗੈਨ ਬੇ ਕਿਉਂਕਿ ਉਹ ਰਿਜਿਓਨੇ ਦਲਾ ਇੰਟਰਨੋ ਕੋਰਸੋ ਤੁਮਰਾਦੋ ਨੇ ਸਾਰੇ ਕੋਰਸੋ ਦਰਮਿਆਨ ਜਦ ਜਦ ਪਤਾ ਲੱਗ ਗਿਆ ਨਾ ਵੀ ਕਿਨੇ ਕੀਤਾ ਹੋਇਆ ਠੀਕ ਹੈ ਤੇ ਇੰਤੇਰਾ ਪਰਕੋਰਸ ਹੋਣੀ ਚੱਲਣ ਲੱਗਾ ਹੈ ਵੀ ਠੀਕ ਹੈ ਕਿਉਂਕਿ ਡਿਪੈਂਡ ਕਰੇਗਾ ਜਿਹੜਾ ਉਹਨੇ ਪਰਕੋਰਸ ਕੀਤੀ ਉਹਦੇ ਤੋਂ ਪਹਿਲੇ ਜਿਹੜੇ ਪਿੱਛੇ ਕਰ ਆਏ ਨੇ ਨਾ ਇਹ ਪਰਚੇ ਦੇ ਅਗਲੇ ਨਾ ਪਤਾ ਅਗਲੇ ਦਾ ਕਰੇਗਾ ਨਾ ਇੰਤੇਰਾ ਪਰਕੋਰਸ ਯਾਨੀ ਕਿ ਮੈਂ ਮੇਰਾ ਵੀ ਤੋਂ ਵਾਰੀ ਹੈ ਤੇ ਮੇਰੇ ਤੋਂ ਪਿੱਛੇ ਜਿਹੜੇ ਦੋ ਕਰਗੇ ਉਹਨਾਂ ਨੂੰ ਨੁਕਸਾਨ ਹੋਇਆ ਫਿਰ ਉਹਨਾਂ ਦੋਵਾਂ ਦਾ ਹੋਵੇਗਾ ਨਾ ਠੀਕ ਹੈ ਉਹਨਾਂ ਨੇ ਜਿੰਨਾ ਕੀਤਾ ਸਿਰਫ ਉਹਨਾਂ ਦੇ ਪਰਕੋਰਸ ਵਿੱਚ ਸਾਡੇ ਵਿੱਚ ਅਗਲੇ ਵਿੱਚ ਇੰਤੇਰਾ ਪਰਕੋਰਸ ਉਹ ਵੀ ਸਾਰੇ ਵਿੱਚ ਨਹੀਂ ਪੈਣ ਲਗਾਏ ਠੀਕ ਹੈ ਸਿਰਕੇ ਫਾਲਸੋ Il trasporto cumulativo la responsabilità par danni quali dovuti di ritardo e interruzione del viaggio ken different hai ji di relate hon di circolazione di ya fir circulation singolo vettore in relazione al proprio percorso or is relation percorso quali il lo seguwe ji ya percorso ਵਲਦ ਕੇ ਨਿਫਾਸ ਨਾ ਪਰਚੇ ਦੇ ਨਾ ਪਰ ਸਿਗਵੀਰੇ ਠੀਕ ਹੈ ਤੇ ਨਾ ਹੀ ਰਿਜਿਓਨੇ ਦਿਲ ਇੰਟਰਨੋ ਪਰਕੋਰਸੋ ਠੀਕ ਹੈ ਇਹਦੇ ਵਿੱਚ ਆਉਣਾ ਹੈ ਇਹ ਸਪੇਤਾ ਊਨੀ ਵੈਟੋਰੀ ਇਨ ਰਿਜਿਓਨੇ ਸੋਲੋ ਦਲ ਪ੍ਰੋਪੀਓ ਪਰਕੋਰਸੋ ਜਿਹੜਾ ਇਸ ਰਿਜਿਓਨੇ ਵਿੱਚ ਜਿਹੜਾ ਕਿ ਸੋਲੋ ਸਿਰਫ ਪ੍ਰੋਪੀਓ ਪਰਕੋਰਸੋ ਵਿੱਚ ਹੈ ਠੀਕ ਹੈ ਜਿਹੜਾ ਉਹਦਾ ਪ੍ਰੋਪਰ ਕੋਰਸ ਸੀ ਨਾ ਜਿੰਨਾ ਉਹਨੇ ਕੀਤਾ ਸੀ ਠੀਕ ਹੈ ਜਿੱਤਨਾ ਉਹਨੇ ਕੀਤਾ ਸੀ ਉਹ ਮੈਂ ਪਹਿਲੇ ਮਿਸਾਲ ਦਿੱਤੀ ਤੇ 200 ਕਿਲੋਮੀਟਰ 120 ਮੈਂ ਕੀਤਾ ਹੋਇਆ ਫਿਰ ਮੇਰੇ ਤੇ 120 ਕਿਲੋਮੀਟਰ ਤਾਂ ਹੋਵੇਗਾ ਦੂਜੇ ਨੇ 60 ਕੀਤਾ ਹੋਇਆ ਉਹਦੇ 60 ਤੇ ਬਕਾਇਆ 20 ਕਿਲੋਮੀਟਰ ਹੈ ਜੇ ਜੀ ਨੇ 20 ਕਿਲੋਮੀਟਰ ਕੀਤਾ ਤਾਂ ਸਿਰਫ 20 ਕਿਲੋਮੀਟਰ ਤਾਂ ਹੋਵੇਗਾ ਠੀਕ ਹੈ ਇਹ ਕੰਦੇ ਜਿਵੇਂ 4 ਨੰਬਰ ਤੇ ਦੂਜਿਆਂ ਨੇ ਇੰਟਰਨਾ ਪਰਕੋਰਸੋ ਸਪੇਟੋ ਉਨੀ ਵੇਟੋਰੇ ਇੰਟਰਨੋ ਪਰਕੋਰਸੋ ਜੀਨ ਕਿ ਡਿਵਾਈਡ ਨਹੀਂ ਹੋ ਰਿਹਾ ਲੱਗਾ ਸਮਾਂ ਤੇ ਵੀ ਠੀਕ ਹੈ ਆਪਣੇ ਪਰਕੋਰਸੋ ਦੇ ਰਿਪੈਂਡ ਗਲਤ ਕਰਦੇ ਇਸ ਕਰਕੇ ਗਲਤੀ ਇਨਫਾਲਸ ਹੋਇਆ ਆਖਰੀ ਦੇ ਵਿੱਚ di quali che seguire che piacessi pesci l'individuo tale che mi è visto che falso che mai seguire na na procede aliena nella trasporto cumulativo la trasporto come la diva le merci subiscono danni genovese ma non in non possibile individuare il vettore di gestione attraverso reggere che li ha causato tutti ਇਹ ਤੁਤੀ ਵਿਤੋਰੀ ਜਿਹੜੀ ਕਿ ਵਜ੍ਹਾ ਬਣੇ ਸਾਰੇ ਵਿਤੋਰੀ ਯਾਨੀ ਕਿ ਸਾਰੇ ਵਿਤੋਰੀ ਦੀ ਵਜ੍ਹਾ ਨਾਲ ਇਨ ਪੋਰਤੀ ਪ੍ਰੋਪორციਨਾਲੇ ਇਰਿਸਪੈਕਟਿਵੀ ਪਾਰਕੋਰਸੀ ਕਨਨ ਤੇ ਇਹ ਜਿਹੜਾ ਨੁਕਸਾਨ ਦੀ ਪਰਪਾਈ ਹੋਵੇਗੀ ਪ੍ਰੋਪორციਨਾਲੇ ਰਸਪੀਟਿਵੋ ਪਾਰਕੋਰਸੀ ਜਿਹੜਾ ਇਹਦੇ ਅਕੋਰਡਿੰਗ ਹੋਵੇਗੀ ਜਿਹੜਾ ਤੁਸੀਂ ਪਰਕੋਰਸੋ ਕੀਤੇ ਹੋਏ ਜਿਹਦਾਂ ਤੁਸੀਂ ਚੱਲ ਗਿਆ ਹੋਏ ਦਰਸ਼ਕਾਂ ਦੇ ਵੇਰ ਰਹਾ ਹੈ ਨਲ ਟ੍ਰਾਂਸਪੋਰਟ ਕੋਮਰਲਟਿਵ ਜੈਟੂਸ ਟ੍ਰਾਂਸਪੋਰਟ ਕੋਮਰਲਟਿਵ ਸੇਲ ਮਾਰਚੀ ਸੁਬੀਸ਼ ਕਨੋ ਦਾਨੀ ਇਹ ਸਮਾਨ ਜਿਹੜਾ ਸਮਾਨ ਉਹ ਜੇ ਉਹਨੂੰ ਨੁਕਸਾਨ ਹੁੰਦਾ ਇਨੋਨ ਪੋਸੀਬਲ ਹੈ ਇੰਡੀਵਿਡਿਉਅਰੇ ਇਲਵੋਤੋਰੇ ਜਿੰਨੀ ਪੋਸੀਬਲ ਹੈ ਸ਼ਨਾਖਤ ਕਰਨੇ ਦੀ ਵਿਤੋਰੇ ਦੀ ਇਨਕ ਪਤਾ ਨਹੀਂ ਲੱਗਦਾ ਹੈ ਵੀ ਸ਼ਨਾਖਤ ਨਹੀਂ ਹੋ ਸਕਦੀ ਕਿਹੜਾ ਵਤੂਰੇ ਸੀ ਕੀ ਹਾਲ ਕੋਜਾਤ ਲੀ ਹਾ ਕੋਜਾਤੋ ਕਿਨੇ ਕਿੜਿਆ ਦੀ ਵਜ੍ਹਾ ਬਣਿਆ ਤੂਤੀ ਵਿਤੋਰੀ ਰਿਸਪੋਂਡਾਨੋ in parte uguali, che ne sarebbe vettori che ne parte uguali, equally dico che sarei equally news che devi che perché il percorso che ti ho specificato, nice, lo devi fare in linea con quello che hai fatto che è il trasporto cumulativo solamente il primo, che è solo quello che il cumulativo che non è solo quello che è il primo ਰਿਸਪੋਂਡਾਨੋ ਦੇ ਡਾਨੀ ਸੁਬਿਦੀ ਦੀ ਦੇਲੇ ਮਾਰਚੀ ਜਿਹੜਾ ਨੁਕਸਾਨ ਹੋਇਆ ਸਮਾਨ ਦਾ ਇਹਨ ਇਦਾ ਰਿਸਪੋਂਸ ਯਾਨੀ ਇਹਦੇ ਵਰ ਪਾਈ ਜਾਂਦੀ ਇਹਦੀ ਇਹ ਨੁਕਸਾਨ ਦੀ ਵਜ੍ਹਾ ਇਹਨਾਂ ਦੇ ਪੈਂਦੀ ਹੈ ਜਿਹੜਾ ਪਹਿਲਾ ਔਰ ਆਖਰੀ ਸੀ ਸੇ ਨੋਨ ਪੋਸੀਬਲ ਹੈ ਇੰਡੀਵਿਦੁਅਾਰੇ ਵੇ ਤੂਰੇ ਕਿਲੋ ਹਾਕੋ ਜਾਦੋ ਜੇ ਨਾ ਪਤਾ ਲੱਗੇ ਇੰਡੀਵਿਦੁਅਾਰੇ شناخت ਨਾ ਹੋ ਸਕੇ ਵੀ ਕਿਹੜਾ ਦੀ ਵਜ੍ਹਾ ਬਣਿਆ ਸੀ ਗਲਤੀਆਂ ਨੇ ਫਲਸ ਹੋਇਆ ਚਰਾਤਨਾ ਹੋ ਸਕਤੇ ਇਹ ਤਿੰਨ ਪਹਿਲੇ اور ਆਖਰੀ ਤੇ ਪਾਇਆ ਦੀਆਂ ਸਭਾ ਦੇ ਸੇਮ ਬਾਦੇ ਗਲਤ ਇਨਫਾਲਸ ਹੋਇਆ ਨੈ ਟ੍ਰਾਂਸਪੋਰਟ ਕੋਮੁਲਟਿਵ ਇਲਵੈਟੋਰੇ ਹਾ ਕੋਂਪਿਊ ਤੋ ਲਾ ਤਰਾਟੋ ਪਿਉ ਲੂਂਗੋ ਜਿਸ ਵੈਟੋਰੇ ਨੇ ਜ਼ਿਆਦਾ ਲੰਬਾ ਸਫਰ ਕੀਤਾ ਹੈ ਰਿਸਪੋਂਦੇ ਦੇ ਡਾਨੀ ਸੁਬਿਦੀ ਦੇ ਮਰਜੀ ਕੋਨ ਰਿਸਪੌਂਸ ਕਰੇਗਾ ਜਿਹੜੇ ਨੁਕਸਾਨ ਕੀਤਾ ਹੋਇਆ ਸਮਾਨ ਦਾ ਸੇਨੋਂ ਨੋ ਪੋਸੀਬਿਲ ਇੰਦੀਵਿਦੁਆਰੇ ਵੈਟੋਰੇ ਕਿ ਨਹੀਂ ਹਕੂ ਜਾਤੋ ਜੇ ਨਾਸ਼ਨਾਥ ਕਰ ਸਕੀਏ ਬਤੋਰੇ ਦੀ ਜਿਹਨੇ ਜੜਾ ਦੀ ਵਜਾ ਬਣਿਆ ਜੇ ਨਾਸ਼ਨਾਥ ਕਰੋ ਤੇ ਜਿੰਨਾ ਪਰਕੋਰਸ ਹੋ ਉਹਨੇ ਕੀਤੇ ਨਾ ਉਹਨੂੰ ਉਤਨਾ ਹੀ ਪੋਵੇਗਾ ਜੇ ਵਾਦ ਕੀਤੇ ਤਾਂ ਵਾਦ ਪੋਵੇਗਾ ਘਟ ਕੀਤੇ ਘੱਟ ਪੋਵੇਗਾ ਲੇਕਿਨ ਹਰ ਰਿਕ ਨੂੰ ਪੋਵੇਗਾ ਇਹ Individuare ਨਹੀਂ ਕਰ ਸਕਦੇ ਇਸ ਕਰਕੇ ਗਲਤ ਕਿਨਪੇ ਪਾਲਸ ਹੋਇਆ ਟ੍ਰਾਂਸਪੋਰਟ ਕੁਮਲਤੀ ਵਾ ਐਫੀਟੂਆ ਦਾ ਉਨੋ ਦਾ ਪਿਊ ਵੇਟੂਰੀ ਸੇਸੀਵਿਕ ਕਹਿੰਦੇ ਇਹ ਹੋਵੇਗਾ ਕੁਮਲਤੀ ਵਾ ਪਿਊ ਵੱਧ ਬਤੂਰੇ ਜ਼ਿਆਦਾ ਬਤੂਰੇ ਹੋਣਗੇ ਅਗਲੇ ਦ੍ਰਿਸ਼ ਕਿਨਪੇ ਫਿਰ ਹੋਇਆ ਇੱਕ ਤੋਂ ਵੱਧ ਹੀ ਹੁੰਦੇ ਨੇ ਠੀਕ ਹੈ ਟ੍ਰਾਂਸਪੋਰਟੋ ਕਮੁਲ ਤੀਵੋ ਪ੍ਰੇਸੂਪੋਨੇ ਲਾ ਸਟੀਪੂਲਾ ਇ ਦੀ ਊਨਾ ਊਨਿਕੋ ਕੋਂਟ੍ਰਾਟੋ ਕਹਨੇ ਪੇ ਇਹ ਲਾਗੂ ਹੁੰਦਾ ਹੈ ਇਹ ਸਟੀਪੂਲਾ ਜੁੜੇ ਹੁੰਦਾ ਹੈ ਸਿਰਫ ਇੱਕ ਹੀ ਇੱਕ ਹੀ ਕਿਸਮ ਦਾ ਕੋਂਟ੍ਰੈਕਟ ਹੁੰਦਾ ਹੈ ਦੂਸਰਿਆਂ ਪੇ ਵੇਰਾ ਇੱਕੋ ਹੀ ਕੋਂਟ੍ਰੈਕਟਰ ਹੁੰਦਾ ਹੈ ਜਿਹਦੇ ਵੀ ਸਾਰੇ ਵਤੂਰੇ ਕੰਮ ਕਰਦੇ ਨੇ ਹਰ ਇੱਕ ਵਤੂਰੇ ਲਈ ਵੱਖਰਾ ਕੋਂਟ੍ਰੈਕਟ ਨਹੀਂ ਹੁੰਦਾ ਤੇ ਟ੍ਰਾਂਸਪੋਰਟੋ ਕਮੁਲ ਕਮੁਲ ਤੀਵੋ ਪ੍ਰੇਸੂਪੋਨੇ ਸਟੀਪੂਲਾ ਕਹਿੰਦੇ ਨੇ ਜੁੜੇ ਹੁੰਦੇ ਸਾਰੇ ਕੰਦਰ ਉਹਨਾਂ ਕੰਟਰੈਕਟ ਦੇ ਨਾਲ ਕਹਿੰਦੇ ਪਰ ਉਹ ਨਹੀਂ ਵਤੋਰੇ ਹਰ ਵਤੋਰੇ ਲਈ ਕਹਿੰਦੇ ਜਿੰਨੇ ਵਤੋਰੇ ਹੋਣਗੇ ਉਹਨਾਂ ਕੰਟਰੈਕਟ ਹੋਣਗੇ ਨਹੀਂ ਸਮਾਨ ਤੇ ਇੱਕੋ ਹੀ ਟ੍ਰਾਂਸਪੋਰਟ ਕਰਨ ਵਾਲਾ ਟ੍ਰਾਂਸਪੋਰਟ ਕੋਮੁਲਾਤੀਵ ਇੱਕ ਕੰਟਰੈਕਟ ਹੋਏ ਹੈ ਜਿਹਦੇ ਵਿੱਚ ਇੱਕ ਹੀ ਕੰਟਰੈਕਟ ਹੋਵੇਗਾ ਸਾਰੇ ਮਜ਼ਦੂਰਾਂ ਲਈ ਇਸ ਕਰਕੇ ਗਲਤੀ ਕਹਿੰਦੇ ਨੇ ਫਾਲਸ ਹੋਇਆ ਟ੍ਰਾਂਸਪੋਰਟ ਕੋਮੁਲਾਤੀਵ ਨੈਲ ਕਾਜ਼ੋ ਇਨ ਕੀ ਨੌਨ ਸੀ ਰੀਐਸਕਾ ਆਇਡੈਂਟੀਫିକਾਰੇ ਲੇ ਵਤੋਰੇ ਜੇ ਤੁਸੀ ਨੀਜ਼ ਪੋਸੀਬਲ ਹੈ ਇਡੈਂਟੀਫਾਈਡ ਕਰ ਸਕਦੇ ਵਿਤੂਰੇ ਨੂੰ ਰਿਸਪੌਂਸਰ ਰਿਸਪੋਂਡ ਰਿਸਪੋਨਸਾਬਿਲੇ ਡੈਲ ਫਾਟੋ ਦੋਨੋ ਜਿਹੜਾ ਰਿਸਪੌਂਸਿਬਲ ਹੈ ਜਿਹਨੇ ਨੁਕਸਾਨ ਕੀਤਾ ਵੈ ਪ੍ਰਵੇਧਕੇ ਰਿਸਪੋਂਡੇ ਰਿਸਪੋਂdere ਸਿਆ ਸੋਲਤਾਂਟੋ ਉਲਟਿਮੋ ਵਿਤੂਰੇ ਕਨੇ ਫਿਰ ਰਿਸਪੋਂਡੇਗਾ ਸਿਰਫ ਆਖਰਲਾ ਵਿਤੂਰੇ ਗਲਤ ਕਿਨਪੇ ਫਾਲਸ ਹੋਇਆ ਕਿਉਂਕਿ ਫਿਰ ਸਾਰੇ ਰਿਸਪੌਂਸਿਬਲ ਹੋਣਗੇ ਜਿਤਨਾ ਜਿਤਨਾ ਪਰਕੋਰਸ ਉਹਨਾਂ ਨੇ ਕੀਤੇ ਆ ਠੀਕ ਹੈ ਆਖਰੀ ਨਹੀਂ Uh, il trasporto accumulativo prevede, che cioè, il trasporto tutti i vettori coinvolti, cioè i vari vettori che nel trasporto, nel trasporto che rispondano sempre in parti professionali per, ai percorsi, come se fosse un percorso che è responsabile, anche se dimostra, ਲਾ ਕੋਲਪਾ ਦੀ ਉਨੋ ਸਿੰਗਲ ਵਤੋਰੇ ਪਾ ਮੈਂ ਕਹਿੰਦੇ ਨਾ ਦਿਮੋਸਟਰਾ ਸ਼ੋ ਵੀ ਹੋ ਜਾਣਾ ਵੀ ਇੱਕ ਸਿੰਗਲ ਵਤੋਰੇ ਦੀ ਗਲਤੀ ਸੀ ਕਹਿੰਦੇ ਫੇਰ ਵੀ ਕੀ ਹੈ ਫੇਰ ਵੀ ਕੀ ਹੈ ਸਭਾਂ ਨੂੰ ਜਿਹੜੇ ਪਰਕੋਰਸੋ ਕੀਤੇ ਉਹਦੀ ਨੁਕਸਾਨ ਦੀ ਬਰਪਾਈ ਯਾਨੀ ਕਿ ਉਹਦੇ ਤੋਂ ਉਹਨਾਂ ਤੇ ਰਿਸਪੌਂਸਿਬਿਲਟੀ ਪਵੇਗੀ ਦੇਖੋ ਜੀ ਜਦ ਪਤਾ ਲੱਗ ਗਿਆ ਸਿੰਗਲ ਵਤੋਰੇ ਨੇ ਕੀਤੀ ਹੈ ਸਿੰਗਲ ਵਤੋਰੇ ਨੇ ਇੱਕ ਨੇ ਨੁਕਸਾਨ ਕੀਤਾ ਹੈ ਗਲਤੀ ਕੀਤੀ ਹੈ ਫਿਰ ਉਹਦੇ ਤੋਂ ਪਵੇਗੀ ਨਾ ਸਭਾਂ ਥੋੜੀ ਪਵੇਗੀ ਸਰ ਕੇ ਫਾਲਸੋ ਡਾਕੂਮੈਂਟੋ ਅਬਲੀਗਟੋਰੀਓ ਡਾਕੂਮੈਂਟ ਯੋਬਲਿਗਟੋਰੀ ਹੋ ਗਏ ਨੇ ਡਾਕੂਮੈਂਟ ਯੋਬਲਿਗਟੋਰੀ ਹੋ ਜਿਹੜੇ ਕੰਟਾ ਤੇ ਜਿਹੜੇ ਜਿਵੇਂ ਕਾਰ ਤੇ ਕੁਸ਼ਣ ਗੱਡੀ ਤੇ ਲਾਜ਼ਮੀ ਤੁਹਾਨੂੰ ਪਤਾ ਹੀ ਹੋਣਾ ਕਿ ਉਹ ਕਰਤਾ ਦੀ ਕੋਲ ਇੱਕ ਫਕਸ਼ੀ ਹੋਣੀ ਵੀ ਚਾਹੀਦੀ ਹੁੰਦਾ ਹੈ ਔਰ ਇਸ ਦਲਾਵਾ ਜੇ ਤੁਸੀਂ ਯੂਰਪੀਅਨ ਯੂਨੀਅਨ ਤੋਂ ਬਾਹਰ ਜਾਓਗੇ ਤੇ ਅਟੈਸਸ਼ਨ ਦੇ ਲਕੰਦੂ ਜਾਂਦੇ ਵਗੈਰਾ ਡਾਕੂਮੈਂਟ ਜੇ ਨਾਨ ਯੂਰਪੀਅਨ ਡਰਾਈਵਰ ਵਗੈਰਾ ਹੋਵੇ ਤੇ ਜਨਰਲ ਜਿਹੜੇ ਡਾਕੂਮੈਂਟ ਹੁੰਦੇ ਨੇ ਉਹ ਤੇ ਨਾਰਮਲ ਚਾਹੀਦੇ ਹੁੰਦੇ ਨਾ ਕਹਿੰਦੇ ਨੇ ਵੀ ਅਬਾਊਟ ਦਿਸ ਵੀ ਕੋਲ ਗੱਡੀ ਦੇ ਵਿੱਚ ਜਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਠੀਕ ਹੈ ਜੀ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋਏ ਇਹ ਡਾਕੂਮੈਂਟ ਯੂ ਆਬਲੀਗਟਰੀ ਹੋ ਜਿਹੜੇ ਆਬਲੀਗੋ ਡਾਕੂਮੈਂਟ ਨੇ ਠੀਕ ਹੈ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਉਹਦੇ ਅਬੋਦੀ ਵਿਕੋਲੀ ਬੋ ਗੱਡੀ ਦੇ ਵਿੱਚ ਐ ਪਰ ਟ੍ਰਾਂਸਪੋਰਟ ਦੀ ਕੋਸੇ ਪਰ ਕੋਨਟੋ ਤੇਰਜ਼ੀ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਚੀਜ਼ਾਂ ਕੌਨ ਤੋਂ ਤੇਰਜ਼ੀ ਦੇ ਅਕੋਰਡਿੰਗ ਦੇਵੇ ਤਰਵਾਰਸੀ ਕਾਰਤਾ ਦੇ ਚਿਰਕਲਾਸਿਓਨ ਹੈ ਕਾਦ ਚਿਰਕਸ਼ਨ ਹੋਣਾ ਚਾਹੀਦਾ ਕੌਨ ਇੰਡੀਕੇਸਿਓਨੈ ਦਲ ਉਜ਼ੋ ਦੀ ਤੇਰਜ਼ੀ ਇੰਡੀਕੇਟ ਕੀਤਾ ਹੋਇਆ ਜਿੱਥੇ ਵੀ ਗੱਡੀ ਉਜ਼ੋ ਦੀ ਕੌਨ ਤੋਂ ਤੇਰਜ਼ੀ ਯਾਨੀ ਕਿ ਉਜ਼ੋ ਦੀ ਤੇਰਜ਼ੀ ਇਸਤੇਮਾਲ ਹੋ ਰਹੀ ਹੈ ਕੌਨ ਤੋਂ ਤੇਜ਼ੀ ਦੇ ਦਰੁੱਸਤ ਕਰਨ ਬੇਵਰੋਆ ਕਾਤਾ ਜਿਕਰਸ਼ਿਓ ਨਹੀਂ ਹੋਣਾ ਚਾਹੀਦਾ ਔਰ ਇੰਡੀਕੇਟ ਕਰਨਾ ਚਾਹੀਦਾ ਹੈ ਕਿ ਗੱਡੀ ਕੌਣਤਾ ਤਰਜ਼ੀ ਦੇ ਅਕੋਰਡਿੰਗ ਯੂਜ਼ ਹੋ ਰਹੀ ਹੈ ਵੇਰੋ ਅਬਾਊਟ ਦੀ ਬਿਕੋਲੀ ਟਰਾਂਸਪੋਰਟ ਉਹ ਜੇ ਗੱਡੀ ਦੇ ਵਿੱਚ ਟਰਾਂਸਫਰ ਕਰਦੇ ਹੋ ਕੋ ਜੇ ਕੌਣ ਕੌਣਤਾ ਤਰਜ਼ੀ ਕੋਦ ਤਰਜ਼ੀ ਤੇ ਜਿਹੜੇ ਅਕੋਰਡਿੰਗ ਟਰਾਂਸਪੋਰਟ ਕਰਦੇ ਹੋ ਦੇ ਬਤਰਾਵਾਰਸੀਆ ਪਤੰਤੇ ਦੀ ਗੁਈਦਾ ਡਰਾਈਵਰ ਇਲੈਕਸਨ ਹੋਣਾ ਚਾਹੀਦਾ ਦਲਕੰਦੂਚੀਆਂ ਦੇ ਡਰਾਈਵਰ ਦਾ ਇਲਾਕਾ ਦਾ ਦੀ ਕੁਆਲਿਫਿਕੇਸ਼ਨ ਕੋਲ ਕੁਆਲਿਫਿਕੇਸ਼ਨ ਹੈ ਔਰ ਕੌਰਤਾ ਦੀ ਕੁਆਲਿਫਿਕੇਸ਼ਨ ਹੈ ਜੋ ਹੋਣਾ ਚਾਹੀਦਾ ਹੈ ਚੀਕੂ ਚੀ ਜੀਗੂਜੀ ਰਨਾ ਇੱਕ ਕੋਨਤੋ ਤਰਜ਼ੀ ਲਈ ਚਾਹੀਦਾ ਹੁੰਦਾ ਠੀਕ ਹੈ ਜੇ ਕੋਨਤੋ ਪ੍ਰੋਪੀਓ ਦੇ ਜੀਗੂਜੀ ਨਹੀਂ ਚਾਹੀਦਾ ਹੁੰਦਾ ਤੇ ਇੱਕ ਪ੍ਰੰਧ ਦੀ ਗਵਿਦਾ ਦੇ ਗੱਲ ਕਰਤਾ ਕੁਐਲਿਫੀਕੇਸ਼ਨ ਨਹੀਂ ਚਾਹੀਦਾ ਕੋਨਤੋ ਤਰਜ਼ੀ ਲਈ ਟ੍ਰਾਂਸਪੋਰਟ ਕਰ ਰਹੇ ਦਰਸ਼ਿਆ ਪੀਰ ਹੋਇਆ ਇਹ ਬਹੁਤੇ ਵਿਗੋਲੇ ਟ੍ਰਾਂਸਪੋਰਟੋ ਦੀ ਕੋਸੇ ਕੋਨਤੋ ਪ੍ਰੋ ਕੋਨਤੋ ਤਰਜ਼ੀ ਕੋਨਤੋ ਤਰਜ਼ੀ ਤੇ ਅਜੇ ਤੁਸੀਂ ਟ੍ਰਾਂਸਪੋਰਟ ਕਰਦੇ ਚੀਜ਼ਾਂ ਦੇ ਬਤਰਵਾਰ ਸੀ ਪਰ ਡਿਪੈਂਡੈਂਟੀ ਐਕਸਟਰਾ ਕਮਿਊਨਿਟਰੀ ਜਿਹੜਾ ਵਰਕਰ ਹੈ ਨਾਨ ਯੂਰੋਪੀਅਨ ਹੈ ਅਲਫੋਰੀ ਦੇ ਲਾ ਕਨਫੀਨ ਨੈਸ਼ਨਲ ਜੱਜ ਬਾਰਡਰ ਤੋਂ ਤੁਸੀਂ ਬਾਹਰ ਜਾ ਰਹੇ ਹੋ ओरिजिनल ਅਥਿਸਟੇਸ਼ਨ ਦੇ ਕੰਦੂ ਜਾਂਦੇ ओरिजिनल ਡਾਕੂਮੈਂਟ ਡਰਾਈਵਰ ਦੇ ਉਹ ਵੀ ਡਰਾਈਵਰ ਤੇ ਚਾਹੀਦੇ ਨੇ ਦਰਸ ਕਿੰਨੇ ਪੇਪਰ ਹੋਇਆ ਕਹਨੇ ਬਾਰਡਰ ਵੀ ਕੋਲੀ ਟਰਾਂਸਪੋਰਟ ਪਰ ਟਰਾਂਸਪੋਰਟ ਦੀ ਗੋਜ ਜੇ ਗੱਡੀ ਟਰਾਂਸਪੋਰਟ ਕਰਨੀ ਚੀਜ਼ਾਂ ਪਰ ਕੋਨ ਤਹ ਜ ਕੋਨ ਤਹ ਜ ਰਹਿਤ ਦੇਵਤ ਰਵਾਰਸੀ ਹੁਨਾ ਕਾਪੀਓ ਕਨਫਰਮਾ ਦੇ ਲਿਜੈਂਜ਼ਾ ਕਮੇਂਟਰੀ ਕਹਨੇ ਕਾਪੀਓ ਕਨਫਰਮਾ ਚਾਹੀਦੀ ਨੇ ਲਿਜੈਂਜ਼ਾ ਕਮੇਂਟਰੀ ਦੀ ਇਨਕਾ ਤੋਂ ਟ੍ਰਾਂਸਪੋਰਟ ਮਰਜੀ ਇਨਕੇ ਦੇ ਟ੍ਰਾਂਸਪੋਰਟ ਤੋਂ ਸਮਾਨ ਨਾਪੋਲੀਆ ਮਿਲਾਨੋ ਨਾਪੋਲੀ ਦੀ ਮਿਲਾਨ ਨਾਪੋਲੀ ਦੀ ਮਿਲਾਨ ਜਾਓਗੇ ਤਾਂ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਚੱਲ ਰਹੇ ਹੋ ਗਲਤ ਕਹਿਣੇ ਬੇਫਾਲ ਹੋਇਆ ਕਿਉਂਕਿ ਇਹ ਨੈਸ਼ਨਲ ਲੈਵਲ ਬਣਦਾ ਹੈ ਇਹਦੇ ਵਿੱਚ ਆਲਬੋ ਸਕਿੱਲ ਤੋਂਣਾ ਚਾਹੀਦਾ ਹੈ ਆਲਬੋ ਨੈਸ਼ਨਲ ਦੇ ਲਈ ਇਹਦੇ ਵਸਿਲ ਕੋਪੀਓ ਕਨਫਰਮਾ ਜਿਹੜੀ ਲੈਚੇ ਚੇਂਜ ਕਮੈਂਟਰੀ ਨਹੀਂ ਚਾਹੀਦੀ ਹੁੰਦੀ ਇਸ ਕਰਕੇ ਫਾਲਸ ਹੋ ਬੋਧੋ ਦੀ ਵਿਕੋਲੀ ਪਰ ਟ੍ਰਾਂਸਪੋਰਟੋ ਦੀ ਕੋਦੇ ਕੋਂਟੋ ਤੈਜ਼ੀ ਕੋਂਟੋ ਤੈਜ਼ੀ ਦੇ ਅਕੋਰਡਿੰਗ ਜਿਹੜੀ ਚੀਜ਼ਾਂ ਟ੍ਰਾਂਸਪੋਰਟ ਕਰਨੀਆਂ ਉਹਦੇ ਲਈ ਦੇ ਪੇਤ੍ਰੋਵਾਰਸੀ ਕਾਪੀ ਕੋਂਫਰਮਾ ਦੇ ਦਾਕੂਮੈਂਟੋ ਕਾਪੀ ਕੋਂਫਰਮਾ ਦੇ ਦਾਕੋਰਮੈਂਟੋ ਦੀ ਕੰਟਰੋਲੋ ਫੋਲੀ ਦੀ ਵਿਯਾਜੋ ਦੇਖੋ ਤੁਸੀਂ ਫੋਲੀ ਵਿਯਾਜ ਜਿਹੜਾ ਅੱਜ ਹਾਲ ਦੀ ਘੜੀ ਐਗਜ਼ਿਸਟ ਹੀ ਨਹੀਂ ਹੁੰਦਾ ਇਹ ਵੀ ਕੋਂਟੋ ਤੈਜ਼ੀ ਲਈ ਇਸ ਕਰਕੇ ਗਲਤ ਕੰਨੇ ਬੀ ਫਾਲਸ ਹੋਇਆ ਕੰਨੇ ਬੀ ਬੋਤ ਦੀ ਵਿਕੋਲੀ ਟ੍ਰਾਂਸਪੋਰਟ ਦੋ ਦੀ ਕੋਂਟੋ ਕੋਂਟੋ ਤੈਜ਼ੀ ਜਿਹੜੀ ਗੱਡੀ ਟ੍ਰਾਂਸਪੋਰਟ ਕਰਦੀ ਕੋਂਟੋ ਤੈਜ਼ੀ ਦੇ ਅਕੋਰਡਿੰਗ ਦੇਵਤ ਰਵਾਰਸੀ originale licenza commentari licenza commentari gene originale hona chide licenza commentari je tuhanu pata hai ta e original nahi hunda hai vi original company de vich hunda hai idi e copyo conferma vardiyan ne motriciune jewelry office di motriciune jewelry copyo conferma o gaddi de vich honi jehni jehni gaddiyan hon theek hai is karke ae kehnde original hone chide galat infals hoya border bicoli per bicoli trasporto di cose conto terzi je gaddi transport kalli conto terzi de according deva trovar si licenza lazmi licenza hon de vich hona chahida par trasporto di cose in conto proprio kene kozo conto proprio wala licenza hona chahida jad kon to tahji di saman transport kar rahi hai te fir kon to proprio da oda kit lak fir kon to tahji da hi licenza comunitari copy confirm honi chahidi hai je international transport karde hote hai licenza par trasporto di cose conto proprio da kit lak ni dena re isar ke faltu I bordi di vicoli uh, per il trasporto di cose, conto terzi, conto terzi per trasporto le cose, deve trovarsi una copia conferma dell'attestazione del conduciente. copia conferma? copia conferma dell'attestazione del conduciente è una cosa che è un driver extracomunitario. E il confine nazionale, Union Europea, è una copia originale dell'attestazione del conduciente. ਕੋਈ ਵੀ ਕਨਫਰਮਾ ਲਿਚਿੰਗ ਦੇ ਕਮੈਂਟਰੀ ਦੀ ਹੁੰਦੀ ਹੈ ਉਹ ਜੇ ਦੱਸਣਗੇ ਨਾ ਯੂਰਪੀਅਨ ਯੂਨੀਅਨ ਵਿੱਚ ਟ੍ਰਾਂਸਪੋਰਟ ਕਰਨਾ ਤਾਂ ਤਾਂ ਉਹਦੀ ਲੋੜ ਹੁੰਦੀ ਹੈ ਇਸ ਕਰਕੇ ਇਹ ਵੀ ਗਲਤ ਕਹਿਣ पे ਫਾਲਸੋ ਹੋਇਆ ਲੋ ਜੀ ਚੈਪਟਰ ਨੰਬਰ 14 ਇੱਥੇ ਪਹੁੰਚਦੇ ਆ ਆਪਣੇ ਇਤਤਾਮ ਨੂੰ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਅਗਲੇ ਚੈਪਟਰ ਵੀ ਤਦ ਤੱਕ ਲਈ ਇਜਾਜ਼ਤ ਦਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮ ਸਕਾ ਮੋਂ ਨਾ ਬੰਦੇ ਜ਼ਰੂਰ ਸ਼ੇਅਰ ਕਰਨ ਜੇ ਕੋਈ ਨਾ ਕੋਈ ਕੋਈ ਮੁਸ਼ਕਲ ਹੈ ਫੇਰ ਹਿਤਨਾ ਸੀ Te just do fi amala